ਸ਼ਾਮਾਂ ਦਾ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਾਮਾਂ ਦਾ ਵਿੱਚ ਤੁਹਾਡਾ ਨਿੱਘਾ ਸਵਾਗਤ ਮੈਂ ਸੌਰਨ ਸਿੰਘ ਦਾਨੀ ਆ ਰਿਹਾ ਤੁਹਾਡੇ ਨਾਲ ਇਸ ਵਕਤ ਬਠਿੰਡਾ ਤੋਂ ਜੁੜੇ ਹੋਏ ਅੱਜ ਦਿਨ ਐ ਸੋਮਵਾਰ ਤਰੀਕਾ 10 ਜੂਨ ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਐਕੂਰੇਟ ਅਕਾਊਂਟਸ ਐਂਡ ਟੈਕਸੇਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਵੱਲੋਂ ਇਹਨਾਂ ਤੋਂ ਤੁਸੀਂ ਹਰ ਤਰ੍ਹਾਂ ਦੀ ਅਕਾਊਂਟਸ ਦੀ ਮਦਦ ਲੈ ਸਕਦੇ ਹੋ ਟੈਕਸੇਸ ਦੀ ਮਦਦ ਲੈ ਸਕਦੇ ਹੋ ਲੋਕੇਸ਼ਨ ਇਹਨਾਂ ਦੀ ਕੈਂਟ ਵਿਸ਼ਿੰਗਟਨ ਚ ਹੈ ਮੰਡੇ ਟੂ ਫਰਡੇ ਤੁਸੀਂ ਕਾਲ ਕਰੋ 253520886 ਤੇ ਵਿਸ਼ਿੰਗਟਨ ਫਰੇਟ ਸਰਵਿਸ ਸੀਟਲ ਓਨਰਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦੇ ਰਹੀ ਹੈ ਜਗਦੇਵ ਸੰਧੂ ਹੋਰਾਂ ਨੂੰ 253266924 ਤੇ ਗੁਰਵਿੰਦਰ ਢਾਲੀਵਾਲ ਹੋਰਾਂ ਨੂੰ 2063544060 ਤੇ ਕਾਲ ਕਰ ਸਕਦੇ ਹੋ ਅਮਰੀਕਾ ਦੇ ਵਿੱਚ ਸਾਈਲਮ ਦੇ ਬਹੁਤ ਹੀ ਕਾਬਿਲ ਵਕੀਲ ਨੇ ਐਮੀ ਗੱਲ ਹੁਣੀ ਨਿਊਯਾਰਕ ਦੇ ਵਿੱਚ ਦਫਤਰ ਹੈ ਸਾਰੇ ਅਮਰੀਕਾ ਚ ਕੇਸ ਲੜਦੇ ਨੇ ਮੰਡੇ ਟੂ ਫਰਡੇ ਆਫਿਸ ਆਰਸ ਦੇ ਵਿੱਚ 212 6192859 ਜਾਂ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਦੇ ਨਾਲ 7186121118 ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਇਸ ਵਕਤ ਸਦਾ ਬਖਤੌਰ ਸਿੰਘ ਢਿਲੋਹਰੀ ਜੁੜੇ ਹੋਏ ਨੇ ਢਿਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਢਿਲੋ ਸਾਬ ਤੀਜੀ ਪਾਰੀ ਮੈਨੂੰ ਲੱਗਦਾ ਜਵਾਹਰ ਲਾਲ ਨਹਿਰੂ ਤੋਂ ਬਾਅਦ ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਬਣੇ ਨੇ ਜੋ ਤੀਜੀ ਵਾਰੀ ਲਗਾਤਾਰ ਇਸ ਕੁਰਸੀ ਤੇ ਬਿਰਾਜਮਾਨ ਹੋਣਗੇ ਕੱਲ ਸੌ ਚੁੱਕੀ ਹੈ ਕਿਹੋ ਜ ਮંત્રી ਮੰਡਲ ਕਿਹੋ ਜੀ ਭਾਰੀ ਰਹੇਗੀ ਹੁਣ ਮੋਦੀ ਸਰਕਾਰ ਤਾਂ ਨਹੀਂ ਐਨਡੀਆ ਸਰਕਾਰੀ ਕਹਾਂਗੇ ਉਹ ਤਾਂ ਦਾਨਿਆੜੀਆ ਸਾਬ ਉਹਨੇ ਆਪ ਹੀ ਕਹਿਣਾ ਸ਼ੁਰੂ ਕਰਤਾ ਅੱਛਾ ਜੀ ਜਦੋਂ ਕੈਂਪੇਨ ਸਟਾਰਟ ਹੋਈ ਐ ਲੋਕ ਸਭਾ ਦੀ ਮੋਦੀ ਸਾਹਿਬ ਜਦੋਂ ਵੀ ਬੋਲਦੇ ਸੀ ਕਿਤੇ ਕੋਈ ਗਰੰਟੀਆਂ ਦਿੰਦੇ ਸੀ ਕਦੇ ਇਹ ਨਹੀਂ ਕਹਿੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਗਰੰਟੀ ਹੈ ਅੱਛਾ ਜੀ ਕਹਿੰਦੇ ਇਹ ਮੋਦੀ ਕੀ ਗਰੰਟੀ ਹੈ ਹੂੰ ਹੂੰ ਹਰ ਥਾਂ ਤੇ ਇਹ ਗੱਲ ਕਹਿੰਦੇ ਸੀ ਜੀ ਲੇਕਿਨ ਜਿਉਂ ਹੀ ਰਿਜ਼ਲਟ ਆਈ ਜੀ ਤੇ ਰਿਜ਼ਲਟ ਆਉਣ ਤੋਂ ਬਾਅਦ ਫਿਰ ਉਹਨਾਂ ਨੂੰ ਨਾਲ ਦੀ ਨਾਲ ਹੀ ਐਨਡੀਏ ਯਾਦ ਆ ਗਿਆ ਅੱਛਾ ਜੀ ਐਨਡੀਏ ਕੀ ਸਰਕਾਰ ਐਨਡੀਏ ਕੀ ਸਰਕਾਰ ਆ ਰਹੀ ਹੈ ਕਿਉਂਕਿ ਪਹਿਲਾਂ ਤਾਂ ਕਹਿੰਦੇ ਸੀ ਨਾ ਵੀ ਇੱਕ ਇਕੱਲਾ ਸਭ ਤੇ ਪਾਣੀ ਭਾਰੀ ਔਰ ਫਿਰ ਡਿਕਲੇਅਰ ਕਰਤਾ ਸੀ ਕਿ ਆਪਕੀ ਵਾਰ 400 ਸੇ ਪਾਰ ਹੂੰ ਹੂੰ ਪਾਰਲੀਮੈਂਟ ਦੇ ਵਿੱਚ ਵੈਸੇ ਬੜੇ ਅਜੀਬੋ ਗਰੀਬ ਜਿਹੜੇ ਹੈਗੇ ਆ ਨਾ ਔਰ ਰਿਕਾਰਡ ਪੇਸ਼ ਕੀਤੇ ਹੂੰ ਹੂੰ ਔਰ ਫਿਰ ਇਹ ਦੇਖਿਆ ਕਿ ਇੰਨੀ ਗੱਲ ਨਹੀਂ ਹੋ ਸਕਦੀ ਫਿਰ ਥੋੜੀ ਜੀ ਦਰਸਤੀ ਕੀਤੀ ਸੀ ਅਮਿਤ ਸ਼ਾਹ ਉਹਨਾਂ ਨੇ ਕੈਸੇ ਵੀ 300 ਤੋਂ ਪਾਰ ਹੋਣਗੇ ਹਾਂਜੀ ਪਰ ਕੁੱਲ ਮਿਲਾ ਕੇ ਦੇਖੀ ਤੇ ਜਿਹੜਾ ਸਪਸ਼ਟ ਬਹੁਮਤ ਹੈ ਉਹ ਤੋਂ ਵੀ ਪਛਾਣ ਰਹੇਗੀ ਜੀ ਤੇ ਸਪਸ਼ਟ ਬਹੁਮਤ ਤੋਂ ਪਛਾਣ ਰਹਿਣ ਤੋਂ ਬਾਅਦ ਫਿਰ ਆਇਆ ਵੀ ਹੁਣ ਕਰੀਏ ਕੀ ਹੂੰ ਹੂੰ ਤੇ ਫਿਰ ਤਾਂ ਵੀ ਕੋਲੀਸ਼ਨ ਸਰਕਾਰ ਹੀ ਬਣਾਉਣੀ ਪੈਣੀ ਹੈ ਜੀ ਵੈਸੇ ਗੱਲ ਹੈ ਕਿ ਉਹਨਾਂ ਦੇ ਨਾਲ ਜਿਹੜੇ ਦੋ ਵੱਡੇ ਕੋਲੀਸ਼ਨ ਭਾਈਵਾਲ ਹੈ ਹੂੰ ਹੂੰ ਉਹ ਇੱਕ ਹੈਗੇ ਜਨਤਾਦਲ ਯੂਨਾਈਟਿਡ ਨतीश ਕੁਮਾਰਾ ਜੀ ਦੇ ਦੂਜਾ ਹੈਗਾ TDP ਤੇਂਗੂ ਦੇਸ਼ਨ ਪਾਰਟੀ ਆਪਣੀ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਵਾਲੇ ਚੰਦਰਬਾਬੂ ਨੇ ਜੀ ਉਹਨਾਂ ਦੇ ਨਾਲ ਆਲਰੇਡੀ ਇਹਨਾਂ ਨੇ ਸਮਝੌਤਾ ਪਹਿਲਾਂ ਹੀ ਕੀਤਾ ਹੋਇਆ ਸੀ ਚੋਣ ਗੱਠ ਜੋੜ ਕੀਤਾ ਹੋਇਆ ਸੀ ਪਰ ਕੋਣ ਚੋਣ ਗੱਠ ਜੋੜ ਦੇ ਵਿੱਚ ਵੀ ਦਾਨ ਨਲਗੇ ਸਭ ਬੜੀਆਂ ਵਿਰੋਧਤਾਗੇ ਜੀ ਦੇਖੋ ਨਰਿੰਦਰ ਮੋਦੀ ਸਾਹਿਬ ਜਦੋਂ ਚੋਣ ਪ੍ਰਚਾਰ ਕਰਦੇ ਸੀ ਤੇ ਉਹ ਬੜਾ ਕੁਝ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਸੀ ਵੀ ਜੇ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਜੀ ਤਾਂ ਫਿਰ ਇਹ ਜਿਹੜਾ ਰਾਮ ਲੱਲਾਈ ਉਹ ਰਾਮ ਲੱਲਾ ਜਿਹੜਾ ਹੈਗਾ ਫੇਰ ਬਾਹਰ ਆਜੂ ਤੰਬੂ ਚ ਆਜੂ ਜੀ ਇਹਦਾ ਜੁੱਧੇ ਵਾਲਾ ਮੰਦਿਰ ਹੈ ਜਿਹੜਾ ਜੀ ਉਹ ਮੰਦਿਰੇ ਲਾ ਦੇ ਉਹ ਮੰਦਿਰੇ ਲਾ ਦੇਣਗੇ ਫਿਰ ਉਹ ਗੱਲ ਕਹਿੰਦੇ ਸੀ ਕਿ ਜੇ ਇਹ ਆ ਗਏ ਤਾਂ ਤੁਹਾਡੀਆਂ ਜਾਇਦਾਦਾਂ ਖੋਹ ਕੇ ਤੇ ਉਹਦੇ ਵਿੱਚੋਂ ਅਧੀਆਂ ਜਿਹੜੀਆਂ ਮੁਸਲਮਾਨਾਂ ਨੂੰ ਵੰਡ ਦੇਣਗੇ ਫਿਰ ਇੱਕ ਵਾਰੀ ਇਹਨਾਂ ਨੇ ਇਹ ਵੀ ਕਹਿਤਾ ਸੀਗਾ ਕਿ ਜਿੱਦ ਨੇ ਮੈਂ ਹਿੰਦੂ ਮੁਸਲਮਾਨ ਕਰਨ ਲੱਗਿਆ ਸਮਝ ਲਓ ਮੈਂ ਖਤਮ ਹੋ ਗਿਆ ਇਹ ਹੋ ਹੀ ਨਹੀਂ ਸਕਦਾ ਇੱਕ ਦਿਨ ਕੁਝ ਕਰਨਦੇ ਸੀ ਦੂਜੇ ਦਿਨ ਕੁਝ ਕਹਿ ਦਿੰਦੇ ਸੀ ਉਹਦੇ ਉਲਟੀ ਸਟੈਂਡ ਲੈਦੇ ਸੀ ਹਮਮ ਔਰ ਲੋਕੋ ਨੂੰ ਤਾਂ ਇਹ ਕਹਿੰਦੇ ਦੱਸ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਜੋ ਨੌਤਰ ਨੂੰ ਦੇਖ ਕੇ ਸ਼ਾਇਦ ਜ਼ਿਆਦਾ ਘਬਰਾ ਗਿਆ ਜਾਂ ਮੁਖਲਾ ਗਿਆ ਜੀ ਪਰ ਦਾਨੀਲ ਕੇ ਸਭ ਜਿਹੜੀ ਆਂਧਰਾ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਘੱਟ ਜੋੜ ਸੀ ਤਿੰਨ ਪਾਰਟੀਆਂ ਦਾ ਹਮ ਹਮ ਇੱਕ ਕੋਈ ਜਨਸੀਨਾ ਪਾਰਟੀ ਹੈ ਜੀ ਇੱਕ ਇਹ ਡੀਡੀਪੀ ਹੋਗੀ ਇਸ ਨਾਲ ਭਾਰਤੀ ਜਨਤਾ ਪਾਰਟੀ ਅਰ ਤਿੰਨਾਂ ਪਾਰਟੀਆਂ ਨੇ ਇਕੱਠਿਆਂ ਚੋਂ ਲੜੀ ਹਮ ਹਮ ਪਰ ਜਿਹੜਾ ਟੀਡੀਪੀ ਨੇ ਮੈਨੀਫੈਸਟੋ ਆਪਣਾ ਜਾਰੀ ਕੀਤਾ ਹੈ ਜੀ ਕਮਾਲ ਹੈ ਉਹ ਹਮ ਹਮ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੁਸਲਮਾਨਾਂ ਨੂੰ 4% ਰਿਜ਼ਰਵੇਸ਼ਨ ਨੌਕਰੀਆਂ 'ਚ ਮਿਲੂਗੀ ਮਿਲੂਗੀ ਰੁਕ ਨਹੀਂ ਸਕਦੀ ਕੋਈ ਦੁਰਗਾ ਦੀ ਚੱਕ ਫਿਰ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਮੁਸਲਮਾਨਾਂ ਦੀ ਜੇ ਕੋਈ ਮਸਜਿਦ ਨਹੀਂ ਤਾਈ ਨਹੀਂ ਜਾਊਗੀ ਅੰਡਰ ਆਪਣਾ ਜੋ ਹੈਗਾ ਹੈ ਉਸ ਨੂੰ ਲੋਡ ਹੈਗੀ ਤੁਹਾਡੀ ਰਿਜ਼ਰਵ ਆਪਣ ਨੂੰ ਰਿਪੇਅਰ ਦੀ ਲੋੜ ਹੈ ਤਾਂ 1 ਲੱਖ ਰੁਪਈਆ ਜਿਹੜਾ ਹੈਗਾ ਉਹ ਗਰੰਟ ਦਿੱਤੀ ਜਾਊਗੀ ਅਗਲੀ ਗੱਲ ਕਹਿਤੀ ਸੀ ਕਿ ਜੇ ਕੋਈ ਖੰਡਰਾਤ ਜੋ ਹੈ ਤਾਂ ਉਹਦੀ ਮੋੜ ਸਾਰੀ ਵੀ ਕੀਤੀ ਜਾਊਗੀ ਮੁਸਲਮਾਨਾਂ ਨੂੰ ਅਸੀਂ ਪੂਰਾ ਮਾਨ ਸਤਿਕਾਰ ਦੇਵਾਂਗੇ ਇਹ ਉਹਨਾਂ ਨੇ ਉੱਥੇ ਕਹਿਣਾ ਸੀ ਉਨੇਕ ਪਾਸੇ ਦਾ ਮੁਸਲਮਾਨਾਂ ਨੂੰ ਮਾਨ ਸਤਕਾਰ ਦੇਣ ਵਾਲੀ ਪਾਰਟੀ ਹੈ ਦੂਜੇ ਪਾਸੇ ਮੁਸਲਮਾਨਾਂ ਨੂੰ ਕਹਿੰਦੇ ਥੋੜੀ ਮੱਝ ਖੋਲ ਲੈਣਗੇ ਮੱਝ ਖੋਲ ਲੈਣਗੇ ਤੁਹਾਡੀਆਂ ਅਧੀਆਂ ਜਾਇਦਾਦਾਂ ਵੱਡੀਆਂ ਜਾਣਗੀਆਂ ਕੰਟਰਡਿਕਸ਼ਨ ਦੇਖੋ ਤੁਸੀਂ ਕਿੰਨੀ ਪਰ ਨਾਲ ਦੀ ਨਾਲ ਸਾਡੇ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਦੇਖੋ ਵੀ ਕਿੰਨੇ ਕਲਾਕਾਰ ਹੈ ਜੀ ਭਾਰਤੀ ਜਨਤਾ ਪਾਰਟੀ ਨੇ ਤਾਂ ਭੁੱਲੀ ਗਈ ਹਮ ਜਿਹੜਾ ਇਹਨਾਂ ਨੇ ਜਿਹੜੀ ਐਨਡੀਏ ਦੀ ਮੀਟਿੰਗ ਬੁਲਾਈ ਸੀ ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਇਹ ਪਹਿਲਾ ਮੌਕਾ ਹੈ ਜੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪਾਰਲੀਮੈਂਟਰੀ ਪਾਰਟੀ ਹੈ ਜੀ ਇਹ ਉਹ ਪਾਰਲੀਮੈਂਟਰੀ ਗਰੁੱਪ ਕਹਿੰਦੇ ਨੇ پارਲੀਮੈਂਟ ਦੇ ਮੈਂਬਰ ਕਹਿੰਦੇ ਨੇ ਇਹ ਚੁਣੇ ਜਾ ਚੁੱਕੇ ਹ ਹ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਨੇਤਾ ਨਹੀਂ ਚੁਣਿਆ ਅੱਛਾ ਜੀ ਉਹਨਾਂ ਨੂੰ ਨੇਤਾ ਚੁਣਨ ਦੀ ਬਜਾਏ ਸ਼ਾਇਦ ਉਹਨਾਂ ਨੂੰ ਇਸ ਕੱਲ ਦਾ ਡਰ ਸੀ ਕਿ ਆਰਐਸਐਸ ਕੋਈ ਹੋਰ ਨਾ ਵਿੱਚੋਂ ਪੰਗਾ ਖੜਾ ਕਰ ਦੇ ਪੰਗਾ ਖੜਾ ਕਰ ਦੇ ਵੀ ਜੇ ਬੰਦੇ ਸਾਰੇ ਇਕੱਠੇ ਆ ਗਏ ਵੀ ਦੱਸੋ ਜੀ ਕੀ ਦਾ ਨਾਂ ਹਮ ਤੇ ਇੱਕ ਪਾਸੇ ਨਰਿੰਦਰ ਮੋਦੀ ਸਾਹਿਬ ਦਾ ਨਾਂ ਆ ਗਿਆ ਤੇ ਦੂਜੇ ਪਾਸੇ ਕਿਤੇ ਨਿਤਨਗੜ ਖਰੀਦਾ ਨਾਂ ਆ ਜੀ ਹਮ ਹਮ ਸ਼ਿਵਰਾਜ ਸਿੰਘ ਚੋਹਾਂ ਦਾ ਨਾਂ ਆ ਜੀ ਸਭ ਤੋਂ ਵੱਧ ਵੋਟਾਂ ਲੈ ਗਏ ਜੀ 7-8 ਲੱਖ ਦਾ ਫਰਕ ਹੈ ਉਹਦਾ ਜੀ ਔਰ ਸਾਰਾ ਜਿਹੜਾ ਹੈਗਾ Madhya Pradesh ਦੇ ਵਿੱਚ ਜਿਵੇਂ ਹੁੰਦੇ ਫੇਰਦਾ ਹੂੰ ਹੂੰ ਜਿਹੜੇ ਬੰਦੇ ਨੇ ਜੀ ਦੀ ਅਗਵਾਈ ਦੇ ਵਿੱਚ Madhya Pradesh ਦੇ ਵਿੱਚ ਚੋਣਾਂ ਜਿੱਤੀਆਂ ਸੀ ਹੂੰ ਹੂੰ ਹੁਣ ਤਾਂ ਇਸ ਮੈਨੂੰ ਮੁੱਖ ਮੰਤਰੀ ਬਣਾਉਣਗੇ ਉਹਨੂੰ ਪਾਸੇ ਕਰਕੇ ਤੇ ਉਸ ਬੰਦੇ ਨੂੰ ਬੜਾ ਮੁੱਖ ਮੰਤਰੀ ਬਣਾਦਾ ਜੀ ਇਹਨੂੰ ਕੋਈ ਜਾਣਦਾ ਹੀ ਨਹੀਂ ਸੀ ਜਾਣਦਾ ਹੀ ਨਹੀਂ ਸੀ ਹਾਂ ਅੱਛਾ ਉਹ ਵੀ ਆ ਗਿਆ ਉਹ ਕਹਿੰਦੇ ਵੀ ਜੇ ਉਹਨੇ ਹੱਥ ਬਣ ਕੇ ਕਿਹਾ ਤਾਂ ਵੀ ਜਨਾਬ ਮੈਂ ਦਾਸ ਵੀ ਹਾਜ਼ਰ ਹਾਂ ਹਾਜ਼ਰ ਤੇ ਮੇਰੇ ਬਾਰੇ ਸੋਚੋ ਤੁਸੀਂ ਕੀ ਹੈ ਤੇ ਕਿਤੇ ਉੱਥੇ ਇਹੋ ਜਿਹਾ ਕੁਝ ਨਾ ਹੋ ਜੇ ਬੜੀ ਚੁਸਤੀ ਕੀਤੀ NDA NDA ਕਰਕੇ ਪਹਿਲਾ NDA ਐਲੈਂਸ ਤੋਂ ਨਾਲ ਮੀਟਿੰਗ ਕੀਤੀ ਜੀ ਨतीश ਕੁਮਾਰ ਦੇ ਨਾਲ ਔਰ ਚੰਦਰਬਾਬਾ ਬਾਬੂ ਨਾਇਡੂ ਦੇ ਨਾਲ ਫਿਰ ਇੰਡੀਆ ਵਾਲਿਆਂ ਨੂੰ ਕਿਹਾ ਤੁਸੀਂ ਆਪਣੇ ਫਿਰ ਬਲਾਓ ਉਹਨਾਂ ਨੇ ਆਪਣੇ ਐਮਐਲਏ ਬੁਲਾਏ ਫਿਰ ਆਪਦੇ ਐਮਪੀ ਸੌਰੀ ਆਪ ਉਹਨਾਂ ਨੇ ਆਪਣੇ ਐਮਐਲਏ ਬੁਲਾ ਲਏ ਤੇ ਬਰਾਦ ਦੇ ਐਮਪੀ ਵੀ ਵਿੱਚ ਬੁਲਾ ਲਏ ਹੂੰ ਹੂੰ ਸਾਂਝੀ ਮੀਟਿੰਗ ਦੇ ਵਿੱਚੋਂ ਫਿਰ ਚੁਣੇ ਗਏ ਉੱਥੇ ਗੜਕਰੀ ਹੋ ਰਹੀ ਵੀ ਸੀਗੀ ਹੂੰ ਉੱਥੇ ਸ਼ਿਵਰਾਜ ਸਿੰਘ ਚੋਹਾਨ ਸੀ ਲੇਕਿਨ ਗੜਕਰੀ ਹੈ ਜਿਹੜਾ ਜਦੋਂ ਉੱਠ ਕੇ ਖੜੇ ਹੋ ਕੇ ਮਤਲਬ ਸਮਾਗਮ ਕਰਨ ਆਪਣਾ ਵੈਲਕਮ ਕਰਨ ਲੱਗੇ ਪ੍ਰਧਾਨ ਮੰਤਰੀ ਨੂੰ ਖੜਾ ਨਹੀਂ ਹੋਇਆ ਹੂੰ ਉਹ ਬੈਠਾ ਰਿਹਾ ਔਰ ਜਿਹੜਾ ਹੈਗਾ ਤੁਹਾਡਾ ਸ਼ਿਵਰਾਜ ਸਿੰਘ ਝੁਹਾਨਾ ਉਹ ਤਾਂ ਕਰ ਸਿਆਣਾ ਬੰਦਾ ਹੂੰ ਹੂੰ ਉਹਨੇ ਇਹ ਨਹੀਂ ਵੀ ਗੜਖਰੀ ਕੋਈ ਘੱਟ ਸਿਆਣਾ ਉਹ ਵੀ ਬਹੁਤ ਸਿਆਣਾ ਆਰਐਸਐਸ ਦੇ ਬੜਾ ਨੇੜੇ ਹੂੰ ਹੂੰ ਔਰ ਪਰ ਉਹਨੂੰ ਪਿਛਲੇ ਸਮੇਂ ਦੇ ਵਿੱਚ ਜਿਹੜੇ ਰਗੜੇ ਦਿੱਤੇ ਹੈ ਪਾਰਲੀਮੈਂਟਰੀ ਬੋਰਡ ਚੋਂ ਕੱਢਤਾ ਉਹ ਸਾਰੀਆਂ ਚੀਜ਼ਾਂ ਆਪਦੀ ਧਾਂ ਤੇ ਖੜੀਆਂ ਕਰਦੇ ਜੀ ਕਹਿੰਦੇ ਜੀ ਜਦੋਂ ਫਿਰ ਉਹਨੂੰ ਮੀਟਿੰਗ ਨੂੰ ਐਡਰੈਸ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ ਜਿਉਂ ਲੱਗੇ ਕਹਿੰਦੇ ਨਾਂ ਲੈਣ ਹੂੰ ਕਈ ਦਰਜਨ ਵਾਰੀ ਸ਼ਾਇਦ 39 ਵਾਰੀ ਇੰਡੀਆ ਦਾ ਨਾਂ ਲਿਆ ਜੀ ਹੁਣ ਇਹ ਸਰਕਾਰ ਮੋਦੀ ਸਰਕਾਰ ਨਹੀਂ ਇਸ ਸਰਕਾਰ ਭਾਜਪਾ ਸਰਕਾਰ ਨਹੀਂ ਇਹ ਹੁਣ ਐਨਡੀਏ ਸਰਕਾਰ ਹੈ ਹਮ ਹਮ ਤੇ ਐਨਡੀਏ ਦੀ ਹੋਂਦ ਕਿੱਥੇ ਹੈ ਉਹ ਆਪਾਂ ਬਾਕੀ ਸਾਰੇ ਨੂੰ ਛੱਡ ਦਈਏ ਸਾਡੇ ਐਨਡੀਏ ਦੇ ਇੱਕ ਹੋਰ ਭਾਈਵਾਲ ਹੁੰਦੇ ਸੀ ਉਹ ਤਾਂ ਬਾਹਰ ਆ ਗਏ ਹਮ ਹਮ ਅਕਾਲੀ ਦਲ ਵਾਲੇ ਤੇ ਅਕਾਲੀ ਦਲ ਦੇ ਸਰਵਿਸ ਸਰਵ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਜੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਬਾਜਪਾਈ ਸਾਹਿਬ ਦੇ ਜਮਾਨੇ ਦੇ ਵਿੱਚ ਐਨਡੀਏ ਵਾਲਿਆਂ ਦੀ ਇੱਕ ਵੱਡੀ ਸਾਂਝੀ ਕਾਮਨ ਸੋਚ ਹੁੰਦੀ ਸੀ ਹਮ ਹਮ ਕਾਮਨ ਫੈਸਲੇ ਹੁੰਦੇ ਸੀ ਔਰ ਉਹ ਐਨਡੀਏ ਨੂੰ ਜਿਹੜਾ ਹੈਗਾ ਪੂਰਾ ਸਤਕਾਰ ਦਿੰਦੇ ਸੀ ਪਰ ਇਹ ਕਹਿੰਦੇ ਵੀ ਸਾਨੂੰ ਤਾਂ ਐਂਡੀ ਦਾ ਹੀ ਨਹੀਂ ਪਤਾ ਵੀ ਹੈਗਾ ਕਿਹੜੀ ਕਦੇ ਮੀਟਿੰਗ ਹੀ ਨਹੀਂ ਹੋਈ ਮੀਟਿੰਗ ਹੀ ਨਹੀਂ ਹੋਈ ਐਂਡੀਏ ਦੀ ਮੀਟਿੰਗ ਤੋਂ ਬਗੈਰ ਜਿਹੜੀ ਗੱਲ ਕਰ ਲਈ ਵੀ ਜਿਹੜੀ ਐਂਡੀਏ ਦੀ ਕਦੇ ਮੀਟਿੰਗ ਹੁੰਦੀ ਨਹੀਂ ਸੀ ਇਹਦਾ ਮਤਲਬ ਉਹਦੀ ਹੋਣ ਤਾਂ ਹੈ ਨਹੀਂ ਤੇ ਉਹ ਐਂਡੀਏ ਦਾ ਬਾਰ-ਬਾਰ ਲਾ ਕੇ ਨਾਂ ਲੈਣਾ ਉਹ ਨਾਂ ਕਿਉਂ ਲੈਣ ਲੱਗੇ ਇਹਦਾ ਕਾਰਨ ਇਹ ਹੈ ਕਿ ਦੋ ਬੰਦਿਆਂ ਤੋਂ ਬਗੈਰ ਜਿਹੜੀ ਹੈ ਇਹ ਸਰਕਾਰ ਚੱਲ ਨਹੀਂ ਸਕਦੀ ਜੀ ਨਤੀਸ਼ ਕੁਮਾਰ ਤੇ ਚੰਦਰਬਾਬੂ ਨੇਡੂ ਨਤੀਸ਼ ਕੁਮਾਰ ਦੇ ਬਾਰੇ ਆਪਾਂ ਨੂੰ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਤੇਜਸਵੀ ਯਾਦਵ ਨੇ ਕਿਹਾ ਤਾਂ ਹੂੰ ਕਿ ਚਾਚਾ ਮੇਰਾ ਪਲਟੂ ਰਾਮ ਹੈ ਹੂੰ ਤੇ ਪਲਟੂ ਰਾਮ ਚਾਚਾ ਇਹ ਹੋ ਜਾਏ ਕਹਿੰਦਾ ਵੀ ਦੋ ਚੀਜ਼ਾਂ ਦੇ ਤੇ ਸਮਝੌਤਾ ਨਹੀਂ ਕਰ ਸਕਦਾ ਇੱਕ ਤਾਂ ਆਪਦੀ ਪਾਰਟੀ ਨੂੰ ਟੁੱਟਣ ਤੋਂ ਬਚਾਉਣ ਵਾਸਤੇ ਇਹਨੂੰ ਕੁਝ ਕਰਨਾ ਪੈਣਾ ਦੂਜਾ ਕਹਿੰਦਾ ਇਹ ਬੰਦਾ ਜਿਹੜਾ ਹੈਗਾ ਇਹ ਜਿਹੜੀ ਹੈ ਸੋਸ਼ਲ ਜਸਟਿਸ ਉਹਦੇ ਤੋਂ ਪਾਸੇ ਨਹੀਂ ਜਾ ਸਕਦਾ ਲਓ ਜੀ ਅੱਜ ਖਬਰਾਂ ਕੀ ਹੈ ਮੈਂ ਦੇਖ ਰਿਹਾ ਸੀ ਇੱਕ ਵੈਬ ਚੈਨਲ ਦੇ ਉੱਤੇ ਆ ਰਹੀਆਂ ਸੀ ਖਬਰਾਂ ਕਹਿੰਦੇ ਨਤੀਸ਼ ਕੁਮਾਰ ਦੇ ਪੰਜ ਪਾਰਲੀਮੈਂਟ ਦੇ ਮੈਂਬਰ ਜਿਹੜੇ ਪਿਛਲੇ 24 ਘੰਟਿਆਂ ਤੋਂ ਗਾਇਬ ਨੇ ਮਤਲਬ ਸੰਪਰਕ ਤੋਂ ਬਾਹਰ ਹੈ ਅੱਛਾ ਜੇ ਸੰਪਰਕ ਤੋਂ ਬਾਹਰ ਹੈ ਤੇ ਅਜੇ ਤੱਕ ਕੰਫੀਡੈਂਸ ਤਾਂ ਬੈਸੇ ਰਾਸ਼ਟਰਪਤੀਨ ਤੱਕ ਇਹ ਨਹੀਂ ਵੀ ਤੁਸੀਂ ਵੋਟ ਆਫ ਕੰਫੀਡੈਂਸ ਲਓ ਕਿਉਂਕਿ ਇਹਨਾਂ ਨੇ ਚਿੱਠੀਆਂ ਦੇ ਦਿੱਤੀਆਂ ਸਾਰਿਆਂ ਦੀਆਂ ਤੇ ਦੂਜੇ ਪਾਸੇ ਜੇ ਤੂੰ ਨਾ ਹੀ ਕਿਸੇ ਨੇ ਪੇਸ਼ ਕੀਤਾ ਕਿਉਂਕਿ ਇੰਡੀਆ ਗਰੁੱਪ ਵਾਲਿਆਂ ਨੇ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਸੀ ਨਹੀਂ ਆਪਾਂ ਬਹਿ ਕੇ ਦੇਖੋ ਨਹੀਂ ਉਹਨਾਂ ਨੇ ਬਹਿ ਨਹੀਂ ਜੀ ਉਹਨਾਂ ਨੇ ਇੱਕ ਗੱਲ ਕਰ ਲਈ ਕਿ ਫਤਵਾ ਸਾਡੇ ਹੱਕ ਚ ਨਹੀਂ ਹੂੰ ਹੂੰ ਸਾਨੂੰ ਜਿਹੜਾ ਹੈਗਾ ਲੋਕਾਂ ਨੇ ਬਹੁਤ ਮਤ ਨਹੀਂ ਦਿੱਤਾ ਆਪਾਂ ਬਹਿ ਜੂ ਕੱਲ ਦੀ ਵੱਡੀ ਪਾਰਟੀ ਦੇ ਤੌਰ ਤੇ ਉੱਤੇ ਭਾਰਤੀ ਜਨਤਾ ਪਾਰਟੀ ਆਉਂਦੀ ਔਰ ਇਹਨਾਂ ਦੇ ਹੈਗੇ ਇਹਨਾਂ ਨੂੰ ਬਣਾਉਣ ਦੇ ਸਰਕਾਰ ਚਲਾਉਣ ਦੇ ਦੇਖਦੇ ਕਿੰਨਾ ਚੱਲਦੀ ਹੈ ਹੂੰ ਹੂੰ ਠੀਕ ਹੈ ਇਹ ਆਪਣੇ ਭਾਰਨ ਵਾਲੀ ਡਿੱਗੂਗੀ ਸਾਨੂੰ ਕੀ ਲੋੜ ਉਹ ਅਸੀਂ ਲੋਕਾਂ ਦਾ ਵਾਲਾ ਬੱਕੇ ਇਹ ਇਹ ਉਹਨਾਂ ਦੀ ਸੋਚ ਸੀਗੀ ਪਰ ਇਧਰਲੇ ਪਾਸੇ ਜਿਹੜਾ ਇਹਨਾਂ ਦਾ ਆ ਗਿਆ ਕਿ ਜਿਹੜੇ ਪੰਜ ਬੰਦੇ ਗਏ ਵਾ ਤੇ ਉਹ ਕੀ ਹੈ ਨੈਡੂ ਦੀ ਜੇ ਆਪਾਂ ਗੱਲ ਕਰਕੇ ਤੇ ਨੈਡੂ ਮਗਰ ਸਪੀਕਰ ਦਾ ਉਹਦਾ ਉਹਦਾ ਕਹਿੰਦਾ ਸਪੀਕਰ ਦੇ ਸਪੀਕਰ ਕਿਉਂ ਹੈ ਮਗਦਾ ਕਿਉਂ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਸਾਰੀ ਮੁਠੀ ਜਾਨ ਹੀ ਉਹਦੇ ਚਾਹੇ ਨਹੀਂ 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 ਸਪੀਕਰ ਹੀ ਕਹਿੰਦੇ ਹੀ ਸ਼ਕਤੀ ਹੈ ਕਿ ਸਪੀਕਰ ਦੇ ਤੁਹਾਡੇ ਵੱਲ ਹੈ ਤ ਸਾਰਾ ਕੁਝ ਹੀ ਵੱਲ ਹੈ ਸਭ ਕੁਝ ਹੀ ਵੱਲ ਹੈ ਤੇ ਜੇ ਸਪੀਕਰ ਤੁਹਾਡੇ ਉਲਟਾ ਤਾਂ ਕੁਝ ਵੀ ਹੋ ਜਣਾ ਬਸ ਤੁਸੀਂ ਇਹ ਦੇਖੋ ਮਹਾਰਾਸ਼ਟਰ ਚ ਕੀ ਹੋਇਆ ਹਮ ਹਮ ਮਹਾਰਾਸ਼ਟਰ ਦੇ ਵਿੱਚ ਸਰਕਾਰ ਤਾਂ ਮਹਾਵਿਕਾਸ ਅਗਾੜੀ ਦੀ ਸੀ ਹਮ ਹਮ ਮੁੱਖ ਮੰਤਰੀ ਉਦਮ ਠਾਕਰੇ ਸੀ ਪਰ ਉਦਮ ਠਾਕਰੇ ਦੀ ਬਦਕਿਸਮਤੀ ਹੋ ਗਈ ਕਿ ਸਪੀਕਰ ਹੈ ਨਹੀਂ ਸੀ ਹਮ ਹਮ ਡਿਪਟੀ ਸਪੀਕਰ ਜਿਹੜਾ ਸੀ ਕੰਮ ਉਹਦੇ ਨਾਲ ਚਲਾਉਂਦਾ ਸੀ ਤੇ ਡਿਪੀ ਸਪੀਕਰ ਜਿਹੜਾ ਹੈਗਾ ਉਹਨੇ ਨੋਟਿਸ ਵਗੈਰਾ ਦੇਤੇ ਉਹਦੀ ਗੱਲ ਚੱਲੀ ਨਹੀਂ ਮੁਰਕੇ ਸਪੀਕਰ ਉਹਨਾਂ ਨੇ ਆਪ ਦਾ ਬਣਾ ਲਿਆ ਤੇ ਸਪੀਕਰ ਨੇ ਫਿਰ ਫੈਸਲੇ ਕੀਤੇ ਹਮ ਹਮ ਸਪੀਕਰ ਨੇ ਜਿਹੜਾ ਤੁਸੀਂ ਦੇਖੋ ਕਿ ਜਿਹੜੀ ਨਾ ਮੂਲ ਪਾਰਟੀ ਹੈ ਜੀ ਸ਼ਿਵ ਸੈਨਾ ਸ਼ਿਵ ਸੈਨਾ ਨੂੰ ਮੂਲ ਪਾਰਟੀ ਨੂੰ ਕਹਿੰਦਾ ਵੀ ਤਾਂ ਮੂਲ ਪਾਰਟੀ ਹੈ ਨਹੀਂ ਜਿਹੜਾ ਉਹਦੇ ਵਿੱਚੋਂ ਗਰੁੱਪ ਟੁੱਟ ਕੇ ਆਇਆ ਸੀ ਇੱਕ ਅਸਲੀ ਵਾਲਾ ਉਹਨੂੰ ਕਹਿੰਦਾ ਵੀ ਅਸਲ ਪਾਰਟੀ ਹੈ ਜੀ ਉਹਨਾਂ ਦਾ ਚੋਣ ਨਿਸ਼ਾਨ ਤੇ ਵੀ ਜਾਮ ਕਰਦਾ ਸਾਰਾ ਕੁਝ ਜਾਮ ਕਰਦਾ ਕਹਿੰਦੇ ਜੀ ਅਸਲ ਪਾਰਟੀ ਈਵਨ ਉਹਨਾਂ ਦੇ ਅਸਾਸੇ ਹੈ ਜਿਹੜੇ ਉਹਨਾਂ ਦੇ ਦਫ਼ਤਰ ਉਹਨਾਂ ਦੀਆਂ ਬਿਲਡਿੰਗਾਂ ਕਿੰਨੀ ਪ੍ਰਾਪਰਟੀ ਸੀ ਉਹਨਾਂ ਦੀ ਸਾਰੀ ਕਿੰਨੇ ਬਾਲ ਠਾਕਰੇ ਵੇਲੇ ਦੀ ਬਣੀ ਹੋਈ ਪਾਰਟੀ ਉਹ ਸਾਰੇ ਤੋਂ ਉਹਦਾ ਕਬਜ਼ਾ ਕਰਵਾਤਾ ਦੂਜੇ ਪਾਸੇ ਐਨਸੀਪੀ ਨੈਸ਼ਨਲਿਸਟ ਕਾਂਗਰਸ ਪਾਰਟੀ ਸ਼ਰਦ ਪਵਾਰ ਦੀ ਪਾਰਟੀ ਸ਼ਰਦ ਪਵਾਰ ਤਾਂ ਬੜਾ ਵੱਡਾ ਮਰਾਠਾ ਲੀਡਰ ਹੈ ਬਿਲਕੁਲ ਉਹਦੇ ਵਿੱਚੋਂ ਉਹਦਾ ਭਰਾ ਭਤੀਜਾ ਅਜੀਤ ਪਵਾਰ ਉਹ ਬੰਦਾ ਬਾਹਰ ਆ ਗਿਆ ਅਜੀਤ ਪਵਾਰ ਜਿਹੜਾ 5-7 ਬੰਦੇ ਲੈ ਕੇ ਬਾਹਰ ਆਇਆ ਹੂੰ ਉਹਨੂੰ ਮੰਨ ਲਿਆ ਮੇਨ ਐਨਸੀਪੀ ਹੂੰ ਉਹ ਜਿਹੜਾ ਹੈਗਾ ਸਪੀਕਰ ਨੇ ਵੀ ਮੰਨ ਲਿਆ ਤੇ ਉਦੋਂ ਬਾਅਦ ਚੋਣ ਕਮਿਸ਼ਨ ਨੇ ਮੰਨ ਲਿਆ ਮੇਨ ਐਨਸੀਪੀ ਤਾਂ ਜੀ ਇਹ ਹੈ ਕਹਿੰਦੇ ਤੇ ਜਿਹੜਾ ਅਸਲ ਜਿਹੜਾ ਜਿਹਨੇ ਬਣਾਈ ਹੈ ਐਨਸੀਪੀ ਜਿਹੜਾ ਫਾਊਂਡਰ ਹੈ ਉਹ ਤਰ੍ਹਾਂ ਹੀ ਫਿਰਦੇ ਹੁਣ ਆ ਗਿਆ ਜੀ ਉੱਥੇ ਆ ਗਿਆ ਇਲੈਕਸ਼ਨ ਆ ਗਿਆ ਇਲੈਕਸ਼ਨ ਦੇ ਰਿਜ਼ਲਟ ਦੇਖੋ ਕੀ ਆਈਏ ਇਲੈਕਸ਼ਨ ਦੇ ਰਿਜ਼ਲਟ ਇਹ ਆਏ ਹੈ ਕਿ ਜਿਹੜੀ ਇਹ ਮਹਾ ਵਿਕਾਸ ਅਗਾੜੀ ਹੈ ਉਹਨੂੰ ਪੂਰੀ ਜਿਹੜੀ ਹੈਗੀ ਉੱਥੇ ਸਫਲਤਾ ਮਿਲੀ ਹੈ ਬਹੁਮਤ ਮਿਲ ਗਈ ਹਾਂ ਬਹੁਮਤ ਮਿਲ ਗਈ ਜੀ ਉਹ ਮੈਂ ਤਾਂ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ ਉਹਨੂੰ ਐਨਸੀਪੀ ਨੂੰ ਵਧੀਆ ਕਾਂਗਰਸ ਪਾਰਟੀ ਨੂੰ ਵਧੀਆ ਮਿਲੀ ਹੈ ਜਿਹੜੀ ਉਹ ਠਾਕਰੇ ਦੀ ਪਾਰਟੀ ਹੈ ਸ਼ਿਵ ਸਨਾ ਉਹ ਉਹਨੂੰ ਵੀ ਚੰਗੀ ਮਿਲੀ ਹੈ ਔਰ ਜਿਹੜਾ ਅਜੀਤ ਪਵਾਰ ਸੀ ਅਜੀਤ ਪਵਾਰ ਨੇ ਕੈਂਡੀਡੇਟ ਦਾ ਬਾਵਾ ਖੜੇ ਕੀਤੇ ਸੀ ਉਹਨੇ ਆਪਦੀ ਵਾਈਫ ਵੀ ਖੜੀ ਕਰਤੀ ਅੱਛਾ ਜੀ ਕੀ ਦੇ ਖਿਲਾਫ ਕੀਤੀ ਆਪਦੀ ਭੈਣ ਦੇ ਖਿਲਾਫ ਅੱਛਾ ਸਕੀ ਭੈਣ ਦੇ ਖਲਾਫ ਸਕੀ ਭੈਣ ਹੀ ਹੋਗੀ ਨਾ ਕਿਉਂਕਿ ਜਿਹੜਾ ਇਹ ਠਾਕਰੇ ਪਰਿਵਾਰ ਹੈ ਬਾਦਲ ਪਰਿਵਾਰ ਵਾਂਗੂ ਹੈ ਅੱਛਾ ਜੀ ਬਾਦਲ ਪਰਿਵਾਰ ਇੱਕ ਦੂਜੇ ਦਾ ਵਿਰੋਧ ਵੀ ਲੜਦਾ ਲੇਕਿਨ ਬਾਦਲ ਪਰਿਵਾਰ ਦੇ ਵਿੱਚ ਇੱਕ ਕੁਆਲਿਟੀ ਹੈ ਕਿ ਇੱਜ਼ਤ ਦੂਜੇ ਦੀ ਇੱਕ ਦੂਜੇ ਦੀ ਪੂਰੀ ਕਰਦੇ ਹੈ ਬਿਲਕੁਲ ਇਹ ਕਿਸੇ ਕੋਈ ਇਹਨਾਂ ਦੇ ਮਤਲਬ ਆ ਵੀ ਜਾਤੀ ਤੌਰ ਤੇ ਜੇ ਖਲਾਫ ਬੋਲੇ ਤਾਂ ਉਹਦੇ ਨਾਲ ਲੜ ਪੈਂਦੇ ਹੂੰ ਹੂੰ ਉਹਨੂੰ ਕਹਿੰਦੇ ਭਾਈ ਤੂੰ ਇਹ ਗੱਲ ਨਾ ਕਰ ਇੱਕ ਦੂਜੇ ਦਾ ਸਤਕਾਰ ਪੂਰਾ ਕਰਦੇ ਆ ਚਾਹੇ ਮੇਸ਼ਿੰਦਰ ਬਾਦਲ ਹੈ ਸੁਖਬੀਰ ਲਾਲੂ ਮਨਪ੍ਰੀਤ ਲਾਲੂ ਮਨਪ੍ਰੀਤ ਲਾਲੂ ਭਾਬੀ ਲਾਲੀ ਲਾਲੂ ਲਾਲੂ ਚੋੜਾਂ ਨੇ ਡੀ ਜਾਣਗੇ ਇੱਕ ਦੂਜੇ ਦੇ ਖਿਲਾਫ ਸਾਰਾ ਕੁਝ ਕਰੀ ਜਾਣਗੇ ਪਰ ਭਾਈ ਜੀ ਤੇ ਭਰਾ ਜੀ ਤੇ ਸਾਰਾ ਜੀ ਭਾਬੀ ਜੀ ਸਾਰਾ ਕੁਝ ਉਹਵੇਂ ਕਹਿਣਗੇ। ਇਹੀ ਚੀਜ਼ ਠਾਕਰੇ ਪਰਿਵਾਰ ਉਹਨਾਂ ਜੀ ਆਪਣੇ ਪਵਾਰ ਪਵਾਰ ਚ ਜੀ ਹੁਣ ਪਿਛਲੇ ਦਿਨਾਂ ਚ ਸੁਪਰੀਆ ਸੂਲੇ ਜਿਹੜੀ ਇਹਦੀ ਬੇਟੀ ਹੈ ਆਜੀਤ ਪਵਾਰ ਦਾ ਬੇਟਾ ਨਹੀਂ ਕੁਇ ਦੇ ਬੇਟੀ ਹੈ ਉਹ ਬੇਟੀ ਜਿਹੜੀ ਹੈਗੀ ਆ ਆਜੀਤ ਪਵਾਰ ਦੇ ਘਰੇ ਚਲੀ ਗਈ ਜੀ ਤੇ ਬੜੀ ਚਰਚਾ ਹੋਈ ਵੀ ਉਹ ਕਿਵੇਂ ਚੱਲੀ ਗਈ ਇੱਕ ਪਾਸੇ ਉਹ ਇਲੈਕਸ਼ਨ ਲੜ ਰਹੀ ਉਹ ਕਹਿੰਦੀ ਮੈਂ ਮੇਰੀ ਤਾਈ ਆ ਉੱਥੇ ਹੂੰ ਤਾਈ ਮੇਰੀ ਢਿੱਲੀ ਸੀ ਮੈਂ ਉਹਦਾ ਪਤਾ ਲੈਣ ਆਸ ਤੇ ਗਈ ਹੂੰ ਹੂੰ ਔਰ ਉਹਨਾਂ ਦਾ ਜਿਤ ਮਾਨ ਸਤਕਾਰ ਹੁਣ ਉਸੇ ਸੁਪਰੀਅਰ ਅਸੂਲੇ ਦੇ ਖਿਲਾਫ ਅਜੀਤ ਪਵਾਰ ਨੇ ਆਪਣੀ ਵਾਈਫ ਖੜੀ ਕਰਤੀ ਹੂੰ ਹੂੰ ਔਰ ਉਹਨੇ ਕਹਤਾ ਸੀ ਇਹ ਇਲਾਕਾ ਮੇਰਾ ਹੈ ਮੈਂ ਦਿਖਾਉਂ ਜਿੱਤ ਕੇ ਹੂੰ ਪਰ ਸ਼ਰਦ ਪਵਾਰ ਉੱਥੇ ਗਿਆ ਜਾ ਕੇ ਉਹਨ ਜਿਹੜੇ ਜਿਹੜੇ ਪੁਰਾਣੇ ਸੈਲੋ ਨੇ ਮਾਂਜੇ ਸੀ ਉਹਨੇ ਜਾ ਕੇ ਫੇਰ ਉਠਾ ਲੇ ਹੂੰ ਉਠਾ ਕੇ ਨਤੀਜਾ ਕੀ ਹੋ ਗਿਆ ਉਹਦੀ ਵਾਈਫ ਵੀ ਹਾਰ ਗਈ ਹਾਰ ਗਈ ਹਾਂ ਉਹਦੀ ਵਾਈਫ ਹਾਰ ਗਈ ਤੇ ਜਿਹੜੀ ਸੁਪਰੀ ਹੁਣ ਜਿੱਥੇ ਮਤਲਬ ਤੁਸੀਂ ਹਾਲਤ ਇਹ ਬਣੀ ਹੋਵੇ ਮਤਲਬ ਉੱਥੇ ਸਿਰਫ ਪਰੋਣਾ ਕੋਲ ਇੱਕ ਇੱਕ ਐਮਪੀ ਹੈ ਨਾ ਹੂੰ ਹੂੰ ਇੱਕ ਐਮਪੀ ਦਾ ਸੁਆਦ ਦੇਖੋ ਪਹਿਲੀ ਗੱਲ ਤਾਂ ਜੀ ਇੱਕ ਜਿਹੜਾ ਪਰਫੁੱਲ ਪਟੇਲ ਹੈ ਹੂੰ ਹੂੰ ਇਹ ਬਹੁਤ ਵੱਡਾ ਲੀਡਰ ਹੁੰਦਾ ਸੀ ਐਨਸੀਪੀ ਦਾ ਪਰਫੁੱਲ ਪਟੇਲ ਦਾਨੇ ਵਾਲਿਆ ਸਾਹਿਬ ਇਹਦੇ ਤੇ ਇੱਕ ਕੇਸ ਬਣਾਇਆ ਈਡੀ ਨੇ ਹੂੰ ਕਹਿੰਦੇ ਜੀ ਇਹਨੇ ਕੋਈ ਮਿਰਚੀ ਮਿਰਚੀ ਹੁੰਦਾ ਸੀ ਦਾਉਦ ਇਬਰਾਹਿਮ ਦਾ ਗੁਰਗਾਹ ਹਾਂਜੀ ਉਹਦੀ ਵਾਈਫ ਤੋਂ ਕਹਿੰਦੇ ਨੇ 180 ਕਰੋੜ ਰੁਪਏ ਦੇ ਫਲੈਟ ਲਈਏ ਅੱਛਾ ਜੀ 180 ਕਰੋੜ ਰੁਪਏ ਦੇ ਤੇ ਪੈਸਾ ਕਿੱਥੋਂ ਆਇਆ ਕਹਿੰਦੇ ਸਮਗਲਕਦਾ ਪੈਸਾ ਸੀ ਅੱਛਾ ਜੀ ਤੇ ਉਹਦੀ ਉਹ ਜਿਹੜੀ ਹੈਗੀ ਜੀ ਪ੍ਰੋਪਰਟੀ ਅਟੈਚ ਕਰਤੀ ਉਹਨੇ ਅਪੀਲਟ ਅਥਾਰਟੀ ਦੇ ਕੋਲ ਅਪੀਲ ਕਰਤੀ ਹੂੰ ਤੇ ਅੱਜ ਜਦੋਂ ਹੁਣ ਰਿਜ਼ਲਟ ਆ ਗਿਆ ਇੱਕੋ ਹੀ ਮੈਂਬਰ ਪਾਰਲੀਮੈਂਟਰ ਦਾ ਹੂੰ ਇਕੋ ਮੈਂਬਰ ਪਾਰਲੀਮੈਂਟ ਦਵਾ ਤੇ ਉਹਦੀ ਜਿਹੜੀ ਹੈਗੀ ਹੈ ਅਪੀਲਟ ਅਥਾਰਟੀ ਨੇ ਕਿਹਾ ਕਿ ਜਿਹੜਾ ਕੇਸ ਬਣਾਇਆ ED ਨੇ ਉਹ ਨਜਾਇਜ਼ ਹੈ ਨਜਾਇਜ਼ ਨਾਲ ਦੀ ਨਾਲ ਹੀ ਨਾ ਰੱਦ ਕਰਤਾ ਰੱਦ ਕਰਤਾ ਨਾਲ ਦੀ ਨਾਲ ਹੀ ਤੇ ਕਹਿੰਦੇ ਪ੍ਰਾਪਰਟੀ ਦੀ ਵਾਪਸ ਕਰ ਦਿਓ 180 ਕਰੋੜ ਦੀ ਹੁਣ ਤੁਸੀਂ ਇਹ ਦੇਖੋ ਕਿ ਇੱਕ ਇੱਕ ਬੰਦੇ ਦੀ ਕੀ ਹੁਣ ਉੱਥੇ ਕੀ ਹੋ ਗਿਆ ਜਿਹੜੀ ਤੁਸੀਂ ਪੁੱਛਿਓ ਇੱਕ ਚੱਲੂਗੀ ਸਰਕਾਰ ਕਿਵੇਂ ਹੂੰ ਉਹਨੇ ਹੁਣ ਕਹਿਤਾ ਜੀ ਉਹਨਾਂ ਨੂੰ ਕਹਿੰਦੇ ਵੀ ਆਜੋ ਤੁਸੀਂ ਮੰਤਰੀ ਮੰਡਲ ਚ ਕਹਿੰਦੇ ਹਾਂਜੀ ਦੱਸੋ ਕਹਿੰਦੇ ਕੈਬਨਿਟ ਤਾਂ ਨਹੀਂ ਤੁਹਾਨੂੰ ਰਾਜ ਦੇਵਾਂਗੇ ਰਾਜ ਮੰਤਰੀ ਦਾ ਉਹਦਾ ਹੂੰ ਦੇ ਨਾਲ ਦੀ ਨਾਲ ਹੀ ਜਿਹੜਾ ਹੈਗਾ अजीत पवार ਕਹਿੰਦਾ ਜੀ ਨਹੀਂ ਅਸੀਂ ਨਹੀਂ ਆਉਂਦੇ ਅੱਛਾ अजीत पवार ਹਾਂ ਬੰਦਾ ਇੱਕ ਹਾਂ ਇੱਕ ਇੱਕ ਬੰਦਾ ਕਹਿੰਦਾ ਸਾਡਾ ਬੰਦਾ ਜਿਹੜਾ ਪਹਿਲਾਂ ਕਹਿੰਦਾ ਕੈਬਨਿਟ ਮੰਤਰੀ ਰਿਹਾ ਉਹਨੇ ਰਾਜ ਮੰਤਰੀ ਕਿਵੇਂ ਬਣ ਜੇ ਅਸੀਂ ਨਹੀਂ ਆਉਂਦੇ ਉਹ ਜਵਾਬ ਦੇ ਗਿਆ ਇਹੀ ਚੀਜ਼ ਜਿਹੜੀ ਹੈਗੀ ਹੈ ਨਤੀਸ਼ ਕੁਮਾਰ ਦੇ ਪੰਜ ਬੰਦੇ ਮੈਂ ਦੱਸ ਦਿੱਤੇ ਉਧਰਲੇ ਪਾਸੇ ਜਿਹੜਾ ਐਡੂ ਹੈ ਉਹ ਕਹਿੰਦਾ ਜੀ ਸਾਨੂੰ ਦਿਓ ਸਪੀਕਰ ਸਪੀਕਰ ਦਾ ਕਿ ਉਹਨੂੰ ਪਤਾ ਵੀ ਸਪੀਕਰ ਦੇ ਆ ਉਹਦੇ ਰਾਹੀਂ ਮੈਂ ਉਹਦਾ ਵਿਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਕਹਿ ਦੋ। ਦੇਸ਼ ਦਾ ਪ੍ਰਧਾਨ ਮੰਤਰੀ ਜਿਹੜੀ ਜਿਹੜੀਆਂ ਪਾਰਟੀਆਂ ਨੂੰ ਦੀ ਛਾਲ ਚਕਾਈ ਹੈ ਜਿਵੇਂ ਹੁਣ ਤੁਹਾਡੀ NCP ਦੀ ਚਕਾਈ ਹੈ ਉਧਵ ਠਾਕਰੇ ਦੀ ਪਾਰਟੀ ਦੀ ਚਕਾਈ ਹੈ ਸ਼ਿਵ ਸੈਨਾ ਦੀ ਵੀ ਜਿਹੜੇ ਸਪਲਿੰਟਰ ਸੀ ਉਹਨਾਂ ਨੂੰ ਚੱਕ ਕੇ ਬਣਾਦਾ ਮਾਲਕ ਹੁਣ ਤੁਸੀਂ ਮਾਲਕ ਹੋ ਇਹਦੇ ਤੇ ਤੁਹਾਨੂੰ ਕੱਢ ਕੇ ਆਪਣੇ ਜਿਹੜੇ ਹੈਗੇ ਟਾਈਪ ਵਾਲੇ ਆਪਣੇ ਬੈਠੇ ਜਿਹੜੇ ਹੈਗੇ ਕੁੜੀਆਂ ਮੁੰਡੇ ਕੰਮ ਕਰ ਰਹੇ ਉਹ ਕਰਨ ਮਦਾਨੇ ਲਈ ਸਭ ਤੁਹਾਡਾ ਕੀ ਹੈ ਕਿਉਂਕਿ ਜੇ ਸਪੀਕਰ ਮੈਂ ਹਾਂ ਫੈਸਲਾ ਮੈਂ ਕਰਨਾ ਮੈਂ ਕਹਿੰਦਾ ਇਹ ਹੈ ਇਹ ਮਾਲਕ ਦਾ ਹੀ ਹੈ ਇਹ ਉਹ ਕਦੇ ਵੀ ਚੱਲ ਫਿਰ ਜਦੋਂ ਇਹ ਆ ਕਹੀ ਜਾਂਦਾ ਉਹਦਾ ਜਿਵੇਂ ਹੁੰਦਾ ਨਾ ਵੀ ਪਾਦਰੀ ਦਾ ਫਤਵਾ ਫਤਵਾ ਆ ਗਿਆ ਉਹ ਫਤਵੇ ਵਾਲੀ ਗੱਲ ਉਹ ਫਤਵਾ ਦੇ ਦਿੰਦਾ ਸਪੀਕਰ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਸਪੀਕਰ ਦਾ ਸਾਡੇ ਕੋਲੇ ਨਾ ਹੋਇਆ ਤੇ ਸਾਨੂੰ ਤੋੜ ਕੇ ਸਾਡੀਆਂ ਪਾਰਟੀਆਂ ਤੋੜ ਕੇ ਸਾਡੇ ਇਹ ਨਾਲ ਰਲਾ ਕੇ ਇਹਨਾਂ ਨੇ ਆਪਦੇ 272 73 ਪੂਰੇ ਕਰ ਲੈਣੇ ਤੇ ਫਿਰ ਸਾਡੇ ਮਾਰਨਗੇ ਠੇਢੇ ਵੀ ਜਾਓ ਭਾਜੋ ਤੁਸੀਂ ਤੇ ਅਸੀਂ ਇਹ ਮੌਕਾ ਕਿਉਂ ਦੇਗੀ ਇਸ ਕਰਕੇ ਦਾਨ ਵਾਲਿਆ ਸਭ ਇਹ ਮਾਮਲੇ ਮੈਨੂੰ ਲੱਗਦੀ ਨਹੀਂ ਵੀ ਇਹ ਸਰਕਾਰ ਜਿਹੜੀ ਹੈਗੀ ਹੈ ਪੂਰਾ ਟਾਈਮ ਕੱਢੂਗੀ ਜੀ ਇਹ ਸਰਕਾਰ ਨੂੰ ਲੈ ਕੇ ਰਾਜਸੀ ਹਲਕੇ ਦੇ ਵਿੱਚ ਬਹੁਤ ਜਿਹੜੀ ਹੈਗੀ ਹੈ ਉਚਰਚਾ ਹੋ ਰਹੀ ਹੈ ਹਮਮ ਔਰ ਬੜੇ ਸਹੀ ਤਰੀਕੇ ਦੇ ਨਾਲ ਉਹ ਬੈਠੇ ਆ ਥੋੜੇ ਇੰਡੀਆ ਵਾਲੇ ਇੰਡੀਆ ਨੇ ਤੇ ਇੰਡੀਆ ਵਾਲਿਆਂ ਦੇ ਵਿੱਚੋਂ ਮਮਤਾ ਬੇਨਰਜੀ ਹੂੰ ਜਿਹੜੀ ਵੱਡੀ ਲੀਡਰ ਹੈ ਇੰਡੀਆ ਦੀ ਭਾਵੇਂ ਚੋਣ ਉੱਤੇ ਉਹਨਾਂ ਨੇ ਅਲੱਗ-ਅਲੱਗ ਲੜੀ ਵੀ ਹੈ ਬੜੇ ਲੋਕ ਕਹਿੰਦੇ ਸੀ ਅਲੱਗ-ਅਲੱਗ ਚੋਣ ਲੜੇ ਪਰ ਉਹਨਾਂ ਨੇ ਚੋਣ ਜਿਹੜੀ ਲੇਡੀ ਸੀ ਇੱਕ ਸਟ੍ਰੈਟਜੀ ਨਾਲ ਲੜੀ ਸਟ੍ਰੈਟਜੀ ਨਾਲ ਲੜੀ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਅਸੀਂ ਚੋਣ ਨਾਲ ਲੜੇ ਕਾਂਗਰਸ ਤੇ ਲੈਫਟ ਵਾਲੇ ਤਾਂ ਨਤੀਜਾ ਕੀ ਹੋਊਗਾ ਕਿ ਉਹ ਨਤੀਜਾ ਇਹ ਹੋਊਗਾ ਕਿ ਜਿਹੜੀ ਹੈਗੀ ਐਂਟੀ ਇਨਕੰਮਬੈਂਸੀ ਮਮਤਾ ਦੇ ਖਿਲਾਫ ਜਿਹੜੀ ਹੈਗੀ ਹੈ ਉਹ ਮਮਤਾ ਵੈਨਰਦੀ ਵਾਲੀ ਐਂਟੀ ਇਨਕੰਮਬੈਂਸੀ ਦੀ ਬੋਰ ਪਾਰਟੀ ਜਨਤਾ ਪਾਰਟੀ ਨੂੰ ਨਾ ਪਵੇ ਐਂਟੀ ਇਨਕੰਮਬੈਂਸੀ ਉਹ ਆਪ ਖੜੇ ਹੋਗੇ ਉਹਨਾਂ ਨੇ ਔਰ ਉੱਥੇ ਜੀ ਵੀ ਹੈਗੀ ਹੈ ਮਮਤਾ ਬੈਨਰਜੀ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਆਈ ਹੈ ਹੁਣ ਮਮਤਾ ਬੈਨਰਜੀ ਦਾ ਬਿਆਨ ਪੜ੍ਹ ਲਉ ਉਹ ਕਹਿੰਦੀ ਵੀ ਅਸੀਂ ਨਹੀਂ ਦਾਵਾ ਪੇਸ਼ ਕਰ ਰਹੀਏ ਸਰਕਾਰ ਬਣਾਵਾਂਗੀ ਪਰ ਇਹਦਾ ਮਤਲਬ ਇਹ ਵੀ ਨਹੀਂ ਜੀ ਕਿ ਅਸੀਂ ਨਹੀਂ ਬਣਾਵਾਂਗੀ ਬਣਾਵਾਂਗੀ ਕਹਿੰਦੀ ਮੌਕੇ ਤੇ ਬਣਾਵਾਂਗੇ ਮੌਕੇ ਤੇ ਕਹਿੰਦੀ ਹੈ ਮੇਰੇ ਮਿੱਤਰ ਹੈ ਚੰਦਰਬਾਬੂ ਨੇੜੂ ਵੀ ਮੇਰਾ ਮਿੱਤਰ ਹੈ ਔਰ ਜਿਹੜਾ ਤੁਹਾਰਾ ਨतीश ਕੁਮਾਰ ਵੀ ਮੇਰਾ ਮਿੱਤਰ ਹੈ ਤੇ ਇੱਕ ਪੁਰਾਣੀ ਕੋਈ ਨਾ ਦਾਨੀਲ ਗਿਆ ਸਾਹਿਬ ਇੱਕ ਵੀਡੀਓ ਹੋਰ ਵਾਇਰਲ ਹੋਈ ਵੀ ਹੈ ਅੱਛਾ ਕਹਿੰਦੇ ਇੱਕ ਹਵਾਈ ਅੱਡੇ ਦੇ ਉੱਤੇ ਮਤਲਬ ਜਿਹੜੇ ਹੈਗੇ ਆ ਇਹਨਾਂ ਦੀ ਮੀਟਿੰਗ ਹੋ ਰਹੀ ਹੈ ਚੰਦਰਬਾਬੂ ਨਾਡੂ ਦੀ ਤੇ ਡੀ ਕੇ ਸ਼ਿਵ ਕੁਮਾਰ ਦੀ ਅੱਛਾ ਜੀ ਡੀ ਕੇ ਸ਼ਿਵ ਕੁਮਾਰ ਨੂੰ ਚਾਂਕੀਆ ਕਿਹਾ ਜਾਂਦਾ ਲਖਣੀਪਰਦਾ ਲਖਣੀਪਰਦਾ ਹਾਂਜੀ ਬਿਲਕੁਲ ਠੀਕ ਹੈ ਉਹ ਡੀ ਕੇ ਸ਼ਿਵ ਕੁਮਾਰ ਬੜਾ ਕਲਾਕਾਰ ਐਮਦ ਪਟੇਲ ਕੱਲ ਆਪਾਂ ਭੁੱਲ ਗਏ ਸੀ ਐਮਦ ਐਮਦ ਪਟੇਲ ਸੀਂ ਦਰਾ ਗਾਂਧੀ ਆ ਸੋਨੀਆ ਗਾਂਧੀ ਦਾ ਰਾਸ਼ਿਸ ਖਤਰ ਬਿਲਕੁਲ ਬਿਲਕੁਲ ਉਹ ਬੜਾ ਇਹ ਪੰਜਾਬ ਕਾਂਗਰਸ ਦਾ ਬੜਾ ਮੰਨਿਆ ਬੜੀ ਉਹਨੇ ਚਾਬੀ ਮਰੂੜੀ ਰੱਖੀ ਹਾਂ ਬੜੀ ਚਾਬੀ ਉਹ ਐਮਦ ਪਟੇਲ ਜਿਹੜਾ ਐਮਦ ਪਟੇਲ ਰਾਜ ਸਭਾ 'ਚ ਖ ਨਰੇਂਦਰ ਮੋਦੀ ਨੇ ਤੇ ਅਮਿਤ ਸ਼ਾਹ ਨੇ ਜ਼ੋਰ ਲਾਇਆ ਸੀ ਕਿ ਇਸ ਬੰਦੇ ਨੂੰ ਆਪਾਂ ਰਾਜ ਸਭਾ ਜੀ ਨਹੀਂ ਜਾਣ ਦੇਣਾ ਪਰ ਉਹ ਜੇ ਰਾਜ ਸਭਾ ਚ ਗਿਆ ਸੀ ਉਹ ਡਿਊ ਟੂ ਡੀ ਕੇ ਸ਼ਿਮਕਮਾਰ ਗਿਆ ਸੀ ਜੀ ਹੁਣ ਉਹ ਡੀ ਕੇ ਸ਼ਿਮਕਮਾਰ ਹੈ ਉਹ ਵੀ ਗੱਲ ਕਰ ਲੈ ਇਸ ਕਰਕੇ ਕੁਛ ਆਪਾਂ ਕਹਿ ਨਹੀਂ ਸਕਦੇ ਕਿ ਇਹ ਸਰਕਾਰ ਕਿੰਨੀ ਦਿਨ ਤੱਕ ਚੱਲੂ ਤਿਆਰੀ ਉਹਨਾਂ ਦੀ ਵੀ ਪੂਰੀ ਹੈ ਜੀ ਪਰ ਉਹ ਇਹ ਗੱਲ ਕਹਿੰਦੇ ਕਿ ਸਾਡੇ ਤੇ ਇਹ ਨਾਲ الزام ਆਵੇ ਕਿ ਇਹਨਾਂ ਨੇ ਸਰਕਾਰ ਬਣਨੀ ਸੀ ਇਹਨਾਂ ਨੂੰ ਬਣਾਉਣ ਦੇ ਸਰਕਾਰ ਵੈਸੇ ਵੀ ਦਨਾਲੀਆ ਸਭ ਕਿਉਂਕਿ ਵੱਡੀ ਪਾਰਟੀ ਦੇ ਨਾਤੇ ਜੇ ਉਹ ਦਾਵਾਵਾ ਪੇਸ਼ ਵੀ ਕਰਦੇ ਉਹਨਾਂ ਦਾਵਾ ਮੰਨੇ ਨਹੀਂ ਜਾਣਾ ਸੀ ਬਟੇ ਪਾਰਟੀ ਦੇ ਤੌਰ ਦੇ ਉਤੇ ਉਹਨਾਂ ਨੇ ਬੁਲਾਉਣਾ ਸੀ ਮੈਡਮ ਸਪੀਕਰ ਨੇ ਆਹ ਸੌਰੀ ਰਾਸ਼ਟਰਪਤੀ ਨੇ ਹਾਂ ਜੀ ਨਰਿੰਦਰ ਮੋਦੀ ਰਾਣੂ ਕਿ ਤੁਸੀਂ ਆਓ ਜੀ ਚਲੋ ਹੁਣ ਇਹ ਦੇਖਦੇ ਮੰਤਰੀ ਮੰਡਲ ਤਬ ਕੱਲ ਬਣਾ ਲਿਆ ਪਰ ਮੰਤਰੀ ਮੰਡਲ ਦੇ ਵਿੱਚ ਜਦੋਂ ਹੁਣ ਉਹਦੇ ਬੰਦੇ ਜਾਣਗੇ ਉਦੋਂ ਫਿਰ ਪਤਾ ਲੱਗੂਗਾ ਮਹਿਕਮੇ ਬੰਦੇ ਜਾਣਗੇ ਉਦੋਂ ਫਿਰ ਕੀ ਹੋਊਗਾ ਉਹਨੂੰ ਮਹਿਕਮੇ ਦੇ ਫਿਰ ਰੌਲਾ ਪੈਣਾ ਰਮਨਦੀਤ ਬਿੱਟੂ ਨੂੰ ਇੰਡਕਸ਼ਨ ਦੀ ਕਿਵੇਂ ਲੈ ਰਹੇ ਹੋ ਪੰਜਾਬ ਦੇ ਵਿੱਚ ਉਹਦਾ ਕੀ ਅਸਰ ਹੋਊਗਾ ਦੇਖੋ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਇਹ ਕੀ ਸੋਚ ਕੇ ਕਰ ਰਹੀ ਗੱਲ ਦਾਨੀਆ ਇਹ ਸਭ ਕਈ ਚੀਜ਼ਾਂ ਹੁੰਦੀਆਂ ਨੇ ਕਈ ਮਾਮਲੇ ਹੁੰਦੇ ਐ ਜੀ ਕੁਝ ਸਟ੍ਰੈਟਜੀ ਹੁੰਦੀ ਐ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੁਰਾਣੇ ਲੀਡਰ ਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਤਿੰਨ ਕਿਸਮ ਦੀ ਐ ਜੀ ਇੱਕ ਭਾਰਤੀ ਜਨਤਾ ਪਾਰਟੀ ਉਹ ਐ ਜਿਹੜੀ ਮੂਲ ਪਾਰਟੀ ਐ ਹੂੰ ਹੂੰ ਜਿਨ੍ਹਾਂ ਨੇ ਪਾਰਟੀ ਬਣਾਈ ਸੀ ਜੀ ਉਤੋ ਬਾਅਦ ਇੱਕ ਫਿਰ ਉਹਨਾਂ ਨੂੰ ਲੋੜ ਮਹਿਸੂਸ ਹੋਈ ਕਿ ਹੋਰਾਂ ਪਾਰਟੀਆਂ ਚੋਂ ਬੰਦੇ ਚਾਹੀਦੇ ਜੀ ਕਿਉਂਕਿ ਜਿਹੜੇ ਬਾਕੀ ਬੰਦੇ ਸੀ ਉਹਨਾਂ ਦੇ ਵਿੱਚ ਸਿੱਖ ਜਿਹੜੇ ਐ ਉਹ ਇੱਕ ਤਾਂ ਹਰਜੀਤ ਸਿੰਘ ਗਰੇਵਾਲ ਸੀ ਕਦਾ ਕੋਈ ਹੋਰ ਸੀ ਜੀ ਮਤਲਬ ਜਿਹੜੀਆਂ ਸਿੱਖ ਪਰਸਨੈਲਿਟੀਆਂ ਆ ਉਹ ਹੈ ਨਹੀਂ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਤਾ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਦੇ ਉਹਦੇ ਤੋਂ ਜੀ ਉਹ ਇੰਨਾ ਵੱਧ ਜਾਣ ਹੋ ਗਿਆ ਕਾਂਗਰਸ ਪਾਰਟੀ ਤੋਂ ਕਿ ਉਹ ਪਾਰਟੀ ਨੇ ਤਾਂ ਪਾਰਟੀ ਜੁਆਇਨ ਕਰ ਗਿਆ ਉਸ ਤੋਂ ਬਾਅਦ ਆਪਣੇ ਸੁਨੀਲ ਜਾਖੜ ਸਾਹਿਬ ਉਹਨਾਂ ਨੂੰ ਕਹਤਾ ਵੀ ਤੂੰ ਪਹੁੰਚੋ ਚੰਡੀਗੜ੍ਹ ਤੁਹਾਨੂੰ ਮੁੱਖ ਮੰਤਰੀ ਬਣਾਉਣਾ ਹੈ ਰਾਹੁਲ ਗਾਂਧੀ ਨੇ ਜੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਜਵਾਬ ਦਿੱਤਾ ਕਹਿੰਦੇ ਨਹੀਂ ਜੀ ਤੁਹਾਡੇ ਸਿਰ ਤੇ ਪੱਗ ਨਹੀਂ ਬਣੀ ਵੀ ਤੁਸੀਂ ਸਿੱਖ ਨਹੀਂ ਹੈਗੇ ਗੈਰ ਗੈਰ ਸੇਕ ਹਾਲਾਂਕਿ ਮੇਰਾ ਖਿਆਲ ਆ ਵੀ ਸਿੱਖ ਧਰਮ ਦੇ ਵਿੱਚ ਉਹਦਾ ਕਈ ਸਿੱਖਾਂ ਦੇ ਨਾਲੋਂ ਜ਼ਿਆਦਾ ਜਿਆਦਾ ਹੈਗਾ ਆਸਤਾ ਹੈਗੀ ਉਹ ਚਲਾ ਉਹ 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 ਭਾਰਤੀ ਜਨਤਾ ਪਾਰਟੀ ਚਲੀ ਗਿਆ ਕਿੰਨੇ ਬੰਦੇ ਭਾਰਤੀ ਜਨਤਾ ਪਾਰਟੀ ਛੋੜ ਚਲੇ ਗਏ ਦੂਜੀ ਕਾਂਗਰਸ ਹੋ ਆ ਗਈ ਹੂੰ ਹੂੰ ਤੀਜੀ ਕਾਂਗਰਸ ਆ ਗਈ ਜਿਨ੍ਹਾਂ ਨੇ ਛਾਲਾ ਮਾਰੀਆਂ ਇਲੈਕਸ਼ਨ ਦੇ ਟਾਈਮ ਦੇ ਉੱਤੇ ਜੀ ਬਿੱਟੂ ਤੀਜੀ ਤੀਜੀ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਤੀਜੀ ਪੀੜ੍ਹੀ ਹੈ ਉਹਦੇ ਚ ਆ ਗਿਆ ਹੂੰ ਹੂੰ ਹੁਣ ਤੁਸੀਂ ਇਹ ਦੇਖੋਗੇ ਕਿ ਭਾਰਤੀ ਜਨਤਾ ਪਾਰਟੀ ਨੂੰ 23 ਸੀਟਾਂ ਤੇ ਜਿਹੜੀ ਹੈਗੀ ਹੈ ਲੀਡ ਪ੍ਰਾਪਤ ਹੋਈ ਹੈ 2024 ਦੀਆਂ ਇਲੈਕਸ਼ਨਾਂ ਚ ਇਲੈਕਸ਼ਨਾਂ ਚ 18% 23 ਵਿਧਾਨ ਸਭਾ ਸੀਟਾਂ ਹਾਂ 23 23 ਹਾਂ 23 ਵਿਧਾਨ ਸਭਾ ਸੀਟਾਂ 18% ਇਹਨਾਂ ਦੀ ਹੋ ਗਈ ਹੈ ਵੋਟ ਵੋਟ ਬੈਂਕ ਵੋਟ ਬੈਂਕ ਅਕਾਲੀ ਦਲ ਦਾ ਵੋਟ ਬੈਂਕ ਕੱਟ ਗਿਆ ਹੂੰ ਆਮ ਆਦਮੀ ਪਾਰਟੀ ਕਾਂਗਰਸ ਤੇ ਤੀਜੀ ਨੰਬਰ ਦੀ ਪਾਰਟੀ ਇਹ ਬਣ ਗਈ ਹੁਣ ਇਹ ਬਣੀ ਕਿਵੇਂ ਹੂੰ ਆਪਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਹਿੰਦੂ ਵੋਟਰਾਂ ਨੂੰ ਉਹ ਖਿੱਚ ਪਾ ਰਹੀ ਹੈ ਬਾਹਰ ਹੈ ਕੰਸੋਲिडेट ਕਰ ਹਾਂ ਦਾਲਤ ਵੋਟਰਾਂ ਦੇ ਉੱਤੇ ਵੀ ਉਹਨਾਂ ਦਾ ਹੈ ਪਰ ਉਹ ਹਿੰਦੂ ਵੋਟਰਾਂ ਨੂੰ ਬਿਨ ਉਹਰ ਉਹਨਾਂ ਨੇ ਕਿਵੇਂ ਕੀਤਾ ਜੀ ਉਹਦੇ ਵਿੱਚ ਦਾਨੇ ਵਾਲਿਆ ਸਾਹਿਬ ਮੈਂ ਮੰਨਦਾ ਸਭ ਤੋਂ ਵੱਡਾ ਹੂੰ ਜਿਹੜਾ ਸੀ ਕਿਸਾਨ ਅੰਦੋਲਨ ਜੀ ਜਿਹੜਾ ਇੱਕ ਜਿਹੜੀ ਹੈਗੀ ਡੱਲੇਵਾਲ ਸਾਹਿਬ ਹੂੰ ਜਿਹੜੇ ਗੈਰ ਸਿਆਸੀ ਐਸ ਐਸ ਕੇਐਮ ਉਹਦੇ ਲੀਡਰ ਹੈ ਦੂਜੇ ਜਿਹੜੇ ਹੈਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਭਦੇਰ ਸਾਹਿਬ ਜੀ ਇਹਨਾਂ ਨੇ ਜਿਹੜੀ ਹੈਗੀ ਹੈ ਉਹ ਕਟਾਦੀਸ ਹੀ ਆਪਣੀਆਂ ਮੰਗਾਂ ਦੇ ਹੱਕ ਵਿਚ ਰਹਿਣਾ ਹੁਣ ਮੈਨੂੰ ਇਹ ਦੱਸੋ ਹਮਮ ਕਿ ਜਦੋਂ ਚੋਣ ਜਾਬਤਾ ਲੱਗਿਆ ਹੋਵੇ ਜੀ ਜਾਂ ਚੋਣ ਜਾਬਤਾ ਲੱਗਣ ਵਾਲਾ ਹੋਵੇ ਉਦੋਂ ਚੋਣ ਦੇ ਬਾਵਜੂਦ ਵੀ ਕੋਈ ਸਰਕਾਰ ਤੁਹਾਡੀਆਂ ਮੰਗਾਂ ਦੀ ਪੂਰਤੀ ਨਹੀਂ ਕਰ ਸਕਦੀ ਤਾਂ ਫਿਰ ਉਹਦਾ ਮਤਲਬ ਕੀ ਸੀ ਮੈਂ ਇਹ ਇਲਜ਼ਾਮ ਤਾਂ ਨਹੀਂ ਲਾਉਂਦਾ ਕਿ ਉਹਨਾਂ ਦੀ ਸਰਕਾਰ ਨਾਲ ਕੋਈ ਮਿਲੀਭੁਗਤ ਸੀ ਪਰ ਕਈ ਵਾਰੀ ਦਾਨੀਅਲ ਗਿਆ ਸਾਹਿਬ ਜਿਹੜੇ ਬੰਦੇ ਸੰਘਰਸ਼ੀਲ ਹੁੰਦੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਸਾਨੂੰ ਕੋਈ ਬੰਦਾ ਇਸਤੇਮਾਲ ਕਰੇ ਐਜੰਸੀਆਂ ਕਿਵੇਂ ਇਸਤੇਮਾਲ ਕਰਦੀਆਂ ਜਿਨ੍ਹਾਂ ਨੂੰ ਇਸਤੇਮਾਲ ਕੀਤਾ ਹੁੰਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਇਹ ਕਿਸ ਢੰਗ ਦੇ ਨਾਲ ਉਹ ਜਾ ਕੇ ਉੱਥੇ ਬੈਠੇ ਸ਼ੰਭੂ ਖਨੌਰੀ ਜਾ ਕੇ ਕਿਵੇਂ ਬੈਠੇ ਫਿਰ ਉਹਦੇ ਵਿੱਚ ਜਿਹੜਾ ਹੈਗਾ ਟਕਰਾਅ ਵਾਲੇ ਹਾਲਾਤ ਪੈਦਾ ਹੁੰਦੇ ਆ ਉਹ ਮੁੰਡਾ ਸ਼ੁਭਕਰਨ ਸਿੰਘ ਦੀ ਡੈਥ ਹੋ ਜਾਂਦੀ ਹੈ ਡੈਥ ਹੋਣ ਤੋਂ ਬਾਅਦ ਉਹਦੇ ਲਾਲਾ ਲਾਲਾ ਹੁੰਦੀ ਹੈ ਉਹ ਤੋਂ ਬਾਅਦ ਫਿਰ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਜੀ ਉਹ ਜਦੋਂ ਪਿੰਡਾਂ 'ਚ ਜਾਂਦੇ ਆ ਤੇ ਉਹਨਾਂ ਦਾ ਵਿਰੋਧ ਹੁੰਦਾ ਹੈ ਉਹਨਾਂ ਨੂੰ ਪਿੰਡਾਂ ਜਾਂ ਤੋਂ ਰੋਕਿਆ ਜਾਂਦਾ ਹੈ ਹੁਣ ਤੁਸੀਂ ਦੇਖੋ ਵੀ ਜੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਨੂੰ ਪਿੰਡਾਂ ਜਾਂ ਤੋਂ ਨਾ ਰੋਕਿਆ ਜਾਂਦਾ ਤਾਂ ਨਾਲਗੇ ਸਭ ਤਿੰਨ ਸੀਟਾਂ ਦਾ ਸਿੱਧੀਆਂ ਮੈਂ ਕਿਹਾ ਸੀ ਬੱਟ ਤੇ ਜਿਹੜੀਆਂ ਇਹਦੇ ਫਰੀ ਤੋਂ ਆਪਣਾ ਅਪਰੋਚ ਪਰ ਜਿੱਤੀ ਗਈ ਸੀ ਠੀਕ ਹੈ ਤੁਹਾਡੀ ਪਟਿਆਲਾ ਜਿੱਤੀ ਗਈ ਸੀ ਹਮਮ ਅਮਰਸਰ ਜਿੱਤੀ ਗਈ ਸੀ ਤਿੰਨ ਸੀਟਾਂ ਤਾਂ ਆਪਾਂ ਨੂੰ ਦਿਖਦੀਆਂ ਨਾ ਵੀ ਉਹ ਸਿੱਧੀ ਤਰ੍ਹਾਂ ਜਿੱਤੀਆਂ ਆਪਾਂ ਕਹਿੰਦੇ ਹੁਣ ਉੱਥੇ ਜਾਣ ਨਹੀਂ ਦਿੱਤੇ ਤੇ ਜਾਣ ਕਿਉਂ ਨਹੀਂ ਦਿੱਤੇ ਉਹਦਾ ਨਤੀਜਾ ਕੀ ਹੋਇਆ ਜੇ ਉਹ ਨਹੀਂ ਜਿੱਤਕਾਂਗੇ ਪਿੰਡਾਂ ਚ ਨਹੀਂ ਕਿ ਜਿੱਤੀਆਂ ਨਹੀਂ ਜਾ ਸਕੀ ਪਰ ਜੇ ਉਹਨਾਂ ਨੂੰ ਇੰਨੀ ਨਹੀਂ ਨਹੀਂ ਵੋਟਾਂ ਪੈ ਗਿਆ ਕਿਉਂ ਪੈ ਗਿਆ ਉਹ ਜਦੋਂ ਪਾਰਟੀਨ ਦਾ ਪਾਰਟੀ ਦੇ ਕੈਂਡੀਡੇਟ ਸਬ ਰੋਧ ਹੋ ਰਿਆ ਸੀ ਖਾਸ ਕਰਕੇ ਜਿਹੜੇ ਸ਼ਹਿਰੀ ਹਲਕੇ ਨੂੰ ਵੀ ਲੌਂਗ ਕਰਦੇ ਆ ਉਹ ਇਧਰ ਟਿਲ ਕਾਂਗਰਸ ਨੂੰ ਟਿਲ ਉਹ ਕਾਂਗਰਸ ਸਾਲੇ ਪਾਸੇ ਨੂੰ ਆਪਣਾ ਬੀਜੇਪੀ ਨੂੰ ਟਿਲਟ ਕਰਕੇ ਹੂੰ ਹੂੰ ਇਸੇ ਤਰੀਕੇ ਨਾਲ ਜਦੋਂ ਜਿਹੜੇ ਹੁਣ ਖਾਸ ਕਰਕੇ ਜੇ ਆਪਾਂ ਦੇਖੀ ਜਿਹੜੇ ਪਿੰਡਾਂ ਦੇ ਵਿੱਚ ਵਿਰੋਧ ਹੋਇਆ ਜੀ ਦਲਤ ਕੈਂਡੀਡੇਟਸ ਆ ਜਿਨ੍ਹਾਂ ਦੇ ਵਿੱਚੋਂ ਆਪਾਂ ਦੇਖੀ ਨੰਬਰ 1 ਦੇ ਉੱਤੇ ਆਉਂਦਾ ਹੈ ਹੰਸਰਾਜ ਹੰਸ ਜੀ ਹੰਸਰਾਜ ਹੰਸ ਦੀ ਤਾਂ ਹਾਲਤ ਵਿਚਾਰੇ ਦੀ ਇਹ ਬੜਾ ਛੱਡੀ ਸੀ ਉਹ ਰਾਜ ਗਿਆ ਕਿਸੇ ਵੀ ਉਹਨੂੰ ਜਿਹਦਾ ਜੀ ਕਰਦਾ ਉਹੀ ਘੇਰ ਲੈਂਦਾ ਸੀ ਜੀ ਜੀ ਤੇ ਉਹ ਬੋਲਦਾ ਇਸ ਤਰ੍ਹਾਂ ਨਾਲ ਸੂਫੀ ਕਵੀ ਸੀ ਕਿ ਦੇਖੋ ਜੀ ਮੈਂ ਤਾਂ ਮਿੰਤਰਾਜ ਮਿੰਤ ਬਣ ਕੇ ਰਹਿ ਗਿਆ ਹੂੰ ਹੂੰ ਉਹਦਾ ਜਿਹੜੀ ਇਹ ਸੀ ਨਾ ਟਕਰਾਹ ਦੀ ਨੀਤੀ ਉਸ ਟਕਰਾਹ ਦੀ ਨੀਤੀ ਦੇ ਵਿੱਚ ਪੋਲਰਾਈਜੇਸ਼ਨ ਹੋ ਗਈ ਹੂੰ ਹੂੰ ਪੋਲਰਾਈਜੇਸ਼ਨ ਹੋਈ ਤੇ ਉਹਨਾਂ ਨੇ ਵੋਟਾਂ ਪੂਰੀਆਂ ਪੈ ਗਈਆਂ ਜੀ ਜੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਸਮਝੌਤਾ ਹੁੰਦਾ ਸੀ ਉਦੋਂ ਵੀ ਸੀਟਾਂ ਉੱਤੇ ਹੀ ਲੜਦੇ ਸੀ ਬਿਲਕੁਲ ਤੇ 23 ਕਦੇ ਆਈਆਂ ਨਹੀਂ ਸੁੰਨੀਆਂ 18 ਸੀਆਂ ਆਈ ਨੇ ਕਹਉਂਦੀਆਂ ਸੀ ਐਸ ਤ ਕਿ ਅਲੱਗ ਲੜੇ ਤੇ ਅਗਲੇ 23 ਲੈ ਗਈ ਜੀ ਔਰ ਭਾਰਤੀ ਜਨਤਾ ਪਾਰਟੀ ਦੀ ਅਕਾਲੀ ਦਲ ਨਾਲ ਅੱਗੇ ਲੰਘੀ ਹੂੰ ਹੂੰ ਉਹ ਪੋਲਰਾਈਜੇਸ਼ਨ ਦਾ ਮੈਨੂੰ ਲੱਗਦੀ ਐ ਕਿ ਇਥੇ ਟਕਰਾਦੀ ਨੀਤੀ ਐ ਪਰ ਟਕਰਾਦੀ ਨੀਤੀ ਮਹਿੰਗੀ ਪਊ ਹੂੰ ਹੂੰ ਕਿਉਂਕਿ ਮੈਂ ਯਾਦ ਕਰਾਉਣਾ ਤੁਹਾਨੂੰ ਤੁਸੀਂ ਦੇਖੋ ਕਿ ਜਦੋਂ ਕਿਸਾਨ ਸੰਘਰਸ਼ ਚੱਲਦਾ ਸੀ ਉਸ ਵੇਲੇ ਪੰਜਾਬ ਦੇ ਤਿੰਨ ਪਾਰਲੀਮੈਂਟ ਦੇ ਮੈਂਬਰ ਜੀ ਮਿਸਟਰ ਆਉਜੜਾ ਮਿਸਟਰ ਡਿੰਪਾ ਤੇ ਇਹ ਬਿੱਟੂ ਜੀ ਇਹ ਮੰਤਰਮੰਤਰ ਦੇ ਦਰਨੇ ਤੇ ਬੈਠੇ ਹੁੰਦੇ ਸੀ ਹੂੰ ਹੂੰ ਉਹਨਾਂ ਦਿਨਾਂ ਦੇ ਵਿੱਚ ਹੀ ਇਧਰਲੇ ਪਾਸੇ ਸਿੰਘੂ ਬਾਰਡਰ ਵਾਲੇ ਪਾਸੇ ਜੀ ਇੱਕ ਕਿਸਾਨ ਪੰਚਾਇਤ ਹੋਈ ਸੀ ਮਹਾਪੰਚਾਇਤ ਹੋਈ ਸੀ ਤੇ ਉਸ ਮਹਾਪੰਚਾਇਤ ਦੇ ਵਿੱਚ ਸਾਰੇ ਗਏ ਸੀ ਬਾਕੀ ਨੇ ਤਾਂ ਕੁਝ ਨਹੀਂ ਕਹੇ ਤੇ ਮਿੱਟੂ ਤਾਂ ਪੱਕੀ ਦਿਖਲੇ ਆਰਤੀ ਸੀ ਹਾਂ ਬਿਲਕੁਲ ਜੀ ਠੀਕ ਹੈ ਨਾ ਹੁਣ ਜਿਹੜੇ ਬੰਦੇ ਦੇ ਨਾਲ ਕਿਸਾਨਾਂ ਦੀ ਐਨੀ ਅੜ ਫਸੂਵੇ ਤੇ ਉਹ ਕਹਿੰਦਾ ਜੀ ਮੈਂ ਕਿਸਾਨਾਂ ਨਾਲ ਸਿੱਧੀ ਗੱਲ ਕਰਾ ਦੂੰਗਾ ਤੇਰੇ ਉਹ ਤਾਂ ਵਿਸ਼ਵਾਸ ਹੀ ਨਹੀਂ ਕਰਦੇ ਕਿਸਾਨਾਂ ਨੂੰ ਤਾਂ ਜਾਖੜ ਕਰਾ ਦਿੰਦਾ ਜਾਖੜ ਜਾਖੜ ਕਰਵਾ ਦਦਾ ਜਾਖੜ ਤਾਂ ਜਾਖੜ ਨੂੰ ਲੋਕ ਭਾਰਤੀ ਜਨਤਾ ਪਾਰਟੀ ਦਾ ਲੀਡਰ ਮੰਨਣ ਨੂੰ ਤਿਆਰ ਨਹੀਂ ਉਹ ਨੂੰ ਕਿਸਾਨ ਲੀਡਰ ਦੇ ਤੌਰ ਤੇ ਮੰਨਤਾ ਦਿੰਦੀ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਜਾਣ ਦੇ باوجود ਵੀ ਲੋਕ ਸਿਕ ਸੈਂਟਰਿਕ ਲੀਡਰ ਮੰਨਦੇ ਹੂੰ ਹੂੰ ਇਹ ਨੂੰ ਤਾਂ ਕਿਉਂਕਿ ਇਹਦੇ ਕੋਲੇ ਕੀ ਹੈ ਇਹਦੇ ਕੋਲੇ ਲੇਗੇਸੀ ਹੈ ਬੀਨ ਸਿੰਘ ਦੀ ਪਰ ਬੀਨ ਸਿੰਘ ਨੂੰ ਪੰਜਾਬ ਦੇ ਵਿੱਚ ਕਿਵੇਂ ਯਾਦ ਕੀਤਾ ਜਾਂਦਾ ਹੈ ਇਹ ਆਪਾਂ ਨੂੰ ਕਹਿੰਦੀ ਲੋਕ ਇਹ ਸਾਡੇ ਸਾਡੇ ਲੋਕ ਜਾਣਦੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਦਾ ਫਾਇਦਾ ਹੋਊਗਾ ਇਹ ਤਾਂ ਬਸ ਇਹਦਾ ਇਹ ਗੱਲ ਕਰਤੀ ਵੀ ਜੀ ਇਹ ਬੀਨ ਸਿੰਘ ਦਾ ਪੋਤਰਾ ਤਿੰਨ ਵਾਰ ਦਾ ਪਾਰਲੀਮੈਂਟ ਦਾ ਮੈਂਬਰ ਹੈ ਪਰ ਜੇ ਜਾਨੀਏ ਸਭ ਦੇਖੀਏ ਕਿ ਉਹ ਲੋਕਾਂ ਦੇ ਵਿੱਚ ਵਿਚਰਨ ਦਾ ਆਮ ਲੋਕਾਂ ਨੂੰ ਡੀਲ ਕਿਵੇਂ ਕਰਨਾ ਇਹ ਉਹਨੂੰ ਹੈ ਨਹੀਂ ਬਹੁਤਾ ਉਹਨੂੰ ਇਹ ਇਲਮ ਹੈ ਨਹੀਂ ਇਦਾਂ ਤੁਸੀਂ ਦੇਖੋ ਵੀ ਪਾਰਲੀਮੈਂਟ ਦਾ ਮੈਂਬਰ ਹੋਵੇ ਤੇ ਪੁਲਿਸ ਵੱਲੋਂ ਲਾਏ ਹੋਏ ਬੈਰੀਕੇਡਾਂ ਦੇ ਉੱਤੇ ਚੜਦਾ ਫਿਰੇ ਮਤਲਬ ਆਪਾਂ ਬਠਿੰਡੇ ਕੀ ਦੇਖਿਆ ਸੀ ਬਠਿੰਡੇ ਦੇਖ ਲਓ ਕਿਵੇਂ ਤਖਤ ਤੇ ਭੰਨੀ ਗਿਆ ਐਗਰੀਕਲਚਰ ਮਹਿਕਮੇ ਦੇ ਤੇ ਪੂਰੇ ਹਾਲ ਇੱਥੇ ਠੀਕ ਹੈ ਨਾ ਮੈਂ ਕਿਉਂਕਿ ਇਹ ਕਿਉਂਕਿ ਅਸਲ ਦੇ ਵਿੱਚ ਇਹ ਹੈ ਕਿ ਜਿਹੜੇ ਵੇਲੇ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਤਾਜ਼ਾ-ਤਾਜ਼ਾ ਦਾਦੇ ਦੀ ਮੌਤ ਹੋਈ ਸੀ ਜੀ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹਮਮ ਚਲੋ ਉਹਦੇ 'ਚ ਪਾਰਲੀਮੈਂਟ ਦਾ ਮੈਂਬਰ ਇੱਕ ਵਾਰ ਵੀ ਬਣ ਗਿਆ ਦੋ ਵਾਰੀ ਬਣ ਗਿਆ ਤਿੰਨ ਵਾਰੀ ਬਣ ਗਿਆ لیکن ਜਿਹੜੀ ਗਰਾਸ ਰੂਟ ਲੈਵਲ ਦੀ ਵਰਕਰੀ ਹੁੰਦੀ ਹੈ ਉਹ ਨਹੀਂ ਨਾ ਉਹ 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 ਤਜਰਬਾ ਹੈ ਨੀਗਾ ਹੁਣ ਕਹੀ ਤਾਂ ਜਾਂਦਾ ਪਰ ਮੈਂ ਤਾਂ ਹੁਣ ਤੁਸੀਂ ਇਹ ਦੇਖੋ ਕੱਲ ਜਦੋਂ ਉਹ ਨੂੰ ਆ ਗਿਆ ਪਹਿਲਾਂ ਤਾਂ ਉਹ ਕਹਿੰਦੇ ਭੱਜ ਕੇ ਵੜ ਗਿਆ ਕਹਿੰਦੇ ਕਹਿੰਦੇ ਚਾਹ ਹੀ ਬੜਾ ਚੜਿਆ ਸੀ ਉਹ ਨੂੰ ਕਹਿੰਦੇ ਨਹੀਂ ਉਹ ਚਾਹ ਨਹੀਂ ਚੜਿਆ ਸੀ ਉਹ ਜਾ ਰਿਹਾ ਸੀ ਭੀੜ ਪੜਕਾ ਸੀ ਬਾਹਲਾ ਹਾਂ ਭੀੜ ਪੜਕਾ ਵਾ ਗੱਡੀ ਤਾਂ ਹੁਣ ਦਿੱਲੀ ਆ ਦੇਖਿਆ ਹੀ ਤੁਸੀਂ ਬਿਲਕੁਲ ਬੀ ਦਿੱਲੀ ਦੇ ਵਿੱਚ ਗੱਡੀ ਉਹ ਮੈਂ ਤਾਂ ਚਲਦੀ ਨਹੀਂ ਤੇ ਉਹਨੇ ਕਿ ਆ ਵੀ ਕਿਤੇ ਮੈਂ ਲੇਟ ਨਾ ਹੋ ਜਾ ਕਿਤੇ ਸਭ ਚੁੱਕੜ ਕਿੜੀ ਕੋ ਪ੍ਰਧਾਨ ਮੰਤਰੀ ਕੋਲੇ ਜੀ ਹਾਜ਼ਰੀ ਨਾ ਲੱਗੀ ਗੱਡੀ 'ਚ ਉਤਰ ਕੇ ਭੱਜ ਪਿਆ ਨਾਲ ਹੀ ਗੱਰ ਮੈਨੂੰ ਭੱਜ ਪਈ ਉੱਥੇ ਕਿਸੇ ਨੇ ਵੀ ਆਪਣੇ ਕਾਰਨਰ ਕੇ ਨੇ ਵੀਡੀਓ ਬਣਾ ਲਈ ਤੇ ਉਹਨਾਂ ਨੇ ਵੀਡੀਓ ਪਾਦੀ ਵੀ ਭਲਿਆ ਮਾਨਸਾ ਜੇ ਤੈਨੂੰ ਚਿੱਠੀ ਆ ਗਈ ਤੈਨੂੰ ਉਹਨਾਂ ਨੇ ਬੁਲਾ ਲਿਆ ਮੰਗਰ ਕੀ ਰਹਿ ਗਿਆ ਤੂੰ ਰਹਿ ਕੇ ਗਿਆ ਉਹਦਾ ਚਾਹ ਤੇ ਬੁਲਾਉਣਾ ਉੱਥੇ ਬੜੀ ਜੀ ਗੱਲ ਕਰਨੀ ਹੈ ਸ਼ਾਮ ਨੂੰ ਨਾ ਦਾ ਬੋਲੇ ਨੀ ਬੋਲੇ ਹੂੰ ਉਹ ਨਾਮਾਂ ਦੀ ਜਦੋਂ ਪ੍ਰਵਾਨਗੀ ਮਿਲ ਗਈ ਸੀ ਰਾਸ਼ਟਰਪਤੀ ਤੋਂ ਉਹਦੋਂ ਨੇ ਉਹਨਾਂ ਨੂੰ ਲੈਟਰ ਕੱਢੇ ਹੂੰ ਹੂੰ ਉਹ ਤੋਂ ਪਹਿਲਾਂ ਨਹੀਂ ਕੱਢੇ ਉਹਦੋਂ ਉਹਦੋਂ ਪਹਿਲਾਂ ਨਹੀਂ ਕੱਢੇ ਉਹ ਸੋਸ਼ਲ ਮੀਡੀਆ ਦੇ ਲੈਟਰ ਪਤਾ ਨਹੀਂ ਹੂੰ ਹੂੰ ਉਹ ਪਾਇ ਸਿਰਫ ਭੱਜਣ ਦੀ ਕੀ ਲੋੜ ਸੀ ਇਹਦੇ ਤੂੰ ਇਹ ਪਤਾ ਲੱਗਦਾ ਹੁਣ ਤੁਸੀਂ ਇਹ ਦੇਖੋ ਵੀ ਬਾਕੀ ਸਾਰੇ ਗਏ ਜਦੋਂ ਸੌ ਚੁੱਕੇ ਆ ਤੇ ਕਿਸ ਤਰ੍ਹਾਂ ਉਹਦੀ ਤਸਵੀਰਾਂ ਜਿ ਲੱਗੀ ਐ ਤੁਸੀਂ ਅਮਿਤ ਸ਼ਾਹ ਦੇ ਸਾਹਮਣੇ ਹੂੰ ਉਹ ਕਿਵੇਂ ਝੁਕ ਰਹੇ ਐ ਪੱਕ ਬਣ ਕੇ ਦਸਤਾਰ ਬਣ ਕੇ ਕਿਵੇਂ ਝੁਕ ਰਹੇ ਐ ਉਹ ਪੰਜਾਬ ਦੇ ਲੋਕ ਉਹਨੂੰ ਕਿਵੇਂ ਬਰਦਾਸ਼ਤ ਕਰਨਗੇ ਹੂੰ ਹੂੰ ਇਥੇ ਤਾਂ ਬਾਰਲਮ ਕਹ ਸੀ ਉਹਦੋਂ ਲਮਕਾਤਾ ਆਪਾਂ ਨੂੰ ਪਤਾ ਹੀ ਹੈ ਮੁੱਖ ਮੰਤਰੀ ਦੀ ਪ੍ਰਵਾਨੀ ਕੀਤੀ ਸੀ ਜੀ ਜੀ ਚਲੋ ਹਮ ਮੁੱਖ ਮੰਤਰੀ ਦੀ ਗੱਲ ਛੇੜੀ ਹੈ ਤੇ ਆਪਾਂ ਹੁਣ ਉਹਨਾਂ ਦੀ ਵੀ ਕਰ ਲਈਏ ਕਹਿੰਦੇ ਮੀਟਿੰਗ ਸੱਦੀ ਜੀ ਸਾਰੇ ਇੱਕ ਕਾਡੋ ਟੋਰੀਅਮ ਦੀ ਤਸਵੀਰ ਜੀ ਆਉਂਦੀ ਹੈ ਕਾਫੀ ਕੁਝ ਹੋਇਆ ਅੰਦਰ ਹੁਣ ਕਹਿੰਦੇ ਵੀ ਹੰਬਲਾ ਮਾਰੋ ਇੱਕ ਕਹਿੰਦੇ ਲੋਕਾਂ ਦੀ ਨਾਰਾਜ਼ਗੀ ਦੂਰ ਕਰੋ ਦੇਖੋ ਗੱਲ ਇਹ ਹੈ ਕਿ ਹੰਬਲਾ ਉਦੋਂ ਮਾਰਨ ਦੀ ਗੱਲ ਕਹਿੰਦੇ ਆ ਜਦੋਂ ਮਤਲਬ ਸਾਰਾ ਕੁਝ ਗਿਆ ਦੁੱਲ ਗਿਆ ਸਾਰਾ ਕੁਝ ਚੂਲੀ ਚ ਜਾਨੇ ਜਾਨੇ ਡੁੱਲ ਗਏ ਨਾ ਉਸ ਦੇ ਗੀਜਾ ਪਾਟ ਗਿਆ ਮਤਲਬ ਹਾਂ ਗੀਜਾ ਪਾਟ ਗਿਆ ਹੁਣ ਉਹਨੇ ਮੀਟ ਕੱਪ ਲੋਡਿੰਗ ਸ਼ੁਰੂ ਕਰ ਦਿੱਤੀ ਕਿ ਵੀ ਆਪਣੀ ਗੱਲ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਬੜਾ ਗੁਮਾਨ ਸੀ ਉਹ ਕਹਿੰਦੇ ਸੀ 13 0 13 0 ਬੜਾ ਬੜਕ ਮਾਰਦੇ ਹਾਂ ਬੜੇ ਬੜਕੇ ਤੇ ਜਦੋਂ ਆਪਾਂ ਦੇਖਿਆ ਤਾਂ ਆਪ ਕਵਰਤਾ ਕਰਦੇ ਹੀ ਰਹੇ ਵੀ ਕਿਵੇਂ ਮਤਲਬ ਉਹ ਤੀਰ ਚਲਾਉਂਦੇ ਹੁੰਦੇ ਸੀ ਉਹ ਗਾਣੇ ਦੇ ਵਿੱਚ ਜਿਹੜਾ ਆਉਂਦਾ ਸੀ ਤੇਰੇ ਯਾਰਨ ਤਾਂ ਬੰਨੂ ਫਿਰਦੇ ਆ ਪਰ ਦਾ ਪਤਾ ਕਿੱਥੇ ਆ ਹਾਂ ਜੋ ਸਾਰਾ ਕੁਝ ਕਰਦੇ ਸੀ ਵੀ ਆਪਦਾ ਐਂ ਕਰਾਂਗੇ ਜੀ ਤੇ ਆਗਨੇ ਸਿਤਾਰੇ ਗਏ ਤਿੰਨ ਸਾਰੀਆਂ ਜੀ 13 ਦੀ ਵਜੇ ਤਿੰਨਾਂ ਦੇ ਵਿੱਚੋਂ ਇੱਕ ਤਾਂ ਸਮਝ ਲਓ ਵੀ ਤੁਸੀਂ ਉਹ ਕਾਂਗਰਸੀ ਲਿਆ ਗਿਆ ਕੈਂਡੀਡੇਟ ਹੂੰ ਹੂੰ ਤੇ ਦੋ ਐ ਬੈਸੀ ਜੀ ਆਪਾਂ ਦੇਖੀਏ ਇੱਕ ਤਾਂ ਉਹਦੇ ਵਾਲੀ ਆ ਗਈ ਆਪਣੀ ਮਾਲਵਿੰਦਰ ਸਿੰਘ ਕਾਂਗੜੀ ਜੀ ਤੇ ਉਹ ਦੂਜੀ ਤੇ ਤੀਜੀ ਕਿਹੜੀ ਆਈ ਹੈ ਇੱਕ ਤਾਂ ਆਈ ਹੈ ਥੋੜੀ ਆਪਣੇ ਹੁਸ਼ਿਆਰਪੁਰ ਵਾਲੀ ਹੁਸ਼ਿਆਰਪੁਰ ਵਾਲਾ ਆਪਾਂ ਕਹਿੰਦੇ ਹੁਸ਼ਿਆਰਪੁਰ ਵਾਲਾ ਵੀ ਇਹਨੇ ਉਤਰੂ ੜੇ ਉਹ ਬੰਗਮਾਈਓ ਵੀ ਉਹ ਵੀ ਜੀਪੀਪੀ ਮੰਗ ਉਹ ਜੀਪੀਪੀ ਮੰਗ ਮੈਂ ਤੇ ਥੋੜਾ ਉਹ ਆਪਣਾ ਹੁਸ਼ਿਆਰਪੁਰ ਵਾਲਾ ਹੂੰ ਚੱਬੇ ਵਾਲ ਵੀ ਮੰਗ ਮੈਂ ਜੀ ਕੱਲਾ ਮਤਲਬ ਮਾਲਵਿੰਦਰ ਸਿੰਘ ਕੰਗ ਹੈ ਜਿਹੜਾ ਇਹਨਾਂ ਦਾ ਆਪ ਦਾ ਕਹਿ ਸਕਦੇ ਆਪਾਂ ਠੀਕ ਹੈ ਸੋ ਤਿੰਨ ਸੀਟਾਂ ਰੰਗੇ ਤੇ ਹੁਣ ਕਹਿੰਦੇ ਵੀ ਆਓ ਆਪਣੀ ਗੱਲ ਕਰੀ ਗਿਤੇ ਉਹਨਾਂ ਨੇ ਹੁਣ ਜਿਹੜੇ ਹੈ ਵਰਕਰ ਬਲਾਉਣੀ ਸ਼ੁਰੂ ਕਰਤੇ ਜੀ ਅਲੱਗ-ਅਲੱਗ ਸੀਟਾਂ ਦੇ ਤੇ ਪਹਿਲਾਂ ਪਰਲੇ ਪਾਸੇ ਵਾਲੇ ਬਲਾਏ ਹੁਣ ਬਠਿੰਡੇ ਵਾਲੇ ਫਰੀਦਕੋਟ ਵਾਲੇ ਬਲਾਏ ਸੀ ਹੂੰ ਉੱਥੇ ਜਿਹੜੇ ਲੋਕ ਬੋਲੇ ਆ ਨਾ ਜਿਹੜੇ ਉਹਨਾਂ ਦੇ ਲੀਡਰ ਬੋਲੇ ਕਹਿੰਦੇ ਸਾਡੀ ਚਲਦੀ-ਚਲਦੀ ਤਾਂ ਕੋਈ ਹੈ ਨਹੀਂ ਅੱਛਾ ਜੀ ਜਿਹੜੇ ਸਾਡੀ ਕੋਈ ਗੱਲ ਹੀ ਨਹੀਂ ਕਰਦਾ ਸਾਡੀ ਅਫਸਰ ਕੋਈ ਮੰਨਦਾ ਹੀ ਨਹੀਂ ਹੂੰ ਤੇ ਫਿਰ ਅਸੀਂ ਲੋਕਾਂ ਕੋਲੇ ਵੋਟਾਂ ਕਿਵੇਂ ਜਾਏਗੀ ਪਹਿਲਾਂ ਮੰਦਰ ਵਾਲੀ ਗੱਲ ਚੱਲੀ ਸੀ ਜੀ ਕਿ ਮੰਦਰ ਦੀ ਗੱਲ ਕਰਕੇ ਜਦੋਂ ਆ ਗੱਲ ਆ ਗਈ ਹੂੰ ਇਹਦੇ ਤੇ ਫਿਰ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਬੜੇ ਸੀਰੀਅਸ ਹੋਏ ਜੀ ਉਹਨਾਂ ਨੇ ਫਿਰ ਕਹਿੰਦੇ ਕੋਈ ਘਟ ਕਰਦੇ ਆ ਗੱਲ ਮੈਂ ਵੇਖਦਾ ਹੂੰ ਹੂੰ ਫਿਰ ਉਹਨਾਂ ਨੇ ਚੀਫ ਸੈਕਟਰੀ ਬੁਲਾਇਆ ਅਨੁਰਾਗ ਬਰਮਾ ਸਾਹਿਬ ਉਹਨਾਂ ਨੂੰ ਬੁਲਾ ਕੇ ਤੇ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਡ ਜੀ ਡੀਜੀਪੀ ਸਾਹਿਬ ਨਾਲ ਗੱਲ ਕੀਤੀ ਡੀਜੀਪੀ ਸਾਹਿਬ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਹਦੇ ਵਿੱਚ ਫਿਰ ਕਹਿੰਦੇ ਉਹਨਾਂ ਨੇ ਇੱਕ ਪਲਾਨ ਬਣਾਈ ਹੈ ਜੀ ਵੀ ਰੋਜ਼ ਲੋਕਾਂ ਦੀਆਂ ਸ਼ਿਕਾਇਤਾਂ ਚੰਡੀਗੜ੍ਹ ਸੁਣਿਆ ਸੁਣੀਆਂ ਜਾਣਗੀਆਂ ਜੀ ਔਰ ਇਹਦੇ ਵਿੱਚ ਕਹਿੰਦੇ ਜੀ ਕੌਣ ਕੌਣ ਹੋਣਗੇ ਸੁਣਿਆ ਕਰਨਗੇ ਪਹਿਲੇ ਦਿਨ ਤਾਂ ਜੀ ਸਪੈਸ਼ਲ ਡੀਜੀਪੀ ਹੈਗੇ ਮਿਸਟਰ ਈਸ਼ਵਰ ਸਿੰਘ ਜੀ ਕਹਿੰਦੇ ਸੋਮਵਾਰ ਨੂੰ ਉਹ ਬੈਠਿਆ ਕਰਨਗੇ ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਿਆ ਕਰਨਗੇ ਇਸੇ ਤਰ੍ਹਾਂ ਦੂਜੇ ਦਿਨ ਜਿਹੜੇ ਹੈਗੇ ਜੀ ਮੰਗਲਵਾਰ ਨੂੰ ਮਿਸ ਮਿਸਟਰ ਐਸ ਐਸ ਸ਼ਰੀਵਾਸਤਵਾ ਜੀ ਏ ਡੀ ਜੀ ਪੀ ਉਹ ਕਹਿੰਦੇ ਜੀ ਬੈਠ ਕੇ ਉਹ ਸੁਣਿਆ ਕਰਨਗੇ ਹੂੰ ਹੂੰ ਬੁੱਧਵਾਰ ਨੂੰ ਏ ਐਸ ਰਾਏ ਸਾਹਿਬ ਹੈ ਉਹ ਸੁਣਿਆ ਕਰਨਗੇ ਜੀ ਅਰ ਵੀਰਵਾਰ ਨੂੰ ਜਿਹੜੇ ਹੈਗੇ ਜੀ ਏ ਡੀ ਜੀ ਪ ਪ੍ਰਵੀਜ਼ਨ ਗਿਆ ਮਿਸਟਰ ਨਗੇਸ਼ਵਰ ਰਾਓ ਉਹ ਸੁਣਿਆ ਕਰਨਗੇ ਅਰ ਸ਼ੁੱਕਰਵਾਰ ਨੂੰ ਜਿਹੜੇ ਹੈਗੇ ਆ ਓ ਡੀ ਜੀ ਪ ਲੌਂਡਰ ਆਡਰ ਜੀ ਦੇ ਸਪੈਸ਼ਲਟੀ ਜੀ ਅਰਪੁਤ ਸ਼ਕਲਾ ਇਹ ਸੁਣਿਆ ਕਰਨਗੇ ਇੱਕ ਤਾਂ ਕਹਿੰਦੇ ਜੀ ਇਹ ਸੁਣਿਆ ਕਰਨਗੇ ਦੂਜੀ ਗੱਲ ਕਹਿੰਦੇ ਡੀ ਜੀ ਪੀ ਸਾਹਿਬ ਨੇ ਹੁਕਮ ਦਿੱਤਾ ਸਾਰੇ ਅਫਸਰਾਂ ਨੂੰ ਹੂੰ ਵੀ ਆਪਣੇ ਦਫ਼ਤਰਾਂ ਚ ਰਹਿਣੇ ਆ 1 ਵਜੇ ਤੱਕ ਦਫ਼ਤਰਾਂ ਤੋਂ ਬਾਹਰ ਨਹੀਂ ਆਣਾ। ਦੰਨੇ ਲਈ ਸਭ ਦਫ਼ਤਰਾਂ ਚ ਵੀ ਬਹਿ ਜਾਣਗੇ। ਹੂੰ ਹੂੰ। ਜਿਹੜੇ ਹੈਗੇ ਵੱਡੇ ਅਫਸਰਾਂ ਨੂੰ ਕਿਹਾ ਤਾਂ ਸ਼ਿਕਾਇਤਾਂ ਸੁਣ ਲਓ ਸ਼ਿਕਾਇਤਾਂ ਸੁਣ ਵੀ ਲੈਣਗੇ ਉਹ। ਸੁਣ ਤਾਂ ਲੈਣਗੇ ਸ਼ਿਕਾਇਤਾਂ ਦਾ ਨਿਬਟਾਰਾ। ਨਹੀਂ ਸ਼ਿਕਾਇਤਾਂ ਸੁਣ ਕੇ ਨਿਬਟਾਰਾ ਪਹਿਲੀ ਗੱਲ ਤਾਂ ਜੋ ਸ਼ਿਕਾਇਤ ਸੁਣਾਉਣ ਜਾਵਾਂਗੇ। ਹੂੰ। ਸ਼ਿਕਾਇਤ ਸੁਣਾਉਣ ਜਾਵਾਂਗੇ 10 ਵਜੇ ਹੁਣ ਆ ਲਗਭਗ ਸਾਰੇ 9-10 ਵਜੇ ਦਿਨ ਨੂੰ ਆ ਜਾਂਦੇ ਅਫਸਰ। ਹੂੰ ਹੂੰ। ਕੋਈ ਬੰਦਾ ਜਿਹੜਾ ਕਿਸੇ ਦਿਹਾੜੇ ਦੇ ਵਿੱਚੋਂ ਆਣਾ ਪਿੰਡ ਦੇ ਵਿੱਚੋਂ ਆਣਾ ਪਹਿਲਾਂ ਉਹ ਬਠਿੰਡੇ ਆਉ। ਹੂੰ। ਬਟੇ ਆਪਣੇ ਆਪਣੇ ਜਿਲੇ ਦੀ ਗੱਲ ਕਰਨੇ ਫਿਰ ਉਹ ਇਥੋਂ ਬਸ ਚੜੂਗਾ 12 ਵਜੇ ਤੋਂ ਪਹਿਲਾਂ ਉੱਥੇ ਪਹੁੰਚ ਨਹੀਂ ਸਕਦਾ ਫਿਰ ਉੱਥੇ ਜਾ ਕੇ ਵਿਚਾਰਾ ਉਹ ਖੱਜਲ ਖਵਾਰ ਹੋਊਗਾ ਵੀ ਮੈਂ ਪਾਸ ਬਣਾਉਣੇ ਜੀ ਪਾਸ ਬਣਾਉਣ ਨਾਲ ਸੀ ਉਹਨੇ ਕੋਸ਼ਿਸ਼ ਕਰਨੀ ਹੈ ਵੀ ਜੀ ਮੈਨੂੰ ਪਾਸ ਬਣਾ ਕੇ ਦਿਓ ਪਾਸ ਵੀ ਸੌਖਾ ਨਹੀਂ ਬਣਦਾ ਜੀ ਪਾਸ ਤਾਂ ਬਣਦਾ ਹੀ ਨਹੀਂ ਹਾਂਜੀ ਹਾਂਜੀ ਚਲੋ ਨਹੀਂ ਉਧਰਲੇ ਪਾਸੇ ਮੈਂ ਪੁਰਾਣ ਸਿਵਲ ਸਕੱਟਰੀਟੇਟ ਉਹਨਾਂ ਕੋਲ ਪੁਲਿਸ ਹੱਦ ਕੁਟਰ ਵਾਲੇ ਪਾਸੇ ਉੱਥੇ ਬਣ ਜਾਂਦਾ ਪਰ ਜਿਹੜੇ ਅਨਪੜ੍ਹ ਬੰਦੇ ਪਿੰਡਾਂ ਵਾਲੇ ਵਿਚਾਰੇ ਦੁਖੀ ਸੁਖੀ ਹੁੰਦੇ ਆ ਕੀ ਅਖੀਰ ਨੂੰ ਮਤਲਬ ਦੁਪਹਿਰ ਨੂੰ ਫਿਰ ਲੰਚ ਟਾਈਮ ਹੋ ਜਾਂਦਾ ਹੈ ਹਮ ਅਫਸਰ ਆਪ ਦਾ ਲੰਗਰ ਪਾਣੀ ਛਕਣ ਲੱਗ ਜਾਂਦੀ ਹੈ ਜੀ ਸ਼ਾਮ ਪੈ ਕਈ ਵਾਰੀ ਅਗਲੇ ਨੂੰ ਰਾਤ ਰਹਿਣਾ ਪੈਂਦਾ ਰਾਤ ਰਹਿਣ ਵਾਸਤੇ ਇੰਨੀ ਖਜਲ ਖਵਾੜੀ ਹੁੰਨੀ ਹਮ ਹਮ ਬੇਤਰਤ ਉਹਨਾਂ ਨੇ ਵੀ ਜਿਹੜੀ ਉੱਥੋਂ ਕੋਈ ਕੰਪਲੇਂਟ ਲੈਣੀ ਹੈ ਉਹੋ ਹੀ ਕੰਪਲੇਂਟ ਲੈ ਕੇ ਉਹਨਾਂ ਨੇ ਥੱਲੇ ਕਹਿਨੇ ਥੱਲੇ ਹੀ ਕਹਿਣਾ ਕੰਮ ਤਾਂ ਥੱਲੇ ਵਾਲੇ ਨਹੀਂ ਕਰਨੇ ਥੱਲੇ ਵਾਲਿਆਂ ਦੀ ਜ਼ਿੰਮੇਵਾਰੀ ਫਿਕਸ ਕਰਨ ਕੀਤੀ ਹੈ ਦੀ ਆਹੀ ਤਾਂ ਰੌਲਾ ਤੁਸੀਂ ਉੱਥੇ ਫਿਕਸ ਕਰੋ ਉਹ ਆਪسر ਸੁਣੀ ਜਾਣਗੇ ਆਪਸ ਨੂੰ ਵੀ ਆ ਲੋ ਜੀ ਠੀਕ ਹੈ ਸਾਰੇ ਆਂਦੀ ਆ ਬੜੇ ਬੜੀ ਦੇਖਿਆ ਆਪਾਂ ਬੜੇ ਸੀਨੀਅਰ ਅਫਸਰ ਜਿਹੜੇ ਹੈਗੇ ਬੜੇ ਇਮਾਨਦਾਰ ਤੇ ਬੜੇ ਕੰਪੀਟੈਂਟ ਹੈ ਉੱਥੋਂ ਚਾਹਦੇ ਕਿ ਬੰਦੇ ਨੂੰ ਕਿਸੇ ਨੂੰ ਇਨਸਾਫ ਮਿਲ ਜੇ ਪਰ ਥੱਲੇ ਦੇ ਨਹੀਂ ਦਿੰਦੇ ਦਿੰਦੇ ਨਹੀਂ ਜੇ ਮਤਲਬ ਥਾਣੇ ਦੇ ਵਿੱਚ ਐਸਐਚਓ ਸਭ ਤੋਂ ਵੱਡੀ ਪਾਵਰ ਹੈ ਫਿਰ ਜੇ ਐਸਐਚਓ ਦੀ ਮਰਜ਼ੀ ਹੋ ਜੇ ਐਸਐਚਓ ਦੀ ਮਰਜ਼ੀ ਹੋ ਜੇ ਐਸਐਸਪੀ ਗਲਤ ਨਹੀਂ ਕਰਵਾ ਸਕਦਾ ਉਹ ਤੋਂ ਤੇ ਜ਼ਿਲ੍ਹੇ ਦੇ ਵਿੱਚ ਐਸਐਸਪੀ ਸਭ ਤੋਂ ਵੱਡਾ ਹੁੰਦਾ ਜੇ ਉੱਪਰਲੇ ਅਫਸਰ ਡੀਜੀਪੀ ਸਪੈਸ਼ਲਟੀ ਜੀ ਕਹਿ ਵੀ ਦੇਣਗੇ ਤੇ ਐਸਐਸਪੀ ਇਦھر ਮਾਰੇ ਜੀ ਇਦھر ਚੌਕੇ ਮਾਰੇ ਛੱਕੇ ਮਾਰੇ ਤੇ ਉਹ ਅਗਲੇ ਨੂੰ ਥਕਾ ਦਿੰਦੇ ਤੇ ਇਹ ਇੱਕ ਤਾਂ ਇਹ ਦੂਜੀ ਗੱਲ ਮੈਂ ਜਿਹੜਾ ਮੇਰਾ ਤਜਰਬਾ ਤੇ ਤੁਹਾਡਾ ਤਜਰਬਾ ਵੀ ਹੈ ਆਪਾਂ ਹੁਣ ਦੇਖਦੇ ਆਂ ਵੀ ਆਮ ਬੰਦੇ ਦਾ ਤਾਂ ਕੀ ਬਣਦਾ ਹੋਊ ਬਹੁਤ ਸਾਰੇ ਪੁਲਿਸ ਅਫਸਰ ਬਹੁਤ ਸਾਰੇ ਸਿਵਲ ਅਫਸਰ ਜਿਹੜੇ ਹੈਗੇ ਜੇ ਕੋਈ ਪੱਤਰਕਾਰ ਵੀ ਜਾਵਣ ਉਹਨੂੰ ਵੀ ਕਹਿੰਦੇ ਫਲਾਣੀ ਨੂੰ ਮਿਲੋ ਹਾਂ ਮਿਲਦੀ ਨਹੀਂ ਨਾ ਜੇ ਪੱਤਰਕਾਰਾਂ ਨੂੰ ਨਹੀਂ ਮਿਲ ਸਕਦੇ ਜਿਨ੍ਹਾਂ ਨੇ ਅਖਬਾਰਾਂ 'ਚ ਲਿਖਣਾ ਹੈ ਜਿਨ੍ਹਾਂ ਨੇ ਸਾਰਾ ਕੁਝ ਕਰਨਾ ਕਰਾਉਣਾ ਹੈ ਤੇ ਆਮ ਬੰਦੇ ਦਾ ਕੀ ਬਣਦਾ ਹੋਊ 12 ਵਜੇ ਤੱਕ 1 ਵਜੇ ਤੱਕ ਬਹਿ ਜਾਓ ਜੀ ਨਾ ਬੈਠੇ ਰਹੋ ਤੁਸੀਂ ਕਹੇ ਹੁਣ ਇਹਦੀ ਕਾਰ ਲਗਾਉਣਾ ਇਹਦੇ 'ਚ ਆਪਾਂ ਕਸੂਰ ਬਾਰੇ ਅਫਸਰਾਂ ਨੂੰ ਨਹੀਂ ਕਹਿ ਸਕਦੇ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਯਾਦ ਕਰੋ ਸਾਰੇ ਐਮਐਲਏ ਦੀ ਕਮੀਟਿੰਗ ਕੀਤੀ ਸੀ ਮੋਹਾਲੀ ਜੀ ਕੇਜਰੀਵਾਲ ਸਾਹਿਬ ਆਏ ਸੀ ਉੱਥੇ ਆ ਕੇ ਡਾਂਟਦਾ ਸੀ ਸਾਰਿਆਂ ਨੂੰ ਹੂੰ ਵੀ ਗਾਂ ਨੂੰ ਇਹ ਗੱਲ ਲੱਗ ਰਿਹਾ ਹੂੰ ਤੁਸੀਂ ਇਹ ਨਹੀਂ ਕਿਸ ਨੇ ਕਰਨਾ ਜੀ ਵੀ ਜਿਆ ਫਲਾਣੇ ਨੂੰ ਐਸਐਸਪੀ ਲਾ ਦਿਓ ਫਲਾਣ ਨੂੰ ਡੀਸੀ ਲਾ ਦਿਓ ਥਾਣੇਦਾਰ ਲਾ ਦਿਓ ਹੂੰ ਇਹ ਕੰਮ ਸਾਡਾ ਸਰਕਾਰ ਕਰੂਗੀ ਜੀ ਤੇ ਜੇ ਸਰਕਾਰ ਇਹ ਕੰਮ ਕਰੂਗੀ ਤੁਸੀਂ ਤਾਂ ਸਾਰਾ ਕੁਝ ਕਰ ਲੈ ਉਹਨਾਂ ਨੂੰ ਤੁਸੀਂ ਪਾਵ ਰਹੀਆਂ ਨਹੀਂਆਂ ਦੇਤੀਆਂ ਜੀ ਕਿਉਂ ਐਮਐਲਏ ਦੀ ਪ੍ਰਵਾਹ ਨਹੀਂ ਕਰਦੀ ਹੂੰ ਹੂੰ ਧਾਨੇ ਵਾਲਿਆ ਸਾਹਿਬ ਇੱਥੋਂ ਤੱਕ ਕਿ ਵਜ਼ੀਰਾਂ ਦੀ ਪ੍ਰਵਾਹ ਨਹੀਂ ਕਰਦੀ ਨਾ ਉਹਨੂੰ ਕਹਿੰਦੇ ਕਈ ਬੰਦੇ ਕਹਿੰਦੇ ਜੀ ਵਜੀਰਾ ਨੂੰ ਜਾ ਕੇ ਦੱਸਣ ਮੈਂ ਇੱਕੋ ਮਿਸਾਲ ਦਿਨਾ ਤੁਹਾਨੂੰ ਜੀ ਸਰਦਾਰ ਸੰਧਵਾ ਸਾਹਿਬ ਹਾਂ ਜੀ ਸਪੀਕਰ ਹੈ ਜੀ ਇਹ ਤੁਹਾਡੇ ਯਾਦ ਉਹਨਾਂ ਆਪਾਂ ਖਬਰ ਵੀ ਕੀਤੀ ਸੀ ਨਾਰਾਜ਼ ਵੀ ਹੈ ਮੈਨੂੰ ਤਾਂ ਪਤਾ ਲੱਗਿਆ ਮੇਰੇ ਨਾਲ ਤਾਂ ਉਹ ਇਸ ਗੱਲ ਦੇ ਉੱਤੇ ਅਚਾ ਉਹਦੋਂ ਆਪਾਂ ਜਦੋਂ ਇਹ ਇੱਥੇ ਕੇਡੀਸੀ ਨੂੰ ਮਿਲੇ ਸੀਗੇ ਫਰੀਦਕੋਟ ਹਾਂ ਤੇ ਉਹਨੇ ਕਿਹਾ ਸੀ ਜੀ ਸਰਕਾਰ ਦੇ ਹੁਕਮ ਹੈ ਹਾਂ ਤੁਹਾਨੂੰ ਆਈਐਮ ਗਵਰਨਮੈਂਟ ਆਈਐਮ ਗਵਰਨਮੈਂਟ ਉਹ ਅਸਲ ਵਿੱਚ ਗਲਤ ਕਹਿ ਬੈਠੀ ਆਈਐਮ ਗਵਰਨਮੈਂਟ ਨਹੀਂ ਤੁਸੀਂ ਗਵਰਨਮੈਂਟ ਤੋਂ ਵੀ ਉਪਰ ਬਿਲਕੁਲ ਇੱਕ ਜਿਹੜਾ ਚੁਣਿਆ ਹੋਇਆ ਵਿਧਾਇਕ ਹੈ ਗਵਰਨਮੈਂਟ ਕੋਲ ਗਵਰਨਮੈਂਟ ਹੈਗੇ ਆਈਐਸ ਅਫਸਰ ਜੀ ਲੇਕਿਨ ਇੱਕ ਵਿਧਾਇਕ ਦੀ ਜਿਹੜੀ ਹਸਤੀ ਹੈ ਉਹਦੀ ਜਿਹੜੀ ਪੋਜੀਸ਼ਨ ਹੈ ਉਹ ਚੀਫ ਸੈਕਟਰੀ ਤੋਂ ਵੀ ਬਹੁਤ ਉੱਤੇ ਹੈ ਬਹੁਤ ਉਪਰ ਹੈ ਤੁਸੀਂ ਚੀਫ ਸੈਕਟਰੀ ਨੂੰ ਵੀ ਤਾਲਬ ਕਰ ਸਕਦੇ ਹੋ ਹੁਣ ਤੁਸੀਂ ਸਪੀਕਰ ਬਣੇ ਹੋ ਹਮ ਜੇ ਹੁਣੇ ਜਾ ਕੇ ਐਮਐਲਏ ਉਹਨਾਂ ਨੂੰ ਕਹਿਣਗੇ ਵੀ ਆਹ ਲਓ ਜੀ ਆ ਸਾਡੀ ਉਸ ਹੁੰਦੇ ਨਹੀਂ ਇਹ ਪ੍ਰਿਵਿਲੇਜ ਜਿਹੜਾ ਹੈਗਾ ਕਮੇਟੀ ਦੇ ਹਵਾਲੇ ਕਰੋ ਹੂੰ ਹੂੰ ਉਧਰੋਂ ਪ੍ਰਿਵਿਲੇਜ ਦੀ ਹਮੇ ਕਮੇਟੀ ਦੇ ਹਵਾਲੇ ਤਾਂ ਹੀ ਕਰਨਗੇ ਨਾ ਜੇ ਮੁੱਖ ਮੰਤਰੀ ਸਾਹਿਬ ਲੋਜ ਆਜ ਤੋਂ ਗਈ ਜੀ ਜੀ ਬਹੁਤ ਹੀ ਬਰੀ ਆਪਾਂ ਨੂੰ ਇਹ ਪਤਾ ਹੈ ਕਿ ਮੁੱਖ ਮੰਤਰੀ ਕਹਿੰਦੇ ਸਪੀਕਰਸ ਹਾਲਾਂਕਿ ਸਪੀਕਰ ਤਾਂ ਬਹੁਤ ਵੱਡੀ ਪਾਵਰ ਹੈ ਵਿਧਾਨ ਸਭਾ ਚ ਵੀ ਸਪੀਕਰ ਸਾਹਿਬ ਇਹਨੂੰ ਰਹਿਣ ਦਿਓ ਜਾਂ ਫਿਰ ਕੇਜਰੀਵਾਲ ਸਾਹਿਬ ਕਹਿਣਗੇ ਰਗਵ ਚੰਨਾ ਸਾਹਿਬ ਕਹਿ ਦਿੰਗੇ ਜੀ ਸਵਾਲ ਇਹ ਹੈ ਕਿ ਤੁਹਾਡੀ ਆਪਦੀ ਮਨਸ਼ਾ ਹੈ ਕਿ ਨਹੀਂ ਹੈ ਤੁਸੀਂ ਠੀਕ ਤਰੀਕੇ ਦੇ ਨਾਲ ਆਪਦੀ ਜੇ ਤੁਹਾਡੀ ਮਨਸ਼ਾ ਹੈਗੀ ਹੈ ਅਫਸਰਾਂ ਦੀ ਕੀ ਪਹੁੰਚ ਅਫਸਰਾਂ ਨੂੰ ਥੋੜਾ ਜਿਹਾ ਰੰ ਜੀ ਮੈਂ ਹੁਣ ਆਪਾਂ ਦਾਨੇ ਵਾਲੀ ਸਾਹਿਬ ਬੜਾ ਕੁਝ ਦਿਖਿਆ ਬਏ ਕੈਪਟਨ ਅਮਰਿੰਦਰ ਸਿੰਘ ਕਦੇ ਫੀਲਡ 'ਚ ਆਇਆ ਸੀ ਨਾ ਉਹਨੇ ਮੇਰੇ ਖਿਆਲ ਆ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਹੀ ਨਹੀਂ ਪਤਾ ਹੁੰਦਾ ਸੀ ਕਿ ਬਠਿੰਡਾ ਜ਼ਿਲ੍ਹੇ 'ਚ ਐਸਐਸ ਦੀ ਕਾਹਨਾ ਬਿਲਕੁਲ ਉਹਨੇ ਸਿੱਧਾ ਡੀਜੀਪੀ ਨਾਲ ਗੱਲ ਕਰਨੇ ਮਿਸਟਰ ਡੀਜੀਪੀ ਹਮ ਹਮ ਤੇ ਜੇ ਐਸਐਸ ਡੀਸੀ ਦੀ ਗੱਲ ਹੈ ਤਾਂ ਉਹਨੇ ਸਿੱਧੀ ਗੱਲ ਕਰਨੀ ਸੀ ਚੀਫ ਸਕੱਟਰੀ ਦੇ ਨਾਲ ਜੀ ਜੀ ਤੁਹਾਡਾ ਕੰਟਰੋਲ ਇਸ ਲੈਵਲ ਦਾ ਚਾਹੀਦਾ ਹਮ ਹਮ ਤੁਸੀਂ ਮਤਲਬ ਇਹ ਕਹਿ ਦੋ ਜੀ ਇਹਨੂੰ ਚੱਕ ਦਾਂਗੇ ਜੀ ਜੋ ਕਰ ਦਾਂਗੇ ਬਸ ਕਰਨ ਦੀ ਲੋੜ ਹੈ ਕਹਿਣ ਦੀ ਲੋੜ ਨਹੀਂ ਕਰਕੇ ਦਿਖਾਓ ਜੀ ਇੱਕ ਇੱਕ ਕੰਮ ਆਰ ਕੇ ਇੱਥੇ ਤਾਂ ਹੁਣ ਮੈਂ ਵਜ਼ੀਰਾਂ ਦੀ ਹਾਲਤ ਦੇਖੀ ਹੈ ਵਜ਼ੀਰ ਵਿਚਾਰੇ ਮਤਲਬ ਜਿਹੜੇ ਹੈਗੇ ਬਾਕੀ ਤਾਂ ਗੱਲਾਂ ਹੀ ਛੱਡੋ ਆ ਜਿਹੜੇ ਹੁੰਦੇ ਨੇ ਨਾ ਤੁਹਾਡੇ ਲਾਇਸੈਂਸਰ ਨਿਊ ਵਗੈਰਾ ਕਰਾਉਣੇ ਉਹ ਉਹਦੀ ਪ੍ਰੋਬਲਮ ਵੀ ਆ ਜਾਂਦੀ ਹੈ ਵਜ਼ੀਰਾਂ ਨੂੰ ਜੀ ਇਸ ਕਰਕੇ ਜਿਹੜੀ ਹੈ ਹੁਣ ਕਰ ਰਹੇ ਹੈ ਕਹਿੰਦੇ ਕੀ ਹੈ ਪਰ ਇਹ ਓਕੇਰ ਕਹਿੰਦੇ ਨੇ ਵਿਆਹ ਚ ਵੀਜ਼ਾ ਲੇਖਾ ਪੈ ਜਾਂਦਾ ਹੂੰ ਹੂੰ ਕੁਮਰਬਿਜੇ ਪ੍ਰਤਾਪ ਸਿੰਘਾ ਜੀ ਨੇ ਇੱਕ ਐਮਐਲਏ ਜੀ ਅੰਮ੍ਰਿਤਸਰ ਤੋਂ ਇੱਕ ਕੰਸਟੀਟੂਐਂਸੀ ਤੋਂ ਉਹ bari bari ਲਿਖੀ ਜਾਂਦੇ ਜੀ ਇੱਥੇ ਨਹੀਂ ਬੰਦ ਹੋਇਆ ਨਸ਼ਾ ਨੁਸ਼ਾ ਹੂੰ ਹੂੰ ਇੱਥੇ ਸਾਡੇ ਤਾਂ ਤੁਸੀਂ ਅਫਸਰ ਉਹ ਲਾ ਛੱਡੇ ਹੈ ਜਿਹੜੇ ਅਫਸ ਉਹ ਕਹਿੰਦੇ ਇਹਨਾਂ ਨੂੰ ਬਦਲ ਦਿਓ ਇਹਨਾਂ ਨੂੰ ਕਿਸੇ ਨਾਲ ਦੇ ਜ਼ਿਲ੍ਹੇ ਚ ਲਾ ਦਿਓ ਗੁਰੂਕੀ ਨਗਰੀ ਨੂੰ ਤਾਂ ਬਖਸ਼ ਦਿਓ ਇੱਥੇ ਸਮਗਲਿੰਗ ਕਰਾ ਰਹੇ ਆ ਜੀ ਚਿੱਟੇ ਦਾ ਕੰਮ ਕਰਵਾ ਰਹੇ ਪਰ ਕਿਸੇ ਨੇ ਯਾਦ ਨਹੀਂ ਹੁਣ ਜੀ ਇੱਕ ਡਾਕਟਰ ਅਜੇ 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 ਨਾ ਦਾ ਇੱਕ ਐਮ ਐਲ ਏ ਅੱਛਾ ਜੀ ਉਹ ਵੀ ਲੱਗਿਆ ਖੜਾ ਪਠਾਨਕੋਟ ਕੰਨੀ ਦਾ ਮੈਂ ਨਾ ਨਾ ਜੀ ਅਵਸਰ ਤੇ ਹੀ ਹੈ ਅੱਛਾ ਕੁਲਦੀਪ ਢਾਲੀਵਾਲ ਹੁਣੀ ਜਿਹੜੇ ਹੈਗੇ ਆ ਉਹ ਗਏ ਸੀ ਧੰਨਵਾਦ ਕਰਨ ਵਾਸਤੇ ਵੋਟਰਾਂ ਦਾ ਵੀ ਵੋਟਾਂ ਚੰਗੀਆਂ ਪੈਗੀਆਂ ਜੀ ਤੇ ਉੱਥੇ ਉਹ ਬੋਲ ਪਿਆ ਜੀ ਉਹ ਕਹਿੰਦਾ ਸ਼੍ਰੀਮਾਨ ਜੀ ਇੱਕ ਮੇਰੀ ਗੱਲ ਸੁਣ ਲਓ ਹਾਂ ਹਾਂ ਆ ਨਸ਼ਾ ਨੂੰ ਸ਼ ਕੋ ਬਦਲਾਬ ਹੀ ਕੋਈ ਨਹੀਂ ਆਇਆ ਆਪ ਐਵੇਂ ਬਦਲਾ ਬਦਲਾ ਕਰੀ ਨਹੀਂ ਕਹਿੰਦਾ ਮੇਰਾ ਕੋਈ ਮਿੱਤਰ ਸੀ ਬਿジネス맨 ਅੱਛਾ ਜੀ ਉਹਦਾ ਕੰਮ ਸੀ ਉਹ ਕਹਿੰਦਾ ਗਿਆ ਜੀ ਅਫਸਰ ਕੋਲੇ ਜੀ ਅਫਸਰ ਨੇ ਕਹਿੰਦਾ ਲੱਖ ਰੁਪਇਆ ਮੰਗ ਲਿਆ ਰਿਸ਼ਵਤ ਓਕੇ ਉਹ ਕਹਿੰਦਾ ਮੇਰੇ ਕੋਲੇ ਆ ਗਿਆ ਕਿ ਮੈਂ ਫੋਨ ਕਰਤਾ ਰਿਸ਼ਵਤ ਦਾ ਰੇਟ ਵਧ ਕੇ 4-4 ਲੱਖ ਹੋਰ ਵਧ ਗਿਆ ਜੀ ਅੱਛਾ 5 ਲੱਖ ਤੇ ਪਹੁੰਚ ਗਈ ਗੱਲ ਅੱਛਾ ਫੋਨ ਕੀਤੇ ਬਾਅਦ ਫੋਨ ਕਰਨ ਤੋਂ ਬਾਅਦ ਹੂੰ ਹੂੰ ਹੁਣ ਜੇ ਰੇਟ ਇੰਨਾ ਵੱਧ ਗਿਆ ਨੇ ਤੀ ਉਹ ਕਹਿੰਦਾ ਵੀ ਕਿੱਥੇ ਗਈ ਉਹ ਨੇ ਜੀ ਉਹ ਜਿਹੜੀ ਗੱਲ ਸੀ ਉਸ ਦੇ ਵਿੱਚ ਸੀ ਕੋਈ ਬੈਸੇ ਤਾਂ ਢਾਲੀਵਾਲ ਸਾਹਿਬ ਕਹਿੰਦੇ ਚੁੱਪ ਕਰ ਚੁੱਪ ਕਰ ਉਧਰ ਬੰਦ ਕਰਾਉਂਦੇ ਸੀ ਪਰ ਉਹਦੀ ਵੀਡੀਓ ਬਣ ਗਈ ਅੱਛਾ ਜੀ ਉਹ ਵੀਡੀਓ ਬਣ ਗਈ ਜੀ ਉਹ ਵੀਡੀਓ ਚੜ ਗਈ ਮੀਡੀਆ ਸਾਹਿਬ ਦੇ ਹੱਥ ਚੜ ਗਈ ਉਹਨਾਂ ਨੇ ਉਹ ਸਾਂਝੀ ਕਰਤੀ ਹਮ ਹਮ ਸ਼ੇਅਰ ਕਰਤੀ ਫਿਰ ਸੁਖਵੀਰ ਸਿੰਘ ਬਾਦਲ ਨੇ ਸ਼ੇਅਰ ਕਰਤੀ ਹਮ ਕੱਲ ਫਿਰ ਕਹਿੰਦੇ ਜੀ ਫਿਰ ਮੁੱਖ ਮੰਤਰੀ ਸਾਹਿਬ ਨੇ ਉਹਨੂੰ ਫੋਨ ਕੀਤਾ ਜੀ ਐਮਐਲਏ ਸਾਹਿਬ ਨੂੰ ਵੀ ਐਮਐਲਏ ਸਾਹਿਬ ਕੋਈ ਨਹੀਂ ਆਪਾਂ ਗੱਲ ਕਰਕੇ ਨਾ ਫਿਰ ਬੈਠ ਕੇ ਕਰਾਂਗੇ ਹਲਤਾ ਆਪਣੇ ਵੀ ਇਸ ਕਰਕੇ ਕੰਟਰੋਲ ਕਰੋ ਸਾਰੇ ਕਾਸੇ ਨੂੰ ਤੇ ਕੰਟਰੋਲ ਜਿਹੜੀ ਹੈਗੀ ਆ ਉਹ ਅਮਲ ਨਾਲ ਹੁੰਦਾ ਹੈ ਜੀ ਰੋਲੇ ਨਾਲ ਦੀ ਹੂੰ ਜੀ ਸੋ ਅਮਲਾਂ ਨਾਲ ਹੋਣੇ ਨੇ ਰਵੇੜੇ ਹਾਂ ਜੀ ਹਾਂ ਜੀ ਇੱਕ ਗਾਣਾ ਜਾਂ ਬਣਿਆ ਨਾ ਸੋ ਪ੍ਰੋਗਰਾਮ ਸ਼ਾਮਾਂ ਤੋਂ ਦੇ ਵਿੱਚ ਫੇਲਾ ਲਿੱਕ ਬ੍ਰੇਕ ਦਾ ਸਮਾਂ ਜੀ ਤੇ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਤੇ ਆਪਾਂ ਇੱਕ ਜੀ ਪਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਥੋ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮੱਦਾ ਬੱਚਿਆਂ ਦੇ 17 ਦੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਹਨਾਂ ਦੇ ਸ਼ੋਅਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚੇਨ ਰੇ ਚੂੜੀਆਂ ਨਗਾਵਲੀਆਂ ਸੋਣੀਆਂ ਸੋਣੀਆਂ ਮੰਦਰੀਆਂ ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ ਈਸੀ ਜੁਵਲਰ ਸ਼ਾਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੁੱਟ ਐਵੇਨਿਊ ਸਾਊਥ-ਈਸਟ ਕੈਂਟ ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆਹ ਜਿਹੜੀ ਤੂੰ ਟਰੈਵਲਿੰਗ ਕਰਦਾ ਤੂੰ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ

ਵੇਤੇ

0660 5196220660 QTL because we care ਸੋ ਪ੍ਰੋਗਰਾਮ ਸ਼ਮਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਟਲਹੋਰੀ ਟਲਹੋਰੀ ਸਾਹਿਬ ਹੁਣ ਅਗਲੀ ਖਬਰ ਤੇ ਨਜ਼ਰ ਮਾਰ ਗਏ کافی ਭਖਿਆ ਮਸਲਾ ਹੈ ਬੜੀ ਟਰੋਲ ਹੋ ਰਹੀ ਹੈ ਕੰਗਣਾ ਕੰਗਣਾ ਦਾ ਇੱਕ ਬੜੀਆਂ ਥੱਪੜ ਵਾਲੀਆਂ ਟਵੀਟ ਬੜੇ ਹੋ ਰਹੇ ਨੇ ਕਿਤੇ ਪਿਓ ਨੂੰ ਥੱਪੜ ਮਾਰਨ ਦੀ ਗੱਲ ਆ ਰਹੀ ਹੈ ਕਿਤੇ ਕਿਤੇ ਵਿਦੇਸ਼ ਗਈ ਉੱਥੇ ਇੱਕ ਇਨਾਮ ਵੰਡ ਸਮਾਰੋਹ ਸੀ ਉੱਥੇ ਥੱਪੜ ਦੀ ਗੱਲ ਆ ਗਈ ਜੇ ਆਪਦੇ ਭਾਸ਼ਣਾ ਦੀ ਗੱਲ ਕਰੀਏ ਤਾਂ ਉੱਥੇ ਥੱਪੜਾਂ ਦੀ ਗੱਲ ਆ ਗਈ ਥੱਪੜਾ ਨਿਬੜਿਆ ਆਪਦੀ ਗੱਲ ਤੇ ਤੇ ਹੁਣ ਦਨਿਅਲ ਗਿਆ ਸਾਹਿਬ ਜੇ ਤੁਸੀਂ ਹੱਦਾਂ ਮੰਨੇ ਟੱਪ ਜੋ ਜੀ ਉਦੋਂ ਹਾਲਾਤ ਇਹੀ ਹੁੰਦੀ ਹੈ ਹੂੰ ਹੂੰ ਕੰਗੜਾ ਨਾਉਟ ਪਾਰਲੀਮੈਂਟ ਦੀ ਮੈਂਬਰ ਬਣ ਗਈ ਜੀ ਪਾਰਲੀਮੈਂਟ ਦੀ ਮੈਂਬਰ ਬਣਨ ਤੋਂ ਬਾਅਦ ਉਹ ਦਿੱਲੀ ਨੂੰ ਜਾ ਰਹੀ ਹੈ ਹੂੰ ਹੂੰ ਜਿਸ ਵੇਲੇ ਉਹ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਚੰਡੀਗੜਾ ਆ ਕੇ ਹੂੰ ਹੂੰ ਉਹਨੇ ਲੈਣੀ ਸੀ ਫਲਾਈਟ ਲੈਣੀ ਸੀ ਉੱਥੇ ਆਈ ਜੀ ਤੇ ਅੰਦਰ ਜਾ ਰਹੀ ਏ ਇਸੇ ਸਮੇਂ ਦੌਰਾਨ ਕੁਲਵਿੰਦਰ ਕੌਰ ਨਾਂ ਦੀ ਇੱਕ ਕੁੜੀ ਹੂੰ ਹੂੰ ਜਿਹੜੀ ਸੀਆਈਏਐਸਫ ਦੇ ਵਿੱਚ ਨੌਕਰੀ ਕਰਦੀ ਹੈ ਪਿਛਲੇ 17 ਸਾਲਾਂ ਤੋਂ ਜੀ ਉਹਨੂੰ ਕਿਤੇ ਪੰਜਾਬ ਪੁਲਿਸ ਦੇ ਕਿਸੇ ਕਰਮਚਾਰੀ ਨੇ ਦੱਸਤਾ ਵੀ ਆਪਣਾ ਤੇ ਜੀ ਵੀਆਈਪੀ ਆ ਰਹੇ ਆ ਹਾਂ ਕਹਿੰਦੇ ਵੀ ਕੌਣ ਆ ਰਹੇ ਆ ਵੀਆਈਪੀ ਹਾਂ ਕਹਿੰਦੇ ਕੰਗੜਾ ਰੌਨੌਤ ਉਹ ਜਿਹੜੀ ਡਿਊਟੀ ਦਾ ਦੂਜੇ ਪਾਸੇ ਸੀ ਉਹ ਨੇੜੇ ਆ ਗਈ ਹੂੰ ਨੇੜੇ ਆ ਕੇ ਤੇ ਜਦੋਂ ਟੱਪਣ ਲੱਗੀ ਉੱਥੋਂ ਦੀ ਹੂੰ ਉਹਦੀ ਪਲੇਟ ਹੁੰਦੀ ਆ ਪਲੇਟ ਦੇ ਵਿੱਚ ਉਹਨੇ ਨਾ ਤਾਂ ਆਪ ਦਾ ਪਰਸ ਰੱਖਿਆ ਹੂੰ ਜਿਹੜਾ ਉਹਦੇ ਕੋਲ ਬੈਗ ਜਾ ਹੁੰਦਾ ਹੈ ਤੇ ਨਾ ਉਹਨੇ ਮੋਬਾਈਲ ਰੱਖਿਆ ਕਹਿੰਦੀ ਮੈਡਮ ਆ ਰੱਖੋ ਹੂੰ ਉਹ ਕਹਿੰਦੀ ਹੁਣ ਉਹਦੇ ਬ੍ਰਦਰ ਨੇ ਕਹਿ ਕਹਦੇ ਉਹ ਪੜ ਕੇ ਨਾ ਵੀ ਉਹਦੇ ਕੁਲਵਿੰਦਰ ਕੌਰ ਲਿਖਿਆ ਹੋਇਆ ਹੈ ਹਾਂ ਹਾਂ ਅੱਛਾ ਕੁਲਵਿੰਦਰ ਹੂੰ ਉਹ ਸਰ ਖਾਲਸਤਾਨੀ ਹੋ ਹੂੰ ਬਸ ਫਿਰ ਉਹਨੇ ਅੱਛਾ ਨਹੀਂ ਬੇਖੜੀ ਪਾਸਤਾ ਕਰਤਾ ਇੱਕ ਥੱਪੜ ਗੱਲ ਲਾਲ ਰਸੀਦ ਇਹੋ ਜੀ ਕੀਤੀ ਕਹਿੰਦੇ ਉਂਗਲਾ ਛਾਪਤੀ ਉਹ ਤਾਂ ਮੇਰੇ ਅਰਗੇ ਨੇ ਬਰਾਲ ਕੇ ਜੀ ਉਂਗਲਾ ਛਾਪ ਲਿਆ ਪਰ ਉਹਨੇ ਰਸੀਦ ਕਰਤੀ ਨਾਲ ਜੀ ਥੱਪੜ ਰਸੀਦ ਕਰਤਾ ਚਲੋ ਉਹਨੂੰ ਉਹਦੀ ਜਿਹੜੀ ਸਿਕਿਉਰਿਟੀ ਵਾਲੀ ਸੀ ਉਹ ਲੈ ਕੇ ਪਾਸੇ ਉਹਨੂੰ ਉਹਨੂੰ ਲੈ ਗਏ ਜੀ ਤਾਂ ਉਹਦੀ ਜਿਹੜੀ ਉੱਥੇ ਜਿਹੜੀ ਕੁਲਵਿੰਦਰ ਕੌਰ ਦੀ ਤੁਸੀਂ ਦੇਖੋ ਵੀ ਜਿਹੜੀ ਉਹਦੀ ਉਸ ਵੇਲੇ ਬਾਡੀ ਲੈਂਗੁਏਜ ਹੂੰ ਹੂੰ ਉਹਦੇ ਚਿਹਰੇ ਦਾ ਗੁੱਸਾ ਜੀ ਤੇ ਜਿਵੇਂ ਬੋਲ ਰਹੀ ਹੈ ਵੀ ਤੂੰ ਉਹੀ ਹੈ ਨਾ ਹੂੰ ਜੀਨੇ ਸਾਡੀਆਂ ਮਾਵਾ ਭੈਣਾਂ ਨੂੰ 100-100 ਰੁਪਏ ਤੇ 100-100 ਰੁਪਏ ਵਾਲੀਆਂ ਕਿਹਾ ਸੀ ਹੂੰ ਹੂੰ ਉੱਥੇ ਕਹਿੰਦੀ ਮੇਰੀ ਮਾਂ ਵੀ ਬੈਠੀ ਸੀ ਜੀ ਹੁਣ ਦਾਨੇ ਵਾਲੀ ਆ ਸਮਝਦਾ ਕਾਰਨ ਕੀ ਸੀ 100-100 ਰੁਪਿਆ ਹੂੰ ਟਾਈਮ ਮੈਗਜ਼ੀਨ ਦੇ ਉੱਤੇ ਇੱਕ ਤਸਵੀਰ ਛਪੀ ਸੀ ਜੀ ਉਹ ਤਸਵੀਰ ਸੀ ਬਿਲਕਿਸਬਾਨੋ ਦੀ ਹਾਂਜੀ ਬਿਲਕਿਸਬਾਨੋ ਇੱਕ ਦਾਦੀ ਸੀ ਜੀ ਜਦੋਂ ਸ਼ਾਹੀਨ ਬਾਗ ਵਾਲਾ ਮੋਰਚਾ ਲੱਗਿਆ ਸਵੇਰੇ ਅਰਲੀ ਇਨ ਦੀ ਮਾਰਨਿੰਗ ਮੋਰਚੇ ਤੇ ਡਟ ਜਾਂਦੀ ਸੀ ਤੇ ਸ਼ਾਮ ਤੱਕ ਉੱਥੇ ਬੈਠੀ ਰਹਿੰਦੀ ਸੀ ਹੂੰ ਹੂੰ ਅਸਲ ਵਿੱਚ ਉਹੀ ਉਹਨੂੰ ਕੰਟਰੋਲ ਕਰਦੇ ਸੀ ਜੀ ਤੇ ਮੋਸਟ ਪਾਵਰਫੁਲ ਜਿਹੜੇ ਲੋਕਾਂ ਦੀ ਉਹ ਉਹਨਾਂ ਨੇ ਚੋਣ ਕੀਤੀ ਸੀ ਟਾਈਮ ਮੈਗਜ਼ੀਨ ਵਾਲੇ ਨੇ ਉਹਦੇ ਵਿੱਚ ਉਹਦਾ ਨਾਮ ਪਾ ਲਿਆ ਤੇ ਕਵਰ ਸਟੋਰੀ ਉਹਦੀ ਲੱਗੀ ਹੋਈ ਸੀ ਹੂੰ ਹੂੰ ਉਹ ਕਿਤੇ ਉਹਦੀ ਸ਼ਕਲ ਜਿਹੜੀ ਹੈ ਨਾ ਵਿਚਾਰੀ ਦੀ ਬਿਲਕੁਸ ਬਾਨੋ ਦੀ ਹੂੰ ਹੂੰ ਜਿਹੜੀ ਸ਼ਕਲ ਸੀ ਉਹਦੇ ਨਾਲ ਦੀ ਸ਼ਕਲ ਜਦੋਂ ਕੋਈ ਔਰਤ ਬੁੱਢੀ ਹੋ ਜੇ ਹੂੰ ਹੂੰ ਤਾਂ ਲਗਭਗ ਮਿਲ ਜੇ ਲਗਭਗ ਸਾਰਿਆਂ ਦੇ ਝੁੜੜੀਆਂ ਪੈ ਜਾਂਦੀਆਂ ਉਹੀ ਜੀਆਂ ਹੋ ਜਾਂਦੀਆਂ ਇੱਕ ਬੀਬੀ ਹੋਰ ਹੈ ਮਹਿੰਦਰ ਕੌਰ ਆਪਣੇ ਜੰਡੀਆਂ ਜੰਡੀਆਂ ਬਹਾਦਰਗੜ ਜੰਡੀਆਂ ਵਾਲੀ ਉਹ ਜਿਹੜੀ ਹੈਗੀ ਹੈ ਉਹ ਖੇਤੀਬਾੜੀ ਵੀ ਆਪਦੀ ਆਪ ਕਰਾਉਂਦੀ ਹੈ ਉਹ ਜਿਹੜੀ ਹੈਗੀ ਐਕਟਿਵ ਹੈ ਕਿਸਾਨ ਜੁਨੀਅਨ ਦੇ ਵਿੱਚ ਵੀ ਹਮਮ ਔਰ ਕਿਸਾਨ ਮੰਗਾਂ ਨੂੰ ਲੈ ਕੇ ਹੋਣ ਵਾਲੇ ਹਰ ਸੰਘਰਸ਼ ਦੇ ਵਿੱਚ ਉਹ ਹਿੱਸਾ ਲੈਂਦੀ ਹੈ ਜੀ ਕਿਤੇ ਦਾਨੇ ਵਾਲੀ ਆ ਜੀ ਹੋਇਆ ਕੀ ਵੀ ਉਹ ਬੀਬੀ ਇੱਥੇ ਸੰਗਤ ਲਗਾਇਆ ਸੀ ਮੋਰਚਾ ਹਮਮ ਕੋਈ ਇਹਨਾਂ ਦਾ ਤੇ ਉਹਦੇ ਚ ਗਈ ਤੇ ਉਹਦੀ ਤਸਵੀਰ ਖਿੱਚੀ ਖਿੱਚਲੀ ਤੇ ਅਖਬਾਰਾਂ 'ਚ ਪਈ ਸੀ ਜੀ ਉਹ ਤਸਵੀਰ ਕਿਤੇ ਉਹਨੇ ਚੱਕ ਲਈ ਕਹਿੰਦੀ ਇਹ ਤਾਂ ਉਹੀ ਹੈ ਹਮਮ ਤੇ ਨਾਲ ਲਿਖਤਾ ਕਹਿੰਦੀ ਤਾਂ 100-100 ਰੁਪਏ 'ਚ ਅਵੇਲੇਬਲ ਹੈ ਅਵੇਲੇਬਲ ਹੈ ਜੀ ਇਹੋ ਜੀ ਇਹ ਜਦੋਂ ਗੱਲ ਕੀਤੀ ਤਾਂ ਬਹੁਤ ਮੱਡਾ ਮਤਲਬ ਉਸ ਵੇਲੇ ਵਿਰੋਧ ਹੋਇਆ ਸੀ ਹੂੰ ਹੂੰ ਵਿਰੋਧ ਹੋਣ ਤੋਂ ਬਾਅਦ ਉਹ ਮਾਤਾ ਜਿਹੜੀ ਮਹਿੰਦਰ ਕੌਰ ਸੀ ਉਹਨੇ ਦੇ ਖਿਲਾਫ ਕੇਸ ਵੀ ਕੀਤਾ ਹੋਇਆ ਬਠਿੰਡੇ ਦੀ ਕੋਰਟ ਚੱਲਦਾ ਹੈ ਖੈਰ ਇਹਨੂੰ ਉਹਦੇ ਚ ਥੋੜੀ ਜਿਹੀ ਰਾਹਤ ਇਹ ਮਿਲ ਗਈ ਵੀ ਇਹਨੂੰ ਪੇਸ਼ੀ ਤੋਂ ਆਉਣ ਤੋਂ ਛੂਟ ਮਿਲ ਗਈ ਕੇਸ ਦੇ ਲਈ ਅਦਾਲੇ ਉਹ ਜਦੋਂ ਇਹਨੇ ਕਿਹਾ ਉਹ ਤੇ ਕੁਲਵਿੰਦਰ ਕੌਰ ਦੀ ਮਾਂ ਵੀ ਉੱਥੇ ਗਈ ਸੀ ਜੀ ਉਹਨੇ ਕਿਹਾ ਵੀ ਮੇਰੀ ਮਾਂ ਉੱਥੇ ਆਈ ਸੀ ਤੂੰ ਇਹ ਕਿਹਾ ਤਾਂ ਕਿਹਾ ਕਿ ਮੈਂ ਜਿਹੜੀ ਪੰਜਾਬੀ ਗੈਰਤਾ ਨਾ ਉਹਦੀ ਉਹ ਪੰਜਾਬੀ ਗੈਰਤ ਤੂੰ ਜਾਗ ਪੀ ਉਹ ਤੋਂ ਬਾਅਦ ਇਹਨੂੰ ਉਹਨਾਂ ਨੇ ਅਰੈਸਟ ਕਰ ਲਿਆ ਗ੍ਰਿਫਤਾਰਤਾ ਨਹੀਂ ਕੀਤਾ ਮਤਲਬ ਡਿਟੇਨ ਕਰ ਲਿਆ ਹੂੰ ਹੂੰ ਡਿਟੇਨ ਕਰਕੇ ਉਹ ਅਫਸਰਾ ਨੇ ਦੇਖਿਆ ਦੁਖਿਆ ਰਿਕਾਰਡ ਕੱਢ ਕੇ ਦੇਖਿਆ ਵੀ ਰਿਕਾਰਡ ਉਹਦੀ ਉਹਦਾ ਵਾਈਫ ਵੀ ਸੀਆਈਐਸ ਉਹਦਾ ਹਸਬੰਦ ਵੀ ਸੀਆਈਐਸ ਦੇ ਹੂੰ ਵੀ ਦੋਨਾਂ ਦਾ ਰਿਕਾਰਡ ਬੜਾ ਸਾਫ਼ ਹੈ ਫਿਰ ਉਹ ਤੋਂ ਬਾਅਦ ਕੰਗਣਾ ਰੌਦ ਦੇ ਕੋਲ ਇੱਕ ਡੀਆਈਜੀ ਗਿਆ ਹੂੰ ਹੂੰ ਉਸ ਡੀਆਈਜੀ ਨੂੰ ਜਾ ਕੇ ਪੁੱਛਤੀ ਕਹਿੰਦੀ ਕਿਹੋ ਜਿਹਾ ਉਹ ਕਹਿੰਦੀ ਵੀ ਇਹ ਤਾਂ ਬਹੁਤ ਵਧੀਆ ਪਰਿਵਾਰ ਹੈ ਬੜਾ ਵਧੀਆ ਹੈ ਹੂੰ ਔਰ ਇਹਨਾਂ ਦੇ ਜਿਹੜੇ ਹੈਗੇ ਪਰਿਵਾਰ ਦੇ ਸਾਰਿਆਂ ਦਾ ਹੀ ਰਿਕਾਰਡ ਬਹੁਤ ਵਧੀਆ ਛੋਟੇ ਛੋਟੇ ਬੱਚੇ ਹੈ ਜੀ ਹੂੰ ਉਹ ਹੈ ਅੱਛਾ ਖਾਲਸਤਾਨ ਵਾਲੀ ਗੱਲ ਤਾਂ ਕਹਿ ਬੈਠੀ ਹੂੰ ਉਸ ਤੋਂ ਬਾਅਦ ਜਿਹੜੀ ਉਹਨੇ ਦੂਜੀ ਗੁਸਤਾਖੀ ਕੀਤੀ ਗੰਗਣਾ ਨੇ ਉਹਨੇ ਦਿੱਲੀ ਜਾ ਕੇ ਇੱਕ ਆਪਣੀ ਟਵੀਟ ਪੋਸਟ ਪੋਸਟ ਕਰਤਾ ਟਵੀਟ ਪਾ ਕਰਤਾ ਹੂੰ ਕਿ ਪੰਜਾਬ ਹੁਣ ਸਾਨੂੰ ਸਾਡੇ ਲਈ ਫਿਕਰਮੰਦਗੀ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ ਅਤਵਾਦ ਜਿਹੜਾ ਵਧ ਰਿਹਾ ਅਤਵਾਦ ਤੇ ਫਿਰਕਾਪ੍ਰਸਤੀ ਫਿਰਕਾਪ੍ਰਸਤੀ ਅਤਵਾਦ ਅਤਵਾਦ ਖਾਸ ਕਰਕੇ ਟੈਰਰਿਜ਼ਮ ਜਿਹੜਾ ਵਧ ਰਿਹਾ ਇਹਨੂੰ ਅਸੀਂ ਕੰਟਰੋਲ ਕਰਨਾ ਕਿਵੇਂ ਮਤਲਬ ਹੁਣ ਉਹਨੂੰ ਇਹ ਇੱਕ ਕਮਾਂਡ ਹੋ ਗਿਆ ਨਾ ਕਿ ਮੈਂ ਬਣ ਗਈ ਆ ਜੀ ਐਮਪੀ ਹਾਂ ਤੂੰ ਐਮਪੀ ਬਣ ਗਈ ਤੂੰ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਹੀਂ ਬਣੀ ਇਹ ਕੰਮ ਪ੍ਰਧਾਨ ਮੰਤਰੀ ਦਾ ਐਮਪ ਉਨ ਜੋ ਇਹ ਗੱਲ ਕਹਦੀ ਇਹਦਾ ਫਿਰ ਪ੍ਰੋਟੈਸਟ ਹੋਣਾ ਸ਼ੁਰੂ ਹੋ ਗਿਆ ਹੂੰ ਹੂੰ ਕੰਗਣਾ ਜਿਹੜੀ ਉਹ ਕੁੜੀ ਹੈ ਕੁਲਵਿੰਦਰ ਕੌਰ ਜਿਹਨੇ ਵੀਰ ਕੱਪੜ ਮਾਰੇ ਰਸੀਦ ਕੀਤਾ ਉਹਦਾ ਪਿੰਡ ਆ ਜੀ ਮਹੀਵਾਲ ਹੂੰ ਕਪੂਰਥਲਾ ਕਪੂਰਥਲੇ ਜੀ ਸultanpur ਲੋਧੀ ਸultanpur ਲੋਧੀ ਉੱਥੇ ਮਤਲਬ ਫਿਰ ਜਿਹੜੇ ਹੈਗੇ ਜੀ ਲੋਕ ਜਾਣੇ ਸ਼ੁਰੂ ਹੋ ਗਏ ਉਹ ਦਾ ਬ੍ਰਦਰ ਆਇਆ ਇੱਕ ਉਹ ਕਿਸਾਨ ਯੂਨੀਅਨ ਜਿਹੜੀ ਹੈ ਆਪਣੀਆਂ ਕਿਸਾਨ ਮਜ਼ਦੂਰ ਸੁਗਾ ਮਿਟੀ ਉਹ ਇਹਦੇ ਚ ਉਹ ਹੈਗਾ ਔਰ ਚੰਗਾ ਮਤਲਬ ਗੁੱਟ ਸੇਖਾ ਬੜਾ ਵਧੀਆ ਉਹਨੇ ਮਤਲਬ ਜਿਹੜਾ ਜੀ ਉਹਨੇ ਕਿਹਾ ਵੀ ਸਾਡੀ ਕੁੜੀ ਜਿਹੜੀ ਹੈਗੀ ਆ ਉਹ ਤਾਂ ਬੜੀ ਵਧੀਆ ਤੇ ਬੜੀ ਸ਼ਰੀਫ ਆ ਤੇ ਸਹੀ ਨਹੀਂ ਜਿਹੜਾ ਪੰਗਾ ਲਿਆ ਇਹਨੇ ਖਾਲਸਤਾਨੀ ਵਾਲੀ ਗੱਲ ਕਿਉਂ ਕੀਤੀ ਜੀ ਲਓ ਜੀ ਉਹਨਾਂ ਦੇ ਪਰਿਵਾਰ ਦਾ ਤਾਂ ਉੱਥੇ ਜਾ ਕੇ ਜਿਹੜਾ ਸਿੱਖ ਸੰਗਤਾਂ ਨੇ ਤੇ ਆਮ ਜਿਹੜੇ ਹੈਗੇ ਸਿੱਖ ਲੀਡਰ ਹੋਗੇ ਧਰਮ ਕਾਗੂ ਹੋਗੇ ਕਿਸਾਨ ਯੂਨੀਅਨ ਵਾਲੇ ਹੋਗੇ ਜਾ ਕੇ ਪਰਿਵਾਰ ਦੇ ਸਰੂਪੇ ਪਾਉਣੇ ਸ਼ੁਰੂ ਕਰ ਦਿੱਤੇ ਹੂੰ ਹੂੰ ਤੇ ਹੁਣ ਹਾਲਾਤ ਇੰਨੇ ਜਿਆਦਾ ਵੱਧ ਗਏ ਕਿ ਇਹ ਤੋਂ ਪਹਿਲਾਂ ਬੀਕੇ ਜੂ ਜਿਹੜੇ ਹੈਗੇ ਆ ਡੱਲੇਵਾਲ ਸਾਹਿਬ ਜੀ ਉਨੇ ਉਹ ਤੇ ਸਰਬੰਸ ਸਿੰਘ ਭਦੌਰ ਡੀਜੀਪੀ ਸਾਹਿਬ ਨੂੰ ਮਿਲ ਕੇ ਹੂੰ ਹੂੰ ਉਹਨੇ ਡੀਜੀਪੀ ਨੂੰ ਕਹਿ ਸੀ ਡੀਜੀਪੀ ਸਾਹਿਬ ਇਹ ਕੁੜੀ ਦੇ ਖਿਲਾਫ ਕੋਈ ਕੇਸ ਕੁੱਛਣਾ ਕਰਜ ਕਰਦੇ ਪਰ ਹੋਇਆ ਕਿ ਕੇਸ ਦਰਜ ਕਰਤਾ ਜੀ ਹੂੰ ਹੂੰ ਕੇਸ ਦਰਜ ਕੀ ਕੀਤਾ 323 ਜੀ 341 ਅੱਛਾ ਜੀ ਉਹ ਤਾਂ ਕੁਝ ਵੀ ਨਹੀਂ ਉਹ ਤਾਂ ਥਾਣੇ ਦਾ ਨਹੀਂ ਨਹੀਂ ਕੁਝ ਨਹੀਂ ਦਾਨ ਵਾਲੀ ਸਭ ਕੰਗਣ ਨਹੀਂ ਤਾਂ ਕੇਸ ਰਜਿਸਟਰੀ ਨਹੀਂ ਨਾ ਉਹ ਆਪ ਸੀਆਈਏ ਸਭ ਕਿਵੇਂ ਕਰਾ ਸਕਦੀ ਹੈ ਸੀਆਈਏ ਸਭ ਕਿਵੇਂ ਕਰਾ ਸਕਦੀ ਇਹਦੇ ਚ ਹੋਇਆ ਕਿ ਮੈਨੂੰ ਲੱਗਦੀ ਹੈ ਵੀ ਜਿਹੜਾ ਨਾ ਸੈਂਟਰ ਸਰਕਾਰ ਦਾ ਆਸਰੀ ਵਾਲਾ ਸਾਡੀ ਸਰਕਾਰ ਦੀ ਹਾਂ ਹਾਂ ਸਾਡੀ ਪੁਲਿਸ ਨੇ ਨਾਲ ਦੀ ਨਾਲ ਕਰ ਲਿਆ ਆਮ ਤੌਰ ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੀ ਹੁੰਦਾ ਵੀ ਜਦੋਂ ਕੋਈ ਇਹੋ ਜਿਹਾ ਇਨਸੀਡੈਂਟ ਵਾਪਰਦੀ ਹ ਹ ਤਾਂ ਉਹਦੇ ਚ ਇਹ ਇੱਕ ਸਿੰਪਲ ਡੀਡੀਆਰ ਪੈ ਜਾਂਦੀ ਹੈ ਜੀ ਕਿ ਇੱਥੇ ਕੋਈ ਇਹੋ ਜਿਹੀ ਘਟਨਾ ਵਾਪਰੀ ਮਾਮਲਾ ਵਿਚਾਰਦੇ ਨਹੀਂ ਤੇ ਇਹਨਾਂ ਨੇ 341 ਤੇ 323 ਦਾ ਲਾ ਕੇ ਬਣਾਤਾ ਬੀ ਲੈਵਲ ਅਫੈਂਸ ਬਣਾਉਣ ਤੋਂ ਬਾਅਦ ਹੁਣ ਉਹਨਾਂ ਨੇ ਕਹਿੰਦਾ ਵੀ ਪਰਚਾ ਤਾਂ ਭਾਈ ਕੰਗਣਾ ਦੇ ਹੋਣਾ ਚਾਹੀਦਾ ਸੀ ਜਿਹੜੀ ਸਾਰੇ ਪੰਜਾਬ ਨੂੰ ਹਮ ਹੱਤਵਾਦੀ ਕਹਿ ਰਹੀ ਹੈ ਦਾਨੀਅਲ ਗਿਆ ਸਾਹਿਬ ਇੱਕ ਕੋਈ ਨਾ ਮਿੱਥ ਲਾਇਆ ਸ਼ਾਇਦ ਕਣਗਿਆ ਮਿੱਥ ਲਾਇ ਮੈਂ ਉਹਦੀ ਵੀਡੀਓ ਸੁਣੀ ਉਹ ਕਨਈਆ ਮਿੱਤਲ ਜਿਹੜਾ ਹੈਗਾ ਉਹਨੇ ਮਹੀਨਾ ਕਿ ਲਾਇਆ ਪੰਜਾਬ ਦੇ ਵਿੱਚ ਬੜਾ ਪ੍ਰਚਾਰ ਕੀਤਾ ਉਹਨੇ ਭਾਰਤੀ ਜਨਤਾ ਪਾਰਟੀ ਦੀ ਆਖ ਦੇ ਵਿੱਚ ਉਹ ਗਾਣਾ ਜਿਹਾ ਗਾਉਂਦਾ ਹੁੰਦਾ ਸੀ ਨਾ ਜੋ ਰਾਮ ਕੋ ਲਾਏ ਹਾਂ ਮੂਨ ਕੋ ਲਾਏਗੇ ਉਹ ਗਾਉਂਦਾ ਹੁੰਦਾ ਸੀ ਤੇ ਉਹਨੂੰ ਕੋਈ ਆਪਣਾ ਕੋਈ ਪਹੁੰਚ ਗਿਆ ਜੀ ਪੱਤਰਕਾਰ ਲੈ ਕੇ ਆਪਣਾ ਕੈਮਰਾਮੈਨ ਨਾਲ ਕਹਿੰਦਾ ਹਾਂਜੀ ਦੱਸੋ ਤੁਸੀਂ ਇਹਦੇ ਬਾਰੇ ਕੀ ਦੱਸੋ ਵੀ ਤੁਹਾਨੂੰ ਪੰਜਾਬ ਦੇ ਕਿਸਾਨਾਂ ਹੱਤਵਾਂ ਦੀ ਲੱਗਦੇ ਉਹਦਾ ਨਾਂ ਬਸ ਕਿਤੇ ਮੰਦਰ ਗੁਰਦੁਆਰਾ ਇੱਕੋ ਹੀ ਗੱਲ ਹੈ ਪੰਜਾਬ ਦੇ ਲੋਕ ਬੜੇ ਵੱਢੀ ਬੜੀ ਲੋਕਾਂ ਇੱਜ਼ਤ ਮਾਨ ਤੇ ਸਤਿਕਾਰ ਕਰਦੇ ਆਂ ਪਰ ਉਹ ਕਹਿੰਦਾ ਯਾਰ ਇਹ ਤਾਂ ਬਾੜੇ ਬੜਿਆ ਲੋਕ ਆਪਦੇ ਧਰਮ ਦੇ ਵਿੱਚ ਬੜੇ ਪੱਕੇ ਆਪਦੇ ਧਰਮ ਵਾਲਿਆਂ ਦੇ ਲੋਕਾਂ ਦੇ ਨਾਲ ਖੜਦੇ ਬੜੇ ਹੂੰ ਕਹਿੰਦਾ ਦੇਖੋ ਅਸੀਂ ਬਣਾਤਾ ਜੁਧਿਆ ਚ ਮੰਦਿਰ ਤੇ ਮੈਂ ਕੱਟੇ ਨੂੰ ਰਿਕਦਾ ਰਿਹਾ ਹੂੰ ਵੀ ਭਾਈ ਮਨ ਕਹਿੰਦਾ ਸਾਡਾ ਤਾਂ ਕਹਿੰਦਾ ਹਾਰ ਜਿੱਥੇ ਮੰਦਿਰ ਬਣਿਆ ਉੱਥੇ ਕਹਿੰਦਾ ਭਾਰਤੀ ਜਨਤਾ ਪਾਰਟੀ ਹਾਰ ਗਈ ਹਾਰ ਗਈ ਉਹਨਾਂ ਨੇ ਕਹਿੰਦਾ ਵੋਟਾਂ ਹੀ ਨਹੀਂ ਪਾਈਆਂ ਜਿਹੜੇ ਸਰਦਾਰ ਹਨਾ ਕਹਿੰਦੇ ਸਿੱਖ ਪੰਜਾਬੀ ਜਦੋਂ ਕਹਿੰਦਾ ਇਹਨਾਂ ਦੇ ਕਿਸੇ ਬੰਦੇ ਨਾਲ ਧੱਕਾ ਹੁੰਦਾ ਨਾ ਹੂੰ ਇਹ ਫਿਰ ਕਹਿੰਦਾ ਵੋਟਾਂ ਪਾ ਕੇ ਉਹਨੂੰ ਕਹਿੰਦਾ ਫੜ ਕੇ ਤੱਕਾ ਉਹਨੂੰ ਜੇਲ੍ਹ 'ਚ ਬੰਦ ਕਰਦੇ ਕਹਿੰਦਾ ਵੋਟਾਂ ਪਾ ਕੇ ਛਡਾਉਂਦੇ ਜੇ ਟੈਨਸ਼ਨ ਆਉਂਦੀ ਹੈ ਉਹ ਕਹਿੰਦਾ ਅਮਰਤਪਾਲ ਦੇ ਹੱਕ ਦੇ ਵਿੱਚ ਦੇਖੋ ਯਾਰ ਉਹ ਕਹਿੰਦਾ ਬਹੁਤ ਪੱਕੇ ਆ ਬੰਦੇ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਬੰਦੇ ਕਮਾਲ ਹੀ ਬੜੇ ਉਹ ਕਹਿੰਦਾ ਕੁੜੀ ਦੀ ਗੈਰਤ ਜਾਗੀ ਉਹਨੇ ਥੱਪੜ icker ਸੀਧ ਕਰਤਾ ਵਧੀਆ ਕੀਤਾ ਉਹ ਕੋਈ ਅਤਵਾਦੀ ਨਹੀਂ ਕੋਈ ਲੈਣਦੇ ਨਹੀਂ ਹੁਣ ਤੁਸੀਂ ਇਹ ਦੇਖੋ ਕਿ ਜੇ ਹਿੰਦੂ ਪ੍ਰਚਾਰ ਕਿਕ ਇਹ ਗੱਲ ਕਹੀ ਜਾਂਦਾ ਹੈ ਤਾਂ ਇਹ ਤਾਂ ਹੁੰਦਾ ਜਾਂ ਲਾਲੂ ਕਿ ਉਹ ਤੱਕਾ ਕਿੰਨਾ ਕਹੇ ਹੁਣ ਇਹਦੇ ਤੇ ਹੋਇਆ ਇਹ ਕਿ ਕੱਲ ਫਿਰ ਜੀ ਕਿਸਾਨ ਜਿਹੜੇ ਹੈਗੇ ਵੱਡੀ ਤਦਾਦ ਦੇ ਵਿੱਚ ਅੰਬ ਸਾਹਿਬ ਗੁਰਦੁਆਰੇ ਪਹੁੰਚ ਗਏ ਵਾਹੀ ਉੱਥੇ ਫਿਰ ਵਿਚਾਰ ਚਰਚਾ ਕੀਤੀ ਉੱਥੋਂ ਫਿਰ ਕਹਿੰਦੇ ਚਲੋ ਜੀ ਚੱਲ ਜੀ ਫਿਰ ਹਾਂ ਫਿਰ ਉਹਨਾਂ ਨੇ ਐਸਐਸਪੀ ਦਫ਼ਤਰ ਤੱਕ ਕੀਤਾ ਮਾਰਚ ਜੀ ਗਏ ਐਸਐਸਪੀ ਆਪ ਤਾਂ ਹੈ ਨਹੀਂ ਸੀ ਪਰ ਉਹ ਜਿਹੜੇ ਛੋਟੇ ਅਧਿਕਾਰੀ ਮਿਸਟਰ ਾਟਵਾਲ ਹੈ ਕੋਈ ਐਸਪੀ ਸਿਟੀ ਵਗੈਰਾ ਉਹ ਮਿਲੇ ਉਹਨਾਂ ਨੂੰ ਉਹਨਾਂ ਨੇ ਮੈਮੋਰੰਡਮ ਲੈ ਲਿਆ ਤੇ ਮੈਨੂੰ ਹੁਣੇ ਪਤਾ ਲੱਗਿਆ ਮੈਂ ਆਂ ਵੇਖ ਰਿਹਾ ਸੀ ਵੀ ਇੱਕ ਐਸਆਈਟੀ ਬਣاتی ਹੈ ਐਸਪੀ ਾਟਵਾਲ ਦੀ ਅਗਵਾਈ ਅਗਵਾਈ ਉਹਦੇ ਉਹਾਈ ਦੇ ਵਿੱਚ ਇੱਕ ਐਸਐਸਟੀ ਬਣਾਤੀ ਹੈ ਤਿੰਨ ਚਾਰ ਬੰਦੇ ਵੀ ਉਹਨੇ ਐਸਐਸਟੀ ਜਿਹੜੀ ਹੈ ਪੜਤਾਲ ਕਰੂਗੀ ਤੇ ਦੂਜੇ ਪਾਸੇ ਹੋਰ ਹੋ ਗਿਆ ਵੀ ਉਧਰੋਂ ਤਾਂ ਐਸਐਸਟੀ ਬਣاتی ਤੇ ਉਧਰੋਂ ਸਿੱਖ ਸੰਗਤਾਂ ਫਿਰ ਤਿਆਰ ਹੋ ਗਈਆਂ ਜੀ ਅੱਛਾ ਜੀ ਆਪਣਾ ਭਾਈ ਸਰਬਜੀਤ ਸਿੰਘ ਖਾਲਸਾ ਦਾ ਬਿਆਨ ਆ ਗਿਆ ਹੂੰ ਕਹਿੰਦਾ ਵੀ ਜੇ ਇਹ ਬੀਬੀ ਨੂੰ ਕੋਈ ਇਹਦੇ ਨਾਲ ਜ਼ਿਆਤੀ ਕੀਤੀ ਇਹਨੂੰ ਡਿਸਮਿਸ ਕੀਤਾ ਤਾਂ ਫਿਰ ਖਾਲਸਾ ਪੰਥ ਤਿਆਰ ਹੈ ਜੀ ਅਸੀਂ ਚੋਣ ਲੜਾਉਣੇ ਇਹਨਾਂ ਨੂੰ ਹੂੰ ਆਗਿਆ ਪੰਜ ਪਾਈ ਪਾਈ ਇਲੈਕਸ਼ਨ ਪੰਜ ਸੀਟਾਂ ਤੇ ਆਗੇ ਕਹਿੰਦੇ ਜੀ ਚੋਣ ਲੜਾਉਣ ਨੇ ਹੁਣ ਚੋਣ ਕਿੱਥੋਂ ਲੜਾਈ ਜਾ ਸਕਦੀ ਹੈ ਸੁਲਤਾਨਪੁਰ ਲੋਧੀ ਤਾਂ ਕੋਈ ਸੀਟ ਖਾਲੀ ਹੈ ਨਹੀਂ ਜੱਗੇਦਰਵਾ ਉਹ ਜਿਆਦਾ ਉਧਰ ਤੋਂ ਡੇਰਾ ਬਾਬਾ ਨਾਨਕ ਨਾਨਕ ਤੇ ਜਾਂ ਜੀ ਇਧਰਲੇ ਪਾਸੇ ਲਖੇ ਪੇਸੇ ਮਾਲਵੇ ਵਾਲੇ ਪਾਸੇ ਤੇ ਫਿਰ ਗਿੱਦੜਵਾ ਤੇ ਗਿੱਦੜਵਾ ਜਿੱਤ ਗਈ ਗਿਆ ਸਰੂਜੀ ਦਾ ਆ ਮੇਰੇ ਕੋਲ ਤਾਂ 12000 ਦਾ ਫਰਕ ਹੈ ਜੇ 12000 ਦੀ ਲੀਡ ਹੈ ਤੇ ਕੁਲਵਿੰਦਰ ਕੌਰ ਆ ਗਈ ਤੇ ਜੀ ਨੇ ਮਤਲਬ ਉਹ ਕੰਗੜਾ ਨੂੰ ਇਹ ਗੱਲ ਕੀਤੀ ਨਾਲ ਬੀਬੀ ਮਾਤਾ ਮਹਿੰਦਰ ਕੌਰ ਉਹ ਵੀ ਤੇ ਮੱਤ ਘੜ ਜਣਗੀਆਂ ਨਾਲ ਹੀ ਬੈਠੀ ਬਿਲਕੁਲ ਨਾਲ ਹੀ ਬੈਠੀ ਤੇ ਉਹਨੂੰ ਨਾਲ ਲਾ ਲਿਆ ਝੰਡਾ ਲੈ ਕੇ ਉਹ ਤੁਰਪੀ ਹੱਥ ਚੁਲੇ ਚ ਨਹੀਂ ਹੁੰਦਾ ਚੌਵੀ ਘੰਟੇ ਝੰਡਾ ਲੈ ਕੇ ਉਹ ਤੁਰਪੀ ਤੇ ਮੈਨੂੰ ਤਾਂ ਲੱਗਦੀ ਹੈ ਵੀ ਇਹ ਨਾ ਹੋ ਜੇ ਵੀ ਕੰਗਾਂ ਦੇ ਜਿਹੜੇ ਵੱਡੇ ਵੱਡੇ ਐ ਪ੍ਰਧਾਨ ਸਾਹਿਬ ਤਾਂ ਕਹਿੰਦੇ ਆਪ ਤਿਆਰੀ ਕਰ ਰਹੀ ਸੀ ਉਦੋਂ ਲੜਨ ਦੀ ਜੀ ਕੁਲਵਿੰਦਰ ਕੌਰ ਹੀ ਪਤ ਪਰੋਲ ਦੇ ਸਾਰੇ ਪਰੋਲ ਦੇ ਹਾਲਾਤ ਵੀ ਬਣਦੇ ਐ ਜੀ ਤੇ ਹੁਣ ਸਭ ਬੜੇ ਮੰਤਪਾਗੀ ਖਬਰ ਆਈ ਜੀ ਸ਼ਰਧਾਲੂਆਂ ਦੀ ਬਸ ਤੇ ਅਤਵਾਦੀ ਹਮਲਾ ਹੋਇਆ ਹੈ ਜੀ ਕਿੱਥੇ ਹੋਇਆ ਹੈ ਕਿ ਦਾਨੀਲ ਗਿਆ ਸਾਹਿਬ ਤੁਸੀਂ ਹਮਲਾ ਤਾਂ ਪਹਿਲਾਂ ਵੀ ਹੁੰਦੇ ਰਹੇ ਹ ਹ ਪਰ ਹਮਲਾ ਕਦੋਂ ਹੋਇਆ ਜੀ ਹਮਲਾ ਉਦੋਂ ਹੋਇਆ ਜਦੋਂ ਪ੍ਰਧਾਨ ਮੰਤਰੀ ਸੌਚੂ ਕਰ ਰਿਹਾ ਸੀ ਹਮ ਕੱਲ ਕੱਲ ਸ਼ਾਮ ਜਿਹੜੀ ਰਗੇ ਜੂਪੀਟਰ ਕੁਆਸ ਆਈ ਸੀ ਸ਼ਰਧਾਲੂਆਂ ਦੀ ਜੀ ਮੇਰੇ ਖਿਆਲ 38 35 38 ਬੰਦੇ ਉਹਦੇ ਵਿੱਚ ਸ਼ਾਮਲ ਸੀ ਜੀ ਉਹ ਬੈਸ਼ਨੂ ਦੇਵੀ ਨੂੰ ਜਾ ਰਹੇ ਸੀ ਇੱਕ ਮੰਦਰ ਚ ਕਟੜਾ ਦੇ ਵਿੱਚ ਮਤਲਬ ਕਿਸੇ ਪਿੰਡ ਦੇ ਕੋਲੇ ਅਚਨਚੇਤ ਜੀ বাস ਉੱਤੇ ਫੈਰਦੀ ਹੈ ਡਰਾਈਵਰ ਨੂੰ ਗੋਲੀ ਲੱਗ ਜਾਂਦੀ ਹੈ ਹੂੰ ਤੇ ਡਰਾਈਵਰ ਸਾਹਿਬ ਜਿਹੜੇ ਹੈਗੇ ਆ ਗੱਡੀ ਜਿਹੜੀ ਉਹ ਬੈਲੈਂਸ ਤੋਂ ਜਾਂਦਾ ਹੈ ਜੀ ਔਰ ਉਹਦਾ ਨਤੀਜਾ ਇਹ ਹੁੰਦਾ ਕਿ ਡਿੱਗ ਪੈਂਦੀ ਹੈ ਗੱਡੀ ਹੂੰ ਹੁਣ ਜਿਹੜੀ ਖਬਰ ਤਾਂ ਲੱਗੀ ਹੈ ਅਖਬਾਰ ਦੇ ਵਿੱਚ ਉਥੇ ਕਹਿੰਦੇ ਆ ਵੀ 9 ਬੰਦੇ ਦੀ ਡੈਥ ਹੋ ਗਈ ਜੀ ਤੇ ਕਈ ਸਾਰੇ ਜ਼ਖਮੀ ਹੋ ਗਏ ਕਈ ਦਰਜਨਾ ਜ਼ਖਮੀ ਹੋ ਗਏ ਹੂੰ ਹੂੰ ਪਰ ਮੈਂ ਕਿ ਟੀਵੀ ਚੈਨਲ ਦੇ ਉੱਤੇ ਸੁਣ ਰਿਆ ਸੀ ਉਹਨਾਂ ਨੇ 10 ਕਿਹਾ ਸੀ ਜੀ ਪਰ ਜਿਹੜੀ 10 15 ਦਾ 9 15 ਦਾ ਜੁਨਾ ਵੀ ਨੁਕਸਾਨ ਹੋਇਆ ਉਹ ਤਾਂ ਹੈ ਨੁਕਸਾਨ ਤਾਂ ਨੁਕਸਾਨ ਹੈ ਜੀ ਹੁਣ ਵੇਖਣ ਵਾਲੀ ਗੱਲ ਇਹ ਹੈ ਮੇਰੀ ਅੱਜ ਐਸਪੀ ਸ਼ਰਮਾ ਸਾਹਿਬ ਨਾਲ ਗੱਲ ਹੋ ਰਹੀ ਸੀ ਜੰਮੂ ਜੰਮੂ ਮੈਂ ਉਹਨਾਂ ਨੂੰ ਪੁੱਛਿਆ ਜੀ ਹੋ ਕੀ ਰਿਹਾ ਉਹ ਕਹਿੰਦੇ ਗੱਲ ਇਹ ਦੇਖੋ ਹੋ ਕੀ ਹੈ ਬੀਜੇਪੀ ਵਾਲਿਆਂ ਨੇ ਧਾਰਾ 370 ਖਤਮ ਕਰਨ ਦਾ ਕੀਤਾ ਸੀ ਪਰ ਇਹਨਾਂ ਦੀ ਤੁਸੀਂ ਹਾਲਤ ਦੇਖੋ ਕੀ ਹੈ ਕਿ ਜਿਹੜੀ ਜਿਨ੍ਹਾਂ ਦੀ ਇਹਨਾਂ ਨੇ امداد ਕੀਤੀ ਸੀ ਉੱਥੇ ਸਾਰੇ ਕੈਂਡੀਡੇਟ ਹਾਰ ਗਏ ਹੂੰ ਹੂੰ ਧਾਰਾ 370 ਦਾ ਜਿਹੜਾ ਕੋਈ ਉੱਥੇ ਅਸਰ ਹੀ ਨਹੀਂ ਹੋਇਆ ਅਸਰ ਹੀ ਨਹੀਂ ਹੋਇਆ ਤੇ ਇਹ ਗੱਲ ਕਹਿੰਦੇ ਸੀ ਜੀ ਧਾਰਾ 370 ਜੋ ਤੋੜਤੀ ਸੀ ਸਾਰਾ ਹੱਤਵਾਲੀ ਖਤਮ ਹੋ ਜੂ ਹੂੰ ਹੂੰ ਤੇ ਹੁਣ ਤਾਂ ਦਾਨੇ ਵਾਲੀਆ ਸਾਹਿਬ ਹਾਲ ਤਿੱਥੋਂ ਤੱਕ ਕਿ ਸਾਰੀਆਂ ਸੀਟਾਂ ਦੇ ਲੜਨ ਤੋਂ ਵੀ ਡਰ ਰਹੇ ਸੀ ਅੱਛਾ ਜੀ ਔਰ ਇੱਕ ਬੰਦਾ ਜਿਹੜਾ ਇੰਜੀਨੀਅਰ ਰਸ਼ੀਦ ਹੈ ਹੂੰ ਹੂੰ ਪੁਣੇ ਤੋਂ ਬੈਠੇ ਨਹੀਂ ਉਹ ਉਹ ਜੇਲ੍ਹ ਦੇ ਵਿੱਚ ਬੈਠਾ ਸੀ ਹੂੰ ਹੂੰ ਤੇ ਜੇਲ੍ਹ ਦੇ ਵਿੱਚ ਬੈਠੇ ਨਹੀਂ ਮੈਂ ਜੇਲ੍ਹ 'ਚ ਵੀ ਕਿੱਥੇ ਬੈਠਾ ਤੇ ਹਾਰ 'ਚ ਤੇ ਹਾਰ 'ਚ ਤੇ ਹਾਰ 'ਚ ਬੰਦਾ ਬੈਠਾ ਮੇਨ ਸਟਰੀਟ ਦਾ ਆਦਮੀ ਸੀ ਉਹ ਤੁਹਾਡੇ ਦੋ ਵਾਰੀ ਐਮਐਲਏ ਰਿਹਾ ਜੀ ਤੇ ਉਹਦੇ ਤੇ ਜੁਪੀਏ ਦਾ ਲਾਤਾ ਜੁਪੀਏ ਲਾ ਕੇ ਉਹਨੂੰ ਕਰਤਾ ਬੰਦ ਕਹਿੰਦੇ ਜੀ ਟੈਰਰ ਫੰਡ ਦਾ ਜਿਹੜਾ ਹੈਗਾ ਇਹਦੇ ਤੇ ਇਲਜ਼ਾਮ ਲਗਾਦਾ ਐਨਆਈਏ ਨੇ ਹੂੰ ਹੂੰ ਉਹ ਬੰਦਾ ਉੱਥੋਂ ਮਤਲਬ ਜਿਹੜਾ ਹੈਗਾ ਜੀ ਉਹ ਜਿੱਤ ਗਿਆ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਹੁਣ ਮੈਨੂੰ ਇਹ ਦੱਸੋਗੇ ਜਿਹੜੀ 370 ਖਤਮ ਕਰਨ ਵੇਲੇ ਧਮਕ ਜੇ ਮਾਰੇ ਸੀ ਹੂੰ ਹੂੰ ਉਹ ਤਾਂ ਕਿੱਧਰ ਗਏ ਜੀ ਪਰ ਜਿਹੜਾ ਉੱਥੋਂ ਦਾ ਭਾਈਚਾਰਾ ਹੈਗਾ ਕਸ਼ਮੀਰੀ ਲੋਕ ਹੈ ਜਿਹੜੇ ਕਸ਼ਮੀਰੀ ਲੋਕਾਂ ਦੇ ਵਿੱਚ ਇੰਨੀ ਜਿਹੜੀ ਫਰਸਟ੍ਰੇਸ਼ਨ ਆ ਗਈ ਹੈ ਹੂੰ ਹੂੰ ਉਹ ਆਪਣੇ ਆਪ ਨੂੰ ਮਤਲਬ ਬਹੁਤ ਠੱਗੇ ਹੋਏ ਮਹਿਸੂਸ ਕਰਦੇ ਆ ਮਹਿਸੂਸ ਹੋਇਆ ਕਿ ਸਾਡੇ ਨਾਲ ਦੂਜੀ ਵਾਰੀ ਧੱਕਾ ਹੋ ਗਿਆ ਜੀ ਕਿਉਂਕਿ ਜਦੋਂ ਉਹਨਾਂ ਨੂੰ ਨਾਲ ਜੋੜਿਆ ਭਾਰਤ ਦੇ ਉਸ ਵੇਲੇ 370 ਦੇ ਤਹਿਤ ਉਹਨਾਂ ਦੇ ਨਾਲ ਕੋਈ ਇਕਰਾਰ ਕੀਤੇ ਸੀ ਜੀ ਉਹਨੂੰ ਇਹਨਾਂ ਨੇ ਖਤਮ ਕਰਤਾ ਮੈਨੂੰ ਲੱਗਦੀ ਹੈ ਕਿ ਸਾਰਾ ਕੁਝ ਪੁੱਠਾ ਪੈ ਰਿਹਾ ਇਹ ਇਹ ਹਮਲਾ ਉਦੋਂ ਹੁੰਦਾ ਜਦੋਂ ਪ੍ਰਧਾਨ ਮੰਤਰੀ ਸਾਹਿਬ ਸੌਂ ਚੁਕਦੇ ਜਾਂ ਸੌਂ ਚੁਕੁੰਦੀ ਤਿਆਰੀ ਦੇ ਵਿੱਚ ਸੀ ਜੀ ਬਹੁਤ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਪਰ ਨਾਲ ਨਾਲ ਇਹ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਤੁਸੀਂ ਜਿਹੜੇ ਜ਼ਖਮ ਹੈ ਨਾ ਜ਼ਖਮਾਂ ਦੇ ਉੱਤੇ ਮਲਮ ਲਾਓ ਜੀ ਮਿਰਚਾਂ ਨਾ ਪੋਕੋ ਜੀ ਮਿਰਚਾਂ ਭੁੱਕੋਗੇ ਤਾਂ ਫਿਰ ਉਹਦਾ ਕਰਮ ਦਾ ਪ੍ਰਤੀਕਰਮ ਹੋਣਾ ਹੀ ਹੋਣਾ ਹੈ ਜੀ ਸੋ ਸ਼ੁਕਰੀਆ ਜੀ ਤੁਹਾਨੂੰ ਸਭ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸੋ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਅੱਗੇ ਚਾਹੁੰਦੇ ਜੁੜੇ ਰਹੋ ਰੇਡੀਓ ਪੰਜਾਬ ਟੂਡੇ